ਉਹ ਇਦਾਂ ਹੀ ਹੁੰਦਾ ਜਦੋਂ ਤੁਸੀਂ ਇੰਡੀਆ ਤੋਂ ਆਉਂਦੇ ਹੋ ਕੁਛ ਵੀ ਨਹੀਂ ਕੋਈ ਕੁਛ ਸੋਚ ਨਹੀਂ ਕੇ ਹੁੰਦਾ ਥੋੜਾ ਆਉਂਦਾ ਮਤਲਬ ਕਿ ਰਾਈਟ ਅੱਛਾ ਇੱਦਾਂ ਹੋਊਗਾ ਇੱਦਾਂ ਹੋਊਗਾ ਖਿਆਲ ਹੁੰਦੇ ਨੇ ਕਿ ਰਾਈਟ ਅੱਛਾ ਇਹ ਇੱਦਾਂ ਕਰਾਂਗੇ ਆਹ ਕਰਾਂਗੇ ਇੱਦਾਂ ਹੋਊਗਾ ਬਟ ਇੱਥੇ ਆ ਕੇ ਫਿਰ ਬੰਦਾ ਐਕਸਪਲੋਰ ਕਰਦਾ ਫਿਰ ਪਤਾ ਲੱਗਦਾ ਅਸੀਂ ਜਿਹੜੇ ਪੰਜਾਬੀ ਹੈ ਨਾ ਇਹਨਾਂ ਚੀਜ਼ਾਂ 'ਚ ਥੋੜ੍ਹੇ ਪਿੱਛੇ ਹਾਂ ਕਿਉਂ ਕਿਉਂਕਿ ਵੀ ਡੋਂਟ ਵਾਂਟ ਟੂ ਐਕਸਪਲੋਰ ਸਾਨੂੰ ਸਾਡੀ ਈਗੋ ਬਹੁਤ ਵੱਡੀ ਚੀਜ਼ ਹੈ ਮੇਰੀ ਇੱਕ ਜੋਬ ਤਾਂ ਮੈਂ ਇੱਦਾਂ ਦੀ ਵੀ ਕੀਤੀ ਹੈ ਜਿੱਥੇ ਸਵੇਰੇ 7 ਵਜੇ ਪੀਜ਼ਾ ਸਟੋਰ ਓਪਨ ਹੁੰਦਾ ਦੋ ਜੋਬਾਂ ਕਰ ਦਿੰਦਾ ਸਵੇਰੇ 7 ਵਜੇ ਪੀਜ਼ਾ ਸਟੋਰ ਓਪਨ ਹੋਣਾ 40 ਕਿਲੋ ਡੋ ਨੂੰ ਸਪਰੈਡ ਕਰਕੇ ਪੈਨਸ ਦੇ ਵਿੱਚ 40 ਕਿਲੋ ਡੋ ਬਣਾਉਣਾ 11 ਵਜੇ ਤੱਕ 4 ਘੰਟੇ ਦੇ ਵਿੱਚ 40 ਕਿਲੋ ਡੋ ਬਣਾ ਕੇ ਅਗਲੀ ਕਿਉਂਕਿ 11 ਵਜੇ ਪੀਜ਼ਾ ਸਟੋਰ ਓਪਨ ਹੁੰਦਾ ਸੋ ਮੈਂ ਉਹ ਡੋ ਰੈਡੀ ਕਰਨਾ ਤੁਸੀਂ ਯਕੀਨ ਨਹੀਂ ਮੈਨੂੰ ਆਹ ਉਂਗਲਾਂ ਨਾ ਇੱਦਾਂ ਹੋ ਜਾਂਦੀਆਂ ਸੀ ਕਿ ਯਾਰ ਕੀ ਹੋ ਕੀ ਗਿਆ ਮੇਰੀ ਉਂਗਲਾਂ 'ਚ ਸਭ ਤੋਂ ਵਧੀਆ ਇਹ ਹੈ ਕਿ ਬਈ ਤੁਸੀਂ ਆਏ ਹੋ ਇੱਥੇ ਤੁਸੀਂ ਪੜ੍ਹਨ ਲਈ ਆਏ ਹੋ ਪੜ੍ਹੋ ਨਾਲ ਦੀ ਨਾਲ ਤੁਸੀਂ ਆਪਣਾ ਇੰਜੋਏ ਵੀ ਕਰੋ ਆਪਣੇ ਫਰੈਂਡਸ ਨਾਲ ਨਾਲ ਦੀ ਨਾਲ ਤੁਸੀਂ ਘੁੰਮੋ ਫਿਰੋ ਵੀ ਐਕਸਪਲੋਰ ਵੀ ਕਰੋ ਅਤੇ ਆਪਣੇ ਆਪ ਆਪਣੇ ਆਪ ਨੂੰ ਵਧਾਓ ਠੀਕ ਹੈ ਸਭ ਤੋਂ ਜ਼ਿਆਦਾ ਵੱਡੀ ਇਨਵੈਸਟਮੈਂਟ ਤੁਹਾਡੀ ਆਪਣੇ ਆਪ 'ਚ ਹੋਣੀ ਚਾਹੀਦੀ ਆ ਜਾਂ ਤੁਸੀਂ ਸ਼ੋਰਟ ਟਰਮ ਦੇਖ ਸਕਦੇ ਹੋ ਜਾਂ ਤੁਸੀਂ ਲੌਂਗ ਟਰਮ ਦੇਖ ਸਕਦੇ ਹੋ ਜੇ ਤੁਸੀਂ ਸ਼ੋਰਟ ਟਰਮ ਦੇਖ ਰਹੇ ਹੋ ਫਿਰ ਤੁਸੀਂ ਆਪਦੀ ਜੋਬ ਉਹ ਕਰੋ ਕਾਲਜ ਨਾ ਜਾਓ ਕੁਛ ਨਾ ਕਰੋ ਕੋਈ ਫਰਕ ਨਹੀਂ ਪੈਂਦਾ ਤੁਸੀਂ ਅੱਜ ਕਰ ਰਹੇ ਹੋ ਅੱਜ ਤੁਹਾਨੂੰ ਉਹਦਾ ਰਿਜ਼ਲਟ ਮਿਲ ਰਿਹਾ ਅੱਜ ਤੁਹਾਨੂੰ ਤਨਖਾਹ ਮਿਲ ਰਹੀ ਹੈ ਤੁਸੀਂ ਖੁਸ਼ ਹੋ ਜੇ ਲੌਂਗ ਟਰਮ ਦੇਖਿਆ ਜਾਵੇ ਇਹ ਛੋਟੀ ਛੋਟੀ ਚੀਜ਼ਾਂ ਤੁਹਾਨੂੰ ਵੱਡਾ ਬਣਾਉਂਦੀਆਂ ਨੇ ਇਹ ਛੋਟੀ ਛੋਟੀ ਚੀਜ਼ਾਂ ਤੁਹਾਨੂੰ ਉਹ ਪਰਸਨ ਬਣਾਉਂਦੀਆਂ ਨੇ ਜਿਹੜਾ ਕਿ ਪਾਚੋ ਇੰਨਾ ਵੈਲਿਊਏਬਲ ਹੋਊਗਾ ਰਾਈਟ ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ ਦ ਅਨਮੋਲ ਚੋਪੜਾ ਸ਼ੋਅ ਸੋ ਜਿਹੜਾ ਅੱਜ ਦਾ ਪੋਡਕਾਸਟ ਆ ਮੈਨੂੰ ਲੱਗਦਾ ਕਿ ਜਿੰਨੇ ਵੀ ਪੇਰੈਂਟਸ ਕਹਿ ਲਓ ਜਾਂ ਸਟੂਡੈਂਟਸ ਕਹਿ ਲਓ ਜਿਹੜੇ ਬੰਦੇ ਸੋਚ ਰਹੇ ਆ ਕਿ ਯਾਰ ਆਪਣੇ ਬੱਚੇ ਨੂੰ ਅਸੀਂ ਕੈਨੇਡਾ ਭੇਜਣਾ ਜਾਂ ਬਾਹਰ ਭੇਜਣਾ ਉਹਨਾਂ ਦੇ ਲਈ ਇਹ ਪੋਡਕਾਸਟ ਬਹੁਤ ਜ਼ਰੂਰੀ ਆ ਕਿਉਂ ਕਿਉਂਕਿ ਜਿਹੜੇ ਅੱਜ ਦੇ ਗੈਸਟ ਨੇ ਮੈਨੂੰ ਇੱਦਾਂ ਲੱਗਦਾ ਯਾਰ ਸਟੂਡੈਂਟਸ ਇੱਕ ਕਹਿ ਲਓ ਜਿਹੜੀ ਕਮਿਊਨਿਟੀ ਅਲੱਗ ਕਮਿਊਨਿਟੀ ਹੈ ਨਾ ਉਹਦੇ ਵਿੱਚ ਬਹੁਤ ਚੀਜ਼ਾਂ ਇੱਦਾਂ ਦੀਆਂ ਦੈਟਸ ਕਹਿ ਲਓ ਕਿ ਪਤਾ ਹੀ ਨਹੀਂ ਹੈ ਸਾਨੂੰ ਭਾਵੇਂ ਐਜ਼ ਅ ਸਟੂਡੈਂਟ ਹੋ ਤੁਸੀਂ ਭਾਵੇਂ ਤੁਸੀਂ ਐਜ਼ ਅ ਪੇਰੈਂਟ ਹੋ ਦੇਰ ਇਜ਼ ਅ ਲੋਟ ਕਿ ਅਸੀਂ ਹਲੇ ਵੀ ਸਿੱਖ ਸਕਦੇ ਹਾਂ ਕਿਉਂ ਕਿਉਂਕਿ ਜਦੋਂ ਆਪਾਂ ਇੱਥੇ ਆਉਂਦੇ ਸਾਨੂੰ ਇੱਕ ਉਹ ਆਪਣੇ ਪੋਡਕਾਸਟ 'ਚ ਗੱਲ ਕਰਦਾ ਹੁੰਦਾ ਕਿ ਯਾਰ ਪ੍ਰੈਪਰੇਸ਼ਨ ਨਹੀਂ ਹੈਗੀ ਜਾਂ ਕਹਿ ਲਓ ਅਸੀਂ ਰੈਡੀ ਨਹੀਂ ਉਹਨਾਂ ਚੀਜ਼ਾਂ ਲਈ ਕਿਉਂ ਕਿਉਂਕਿ ਸਾਨੂੰ ਨੌਲੇਜ ਨਹੀਂ ਹੈਗੀ ਸੋ ਦੈਟ ਨੌਲੇਜ ਇਜ਼ ਵੈਰੀ ਇੰਪੋਰਟੈਂਟ ਹੈ ਨਾ ਸੋ ਟੁਡੇਜ਼ ਗੈਸਟ ਮੇਹਰ ਸਟੂਡੈਂਟ ਹੀ ਆਏ ਸੀ ਸਾਡੇ ਵਰਗੇ ਬਟ ਦੈਨ ਇੱਕ ਬਹੁਤ ਇੱਕ ਜਿਹੜੀ ਸਕਸੈਸ ਹੁੰਦੀ ਹੈ ਨਾ ਸਕਸੈਸ ਕਹਿ ਲਓ ਹਰ ਬੰਦੇ ਦੀ ਅਲੱਗ ਆ ਬਟ ਜਿਹੜੀ ਇਹਨਾਂ ਦੀ ਸਕਸੈਸ ਆ ਇਟ ਇਜ਼ ਫੋਰ ਸਟੂਡੈਂਟਸ ਇਟਸ ਕਹਿ ਲਓ ਕਿ ਸਾਡੇ ਲਈ ਇੱਕ ਮੋਟੀਵੇਸ਼ਨ ਵੀ ਹੈ ਕਿਉਂਕਿ ਜਦੋਂ ਮੈਂ ਸਟੂਡੈਂਟ ਸੀਗਾ ਮੈਂ ਇੱਦਾਂ ਦੀਆਂ ਚੀਜ਼ਾਂ ਦੇ ਵਿੱਚ ਮੈਂ ਸੋਚਣਾ ਕਿ ਮੈਂ ਕਦੀ ਦੇਖਦਾ ਵੀ ਨਹੀਂ ਸੀਗਾ ਕਿ ਯਾਰ ਕੁਛ ਚੱਲਦਾ ਪਿਆ ਕਾਲਜ ਦੇ ਵਿੱਚ ਕਿਉਂ ਕਿਉਂਕਿ ਜਾਂਦੇ ਸੀਗੇ ਕੰਮ ਤੋਂ ਕਾਲਜ ਕਾਲਜ ਤੋਂ ਕੰਮ ਬਟ ਜਿਹੜੇ ਬੱਚੇ ਆਪਣੇ ਆਪ ਨੂੰ ਐਕਸਪਲੋਰ ਕਰਨਾ ਚਾਹੁੰਦੇ ਜਿਹੜੇ ਬੱਚੇ ਆਪਣੇ ਆਪ ਨੂੰ ਕੁਛ ਕਿਤੇ ਜਗ੍ਹਾ 'ਤੇ ਦੇਖਣਾ ਚਾਹੁੰਦੇ ਨੇ ਰਾਈਟ ਉਹਨਾਂ ਲਈ ਇਹ ਪੋਡਕਾਸਟ ਬਹੁਤ ਜ਼ਰੂਰੀ ਆ ਸੋ ਵੈਲਕਮ ਮੇਹਰ ਵੈਲਕਮ ਟੂ ਦ ਸ਼ੋਅ ਥੈਂਕ ਯੂ ਜੀ ਬਹੁਤ ਵਧੀਆ ਇੰਟਰੋਡਕਸ਼ਨ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਨੋ ਐਕਚੁਅਲੀ ਬਿਕੋਜ਼ ਇੰਟਰੋਡਕਸ਼ਨ ਇਜ਼ ਕਹਿ ਲਓ ਕਿ ਪਤਾ ਹੋਣਾ ਚਾਹੀਦਾ ਸਾਰਿਆਂ ਨੂੰ ਰਾਈਟ ਐਂਡ ਮੈਨੂੰ ਇੱਦਾਂ ਲੱਗਦਾ ਜਿਹੜਾ ਜੋ ਤੁਹਾਡਾ ਤੁਸੀਂ ਕਰ ਰਹੇ ਹੋ ਰਾਈਟ ਐਂਡ ਜਿੱਦਾਂ ਤੁਸੀਂ ਉਸ ਚੀਜ਼ ਦੇ ਵਿੱਚ ਪਏ ਹੋ ਉਹ ਬਹੁਤ ਜ਼ਰੂਰੀ ਆ ਹਰ ਬੰਦੇ ਨੂੰ ਨੌਲੇਜ ਹੋਣੀ ਸਹੀ ਗੱਲ ਆ ਰਾਈਟ ਬਿਕੋਜ਼ ਕਿਉਂ ਕਿਉਂਕਿ ਜਦੋਂ ਹੁਣ ਅਸੀਂ ਐਜ਼ ਅ ਸਟੂਡੈਂਟ ਆਏ ਹਨ ਤੁਸੀਂ ਮੈਨੂੰ ਲੱਗਦਾ ਇੱਕ ਅੱਧਾ 2 ਸਮੈਸਟਰ ਸਾਡੇ ਤੋਂ ਪਹਿਲਾਂ ਆਏ ਸੀਗੇ ਰਾਈਟ ਬਟ ਅਸੀਂ ਜਦੋਂ ਆਏ ਸੀਗੇ ਸਾਨੂੰ ਇਹਨਾਂ ਚੀਜ਼ਾਂ ਬਾਰੇ ਤਾਂ ਬਿਲਕੁਲ ਹੀ ਨਹੀਂ ਪਤਾ ਸੀਗਾ ਰਾਈਟ ਕੀ ਹੁੰਦਾ ਕਾਲਜ ਦੇ ਵਿੱਚ ਕਿੱਦਾਂ ਕਾਲਜ ਵਰਕ ਕਰਦਾ ਕੁਛ ਨਹੀਂ ਨੌਲੇਜ ਸੀ ਰਾਈਟ ਇੱਕ ਉਹ ਇਦਾਂ ਹੀ ਹੁੰਦਾ ਜਦੋਂ ਤੁਸੀਂ ਇੰਡੀਆ ਤੋਂ ਆਉਂਦੇ ਹੋ ਕੁਛ ਵੀ ਨਹੀਂ ਕੋਈ ਸੋਚ ਕੇ ਥੋੜਾ ਆਉਂਦਾ ਮਤਲਬ ਕਿ ਅੱਛਾ ਇੱਦਾਂ ਹੋਊਗਾ ਇੱਦਾਂ ਹੋਊਗਾ ਖਿਆਲ ਹੁੰਦੇ ਨੇ ਕਿ ਅੱਛਾ ਇੱਦਾਂ ਕਰਾਂਗੇ ਆਹ ਕਰਾਂਗੇ ਇੱਦਾਂ ਹੋਊਗਾ ਬਟ ਇੱਥੇ ਆ ਕੇ ਫਿਰ ਬੰਦਾ ਐਕਸਪਲੋਰ ਕਰਦਾ ਫਿਰ ਪਤਾ ਲੱਗਦਾ ਬਟ ਉਹ ਐਕਸਪਲੋਰ ਤਾਂ ਕਰ ਸਕਦਾ ਜੇ ਨੌਲੇਜ ਹੋਵੇ ਰਾਈਟ ਸਹੀ ਗੱਲ ਦ ਇੱਕ ਉਹ ਜਿਹੜਾ ਏਰੀਆ ਐਕਸਪਲੋਰਿੰਗ ਦਾ ਉਹ ਨੌਲੇਜ ਦੇ ਨਾਲ ਆਉਂਦਾ ਉਹ ਐਜੂਕੇਸ਼ਨ ਦੇ ਨਾਲ ਆਉਂਦਾ ਠੀਕ ਹੈ ਸੋ ਐਕਚੁਲੀ ਕਾਫੀ ਦੇਰ ਹੋ ਗਈ ਮਿਲੇ ਨਹੀਂ ਆਪਾਂ ਕਾਲਜ 'ਚ ਮਿਲਦੇ ਹੁੰਦੇ ਸੀਗੇ ਦੈਨ ਇਹ ਹੁੰਦਾ ਸੀ ਕਿ ਯਾਰ ਸ਼ੀ ਇਜ਼ ਡੂਇੰਗ ਸਮਥਿੰਗ ਗੁੱਡ ਬਿਕੋਜ਼ ਐਕਚੁਲੀ ਮੈਂ ਤੁਹਾਨੂੰ ਇਹ ਵੀ ਦੱਸਦਾ ਮੇਹਰ ਨੂੰ ਮੈਂ ਮਿਲਿਆ ਕਿੱਦਾਂ ਸੀ ਰਾਈਟ ਇਟਸ ਐਕਚੁਲੀ ਵੈਰੀ ਇੰਟਰਸਟਿੰਗ ਮੇਰਾ ਪਹਿਲਾ ਦਿਨ ਕਾਲਜ ਦਾ ਉਹ ਓਰੀਐਂਟੇਸ਼ਨ ਸੀਗੀ ਰਾਈਟ ਸੋ ਮੈਂ ਆਇਆ ਕੁਛ ਨਹੀਂ ਪਤਾ ਯਾਰ ਇੰਗਲਿਸ਼ ਵੀ ਪ੍ਰੋਪਰ ਨਹੀਂ ਆ ਰਹੀ ਮੇਰੇ ਅੰਦਰੋਂ ਦਿਮਾਗ ਦੇ ਵਿੱਚ ਇਹ ਸੀਗੀ ਯਾਰ ਕੋਈ ਆਪਣਾ ਬੰਦਾ ਮਿਲ ਜਾਵੇ ਹੈ ਨਾ ਸੋ ਦੋ ਮੈਂ ਅੰਦਰ ਡੋਰ ਓਪਨ ਕੀਤਾ ਐਂਡ ਯੂ ਵਰ ਦਾ ਫਸਟ ਪਰਸਨ ਕਿ ਮੈਂ ਮਿਲਿਆ ਹੈ ਨਾ ਐਂਡ ਆਈ ਵਾਸ ਲਾਈਕ ਓ ਯੂ ਵੈਲਕਮ ਬਿਕੋਜ਼ ਆਈ ਥਿੰਕ ਤੁਸੀਂ ਉਦੋਂ ਮੈਂ ਵਾਲੰਟੀਅਰ ਸੀ ਉੱਥੇ ਰਾਈਟ ਐਂਡ ਉਹ ਤੁਸੀਂ ਮੈਨੂੰ ਉਹ ਮੈਂ ਕਿਹਾ ਅੱਛਾ ਯਾਰ ਇਹ ਤਾਂ ਬਹੁਤ ਵਧੀਆ ਗੱਲ ਹੋ ਗਈ ਕਿ ਪੰਜਾਬੀ ਪੰਜਾਬੀ ਮਿਲ ਗਿਆ ਬਟ ਕੀ ਚੱਲ ਰਿਹਾ ਅੱਜ ਕੱਲ੍ਹ ਕਿੱਦਾਂ ਚੱਲ ਰਹੀ ਜ਼ਿੰਦਗੀ
ਉੱਥੋਂ ਕਿੰਨੇ ਸਾਲ ਹੋ ਗਏ ਉਸ ਗੱਲ ਨੂੰ ਬਟ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਹੈ ਜੀ ਐਵਰੀ ਡੇ ਇਜ਼ ਨਿਊ ਡੇ ਵਧੀਆ ਐਕਸਪਲੋਰ ਕਰੀਦਾ ਸਾਰਾ ਕੁਛ ਦੇਖੀਦਾ ਮੈਂ ਸਟਾਰਟ ਕੀਤਾ ਸੀਗਾ ਕਾਲਜ ਤੋਂ ਮੈਂ ਹਜੇ ਵੀ ਕਾਲਜ 'ਚ ਹੀ ਹਾਂ ਇੱਦਾਂ ਲੱਗਦਾ ਕਦੀ ਕਦੀ ਕਿ ਉੱਥੇ ਹੀ ਰਹਿ ਗਏ ਪਰ ਉੱਥੇ ਵੀ ਬੜਾ ਕੁਛ ਦੇਖ ਲਿਆ ਕਾਲਜ ਤੋਂ ਸਟਾਰਟ ਕੀਤਾ ਸੀਗਾ ਹੁਣ ਮੈਂ ਕਾਲਜ 'ਚ ਹੀ ਕੰਮ ਕਰਦੀ ਹਾਂ ਕੋਨਸਟੋਵਾ ਕਾਲਜ ਦੀ ਸਟੂਡੈਂਟ ਐਸੋਸੀਏਸ਼ਨ ਹੈਗੀ ਆ ਕੋਨਸਟੋਵਾ ਸਟੂਡੈਂਟਸ ਇੰਕ CSI ਅਤੇ ਔਰ ਬੇਸਿਕਲੀ ਉਹ ਕੀ ਕਰਦੇ ਨੇ ਉਹ ਸਟੂਡੈਂਟਸ ਦੀ ਜਿੱਦਾਂ ਆਪਣੇ ਇੰਡੀਆ 'ਚ ਵੀ ਸਟੂਡੈਂਟ ਯੂਨੀਅਨਸ ਹੁੰਦੀਆਂ ਨੇ ਸਟੂਡੈਂਟ ਰੈਪ੍ਰਜੈਂਟੇਸ਼ਨ ਹੈ ਉੱਦਾਂ ਕਰਦੇ ਨੇ ਉਹ ਸੋ ਮੈਂ ਬਹੁਤ ਪਹਿਲਾਂ ਤੋਂ ਉਹਨਾਂ ਨਾਲ ਅਲੱਗ ਅਲੱਗ ਲੈਵਲਸ 'ਤੇ ਅਲੱਗ ਅਲੱਗ ਉਸ 'ਚ ਕੰਮ ਕਰਦੀ ਹੁੰਦੀ ਸੀਗੀ ਅਤੇ ਇਸ ਟਾਈਮ 'ਤੇ ਮੈਂ ਹੈਗੀ ਹਾਂ ਮਾਰਕੀਟਿੰਗ ਅਤੇ ਇਵੈਂਟਸ 'ਚ ਸੋ ਮੈਂ ਜਿਹੜੇ ਬੱਚਿਆਂ ਲਈ ਅਸੀਂ ਕੋਈ ਇਵੈਂਟ ਕਰਦੇ ਹਾਂ ਜਾਂ ਫਿਰ ਕੋਈ ਪ੍ਰਮੋਸ਼ਨ ਕਰਦੇ ਹਾਂ ਜਿਹੜੀ ਸਰਵਿਸਿਜ਼ ਅਸੀਂ ਔਫਰ ਕਰਦੇ ਹਾਂ ਬੱਚਿਆਂ ਲਈ ਉਹਦੀ ਪ੍ਰਮੋਸ਼ਨ ਕਰਨਾ ਮੇਰੀ ਜੋਬ ਹੈ ਸੋ ਜਿੱਦਾਂ ਬੱਚਿਆਂ ਲਈ ਆਪਾਂ ਲੀਗਲ ਸਰਵਿਸਿਜ਼ ਕਰਦੇ ਹਾਂ ਜਾਂ ਫਿਰ ਕੋਈ ਫਨ ਇਵੈਂਟ ਕਰਦੇ ਹਾਂ ਜਾਂ ਫਿਰ ਬੱਚਿਆਂ ਲਈ ਕੁਛ ਕਹਿ ਲਓ ਫੂਡ ਬੈਂਕ ਕਹਿ ਲਓ ਜਾਂ ਕੁਛ ਵੀ ਹੈ ਨਾ ਜਿੱਦਾਂ ਸਾਰੀ ਸਰਵਿਸਿਜ਼ ਇੰਨੀਆਂ ਨੇ ਔਫਰ ਕਰਨ ਨੂੰ ਪਰ ਸਟੂਡੈਂਟਸ ਨੂੰ ਪਤਾ ਨਹੀਂ ਕਿ ਉਹ ਸਰਵਿਸਿਜ਼ ਹੈਗੀਆਂ ਨੇ ਸੋ ਮੇਰੀ ਜੋਬ ਹੈ ਉਹ ਸਟੂਡੈਂਟਸ ਨੂੰ ਦੱਸਣਾ ਕ੍ਰੀਏਟਿਵ ਵੇਜ਼ ਨਾਲ ਦੱਸਣਾ ਕਿ ਬਈ ਇਹ ਤੁਹਾਡੇ ਕੋਲ ਹੈਗੀਆਂ ਨੇ ਇਹਦੇ ਤੁਸੀਂ ਫੀਸ ਦਿੰਦੇ ਹੋ ਅਤੇ ਇਹ ਸਰਵਿਸ ਨੂੰ ਯੂਜ਼ ਕਰੋ ਫਿਰ ਸੋ ਜਿਹੜੀ ਸਰਵਿਸਿਜ਼ ਆ ਆਪਾਂ ਆਲਰੇਡੀ ਪੇ ਕਰਦੇ ਹਾਂ ਆਲਰੇਡੀ ਟਿਊਸ਼ਨ ਫੀਸ ਦੇ ਵਿੱਚ ਮੈਜੋਰਿਟੀ ਆਫ ਫੀਸ ਤੁਸੀਂ ਆਪੇ ਪੇ ਕਰਦੇ ਹੋ ਹਮੇਸ਼ਾ ਕਿਉਂਕਿ ਉਹ ਤੁਹਾਡੀ ਟਿਊਸ਼ਨ ਫੀਸ ਇੰਕਲੂਡਿਡ ਹੁੰਦੀਆਂ ਨੇ ਕਈ ਤੁਹਾਡੀ ਜਿੱਦਾਂ ਹੈਲਥ ਪਲਾਨ ਹੋ ਗਿਆ ਉਹ ਸਾਰੀਆਂ ਇੰਕਲੂਡਿਡ ਹੁੰਦੀਆਂ ਨੇ ਕਈ ਆਪਸ਼ਨਲਸ ਹੁੰਦੀਆਂ ਨੇ ਕਲੱਬਸ ਆਪਸ਼ਨਲ ਹੋ ਗਏ ਤੁਹਾਡੇ ਤੁਹਾਡੇ ਇਵੈਂਟਸ ਆਪਸ਼ਨਲ ਹੋ ਗਏ ਉਹ ਚੀਜ਼ਾਂ ਆਪਸ਼ਨਲ ਹੁੰਦੀਆਂ ਨੇ ਤੁਸੀਂ ਕਰਨੀਆਂ ਕਰੋ ਨਹੀਂ ਕਰਨੀ ਨਾ ਕਰੋ ਅਤੇ ਪਰ ਫਿਰ ਵੀ ਸਾਡਾ ਫਰਜ਼ ਬਣਦਾ ਦੱਸਣਾ ਕਿ ਇਹ ਹੈਗਾ ਕਿਉਂਕਿ ਉਹ ਹੀ ਓਪਰਚੁਨਿਟੀਜ਼ ਨੇ ਜਿੱਥੋਂ ਤੁਸੀਂ ਅੱਗੇ ਵੱਧਦੇ ਹੋ ਹੋਰ ਐਕਸਪਲੋਰ ਕਰਦੇ ਹੋ ਤੁਹਾਨੂੰ ਆਪਦੇ ਬਾਰੇ ਬੜਾ ਕੁਛ ਸਮਝਣ ਨੂੰ ਮਿਲਦਾ ਬਟ ਮੈਨੂੰ ਇੱਦਾਂ ਲੱਗਦਾ ਕਿ ਜਦੋਂ ਹੁਣ ਉਹ ਜਿਹੜੀ ਐਕਸਪਲੋਰ ਦੀਦੀ ਮੈਂ ਉਹਨੂੰ ਹੀ ਗੱਲ ਕਰ ਰਿਹਾ ਸੀ ਕਿ ਨੌਲੇਜ ਰਾਈਟ ਉਹ ਅਵੇਅਰਨੈਸ ਉਹ ਹੈ ਨਹੀਂ ਸਾਡੇ ਵਿੱਚ ਬਿਕੋਜ਼ ਅਸੀਂ ਕੀ ਕਰਦੇ ਹਾਂ ਹੁਣ ਤਾਂ ਐਕਚੁਲੀ ਮੈਨੂੰ ਹੁਣ ਪਤਾ ਨਹੀਂ ਹੁਣ ਤਾਂ ਕਾਲਜ ਗਿਆ ਨੂੰ ਵੀ 3-4 ਸਾਲ ਹੋ ਗਏ ਬਟ ਉਹ ਹੁਣ ਜੋ ਸੁਣੀਦਾ ਵਾ ਉਹ ਇੱਦਾਂ ਹੁੰਦਾ ਕਿ ਯਾਰ ਕੋਈ 60% ਲੋਕ ਆਨਲਾਈਨ ਕਾਲਜਿਸ ਦੇ ਵਿੱਚ ਪੈ ਰਹੇ ਕੋਈ ਜਾਂਦਾ ਨਹੀਂ ਪਿਆ ਕਾਲਜਿਸ ਕਿਉਂ ਕਿਉਂਕਿ ਹਰੇਕ ਦਾ ਮਾਇੰਡ ਸੈਟ ਇੱਦਾਂ ਈਜ਼ੀ ਮਨੀ ਬਣ ਜਾਵੇ ਕਿਸੇ ਵੀ ਤਰੀਕੇ ਐਂਡ ਦੇ ਗੈਟ ਇਨ ਟੂ ਜੋਬਸ ਰਾਈਟ ਅਵੇ ਬਟ ਹਾਓ ਯੂ ਗਾਈਜ਼ ਯਾਰ ਕਹਿ ਲਓ ਤੁਸੀਂ ਕਿੱਦਾਂ ਅਵੇਅਰ ਕਰਦੇ ਹੋ ਐਂਡ ਬਿਕੋਜ਼ ਜਿਹੜੇ ਸਟੂਡੈਂਟ ਆਨਲਾਈਨ ਕਰਦੇ ਪਏ ਆ ਉਹ ਕਿੱਦਾਂ ਇਨਵੋਲਵ ਹੋ ਰਹੇ ਉਹਨਾਂ ਚੀਜ਼ਾਂ ਲਈ ਆਹਾ ਹੁਣ ਦੇਖੋ ਇਹ ਇੱਕ ਤਾਂ ਆ ਜਾਂਦੀ ਹੈ ਪਰਸਨਲ ਚੀਜ਼ਾਂ 'ਤੇ ਗੱਲ ਠੀਕ ਹੈ ਕਿ ਤੁਸੀਂ ਕਿੰਨਾ ਕੁ ਐਕਸਪਲੋਰ ਕਰਨਾ ਚਾਹੁੰਦੇ ਹੋ ਆਪੇ ਦੂਜੀ ਗੱਲ ਇਹ ਹੈ ਕਿ ਜਾਂ ਤੁਸੀਂ ਸ਼ੋਰਟ ਟਰਮ ਦੇਖ ਸਕਦੇ ਹੋ ਜਾਂ ਤੁਸੀਂ ਲੌਂਗ ਟਰਮ ਦੇਖ ਸਕਦੇ ਹੋ ਜੇ ਤੁਸੀਂ ਸ਼ੋਰਟ ਟਰਮ ਦੇਖ ਰਹੇ ਹੋ ਫਿਰ ਤੁਸੀਂ ਆਪਦੀ ਜੋਬ ਉਹ ਕਰੋ ਕਾਲਜ ਨਾ ਜਾਓ ਕੁਛ ਨਾ ਕਰੋ ਕੋਈ ਫਰਕ ਨਹੀਂ ਪੈਂਦਾ ਤੁਸੀਂ ਅੱਜ ਕਰ ਰਹੇ ਹੋ ਅੱਜ ਉਹਨੂੰ ਉਹਦਾ ਤੁਹਾਨੂੰ ਉਹਦਾ ਰਿਜ਼ਲਟ ਮਿਲ ਰਿਹਾ ਅੱਜ ਤੁਹਾਨੂੰ ਤਨਖਾਹ ਮਿਲ ਰਹੀ ਹੈ ਤੁਸੀਂ ਖੁਸ਼ ਹੋ ਜੇ ਲੌਂਗ ਟਰਮ ਦੇਖਿਆ ਜਾਵੇ ਇਹ ਛੋਟੀ ਛੋਟੀ ਚੀਜ਼ਾਂ ਤੁਹਾਨੂੰ ਵੱਡਾ ਬਣਾਉਂਦੀਆਂ ਨੇ ਇਹ ਛੋਟੀ ਛੋਟੀ ਚੀਜ਼ਾਂ ਤੁਹਾਨੂੰ ਉਹ ਪਰਸਨ ਬਣਾਉਂਦੀਆਂ ਨੇ ਜਿਹੜਾ ਕਿ ਪਾਚੋਂ ਇੰਨਾ ਵੈਲਿਊਏਬਲ ਹੋਊਗਾ ਰਾਈਟ ਸੋ ਜੇ ਤੁਸੀਂ ਲੌਂਗ ਟਰਮ ਦੇਖਣਾ ਚਾਹੁੰਦੇ ਹੋ ਫਿਰ ਇਹੋ ਜਿਹੀ ਚੀਜ਼ਾਂ 'ਚ ਇਨਵੋਲਵ ਹੋਣਾ ਬਣਦਾ ਫਿਰ ਤੁਹਾਨੂੰ ਆਪ ਨੂੰ ਕੋਸ਼ਿਸ਼ ਕਰਨੀ ਪੈਣੀ ਹੈ ਆਪ ਨੂੰ ਉੱਠਣਾ ਪੈਣਾ ਸਰਚ ਕਰਨੀ ਪੈਣੀ ਹੈ ਰਾਈਟ ਸਾਰਾ ਕੋਲ ਇੰਟਰਨੈਟ ਆ ਅੱਜ ਦੇ ਟਾਈਮ 'ਤੇ ਤੁਸੀਂ ਇੱਕ ਵਾਰੀ ਸਰਚ ਕਰੋ ਕਿ ਤੁਸੀਂ ਕਿੱਦਾਂ ਕਮਿਊਨਿਟੀ 'ਚ ਵੋਲੰਟੀਅਰ ਕਰ ਸਕਦੇ ਹੋ ਕਾਲਜ 'ਚ ਕਿੱਦਾਂ ਵੋਲੰਟੀਅਰ ਕਰ ਸਕਦੇ ਹੋ ਉਹ ਚੀਜ਼ਾਂ ਐਕਸਪਲੋਰ ਕਰਨ ਤੋਂ ਬਾਅਦ ਤੁਹਾਨੂੰ ਪਤਾ ਲੱਗਦਾ ਕਿ ਬਹੁਤ ਆਪਸ਼ਨਸ ਨੇ ਆਪਸ਼ਨਸ ਬਹੁਤ ਨੇ ਔਨਲਾਈਨ ਦੇ ਉਸ 'ਚ ਵੀ ਬਹੁਤ ਸਾਰੀ ਚੀਜ਼ਾਂ ਔਨਲਾਈਨ ਹੈਗੀਆਂ ਨੇ ਜਿਸ 'ਚ ਤੁਸੀਂ ਲੋਕਾਂ ਨੂੰ ਸਿੰਪਲ ਇਗਜ਼ਾਮਪਲ ਹੈ ਇੱਕ ਚੀਜ਼ ਹੈ ਇੰਗਲਿਸ਼ ਕਨਵਰਸੇਸ਼ਨ ਪਾਰਟਨਰਸ ਜਿੱਥੋਂ ਮੈਂ ਬਹੁਤ ਪਹਿਲਾਂ ਸ਼ੁਰੂ ਕੀਤਾ ਸੀਗਾ ਹੈ ਨਾ ਸੋ ਇੱਦਾਂ ਹੈ ਕਿ ਬਹੁਤ ਸਾਰੀ ਕੰਟਰੀਜ਼ ਤੋਂ ਲੋਕ ਆਉਂਦੇ ਨੇ ਜਿੱਥੇ ਇੰਗਲਿਸ਼ ਇਜ਼ ਨੋਟ ਦੇਅਰ ਫਸਟ ਲੈਂਗੁਏਜ ਠੀਕ ਹੈ ਸੋ ਤੁਸੀਂ ਜਾਂ ਤਾਂ ਉਹਨਾਂ ਨੂੰ ਇੰਗਲਿਸ਼ ਸਿਖਾ ਸਕਦੇ ਹੋ ਜਾਂ ਤੁਸੀਂ ਸਿੱਖ ਸਕਦੇ ਹੋ ਠੀਕ ਹੈ ਸੋ ਵਾਲੰਟੀਅਰ ਜੋਬ ਹੈ ਔਨਲਾਈਨ ਤੁਸੀਂ ਇੱਕ ਘੰਟਾ ਕਿਸੇ ਨਾਲ ਬੈਠਣਾ ਅਤੇ ਉਹਨਾਂ ਨਾਲ ਇੰਗਲਿਸ਼ 'ਚ ਕਨਵਰਸੇਸ਼ਨ ਕਰਨੀ ਆ ਐਜ ਸਿੰਪਲ ਐਜ਼ ਦੈਟ ਠੀਕ ਹੈ ਮੈਂ ਇਹ ਕਰਦੀ ਸੀਗੀ 2018 'ਚ ਅਤੇ ਮੇਰੇ ਕੋਲ ਦੋ ਮੇਰੀ ਇੰਨੀ ਵਧੀਆ ਫਰੈਂਡਸ ਬਣੀਆਂ ਸੀ ਇੱਕ ਸਾਊਥ ਕੋਰੀਆ ਦੀ ਸੀਗੀ ਅਤੇ ਇੱਕ ਮੇਰੀ ਟਰਕੀ ਦੀ ਫਰੈਂਡ ਸੀਗੀ ਹੈ ਨਾ ਉਹ ਸ਼ੀ ਵਾਜ਼ ਅ ਮੋਮ ਆਫ ਟੂ ਹੈ ਨਾ ਬੜੇ ਵਧੀਆ ਇੰਗਲਿਸ਼ ਵਾਜ਼ ਨੋਟ ਹਰ ਫਸਟ ਲੈਂਗੁਏਜ ਅਤੇ ਕੋਈ ਸਿਖਾਉਣਾ ਨਹੀਂ ਹੈ ABCD ਨਹੀਂ ਸਿਖਾਉਣੀ ਬਸ ਗੱਲਾਂ ਮਾਰਨੀਆਂ ਨੇ ਠੀਕ ਹੈ ਸੋ ਮੈਂ ਉਹਦੇ ਬਾਰੇ ਜਾਣਦੀ ਸੀਗੀ ਉਹ ਮੇਰੇ ਬਾਰੇ ਜਾਣਦੀ ਸੀਗੀ ਫਿਰ ਉਹ ਜੇ ਉਹਨੂੰ ਕਿਸੇ ਵਰਡ 'ਚ ਪ੍ਰੋਬਲਮ ਆਉਂਦੀ ਸੀ ਮੈਂ ਉਹਨੂੰ ਹੈਲਪ ਕਰਦੀ ਸੀਗੀ ਇੱਦਾਂ ਹੀ ਉਹਨੇ ਮੇਰੇ ਬਾਰੇ ਸਿੱਖਿਆ ਮੈਂ ਉਹਦੇ ਬਾਰੇ ਸਿੱਖਿਆ ਸਿੱਖਦੇ ਸਿੱਖਦੇ ਇੰਗਲਿਸ਼ ਵੀ ਸਿੱਖ ਗਏ ਯਾਰ ਇਹ ਤਾਂ ਬੜੀ ਵਧੀਆ ਚੀਜ਼ ਆ ਹੁਣ ਤੁਸੀਂ ਕਿਉਂਕਿ ਹੁਣ ਅਸੀਂ ਲੈਸੇ ਆਪਾਂ ਗੱਲ ਕਰ ਰਹੇ ਹਾਂ ਮੈਨੂੰ ਮੈਂ 200% ਸ਼ੋਰ ਹਾਂ ਜਦੋਂ ਆਪਾਂ ਗੱਲ ਕਰਕੇ ਉੱਠਾਂਗੇ ਨਾ ਇੰਨਾ ਕੁਛ ਸਿੱਖ ਲਾਂਗੇ ਆਈਦਰ ਮੈਂ ਤੁਹਾਡੇ ਤੋਂ ਤੁਸੀਂ ਮੇਰੇ ਤੋਂ ਕੁਛ ਨਾ ਕੁਛ ਨਵਾਂ ਸਿੱਖਾਂਗੇ ਐਂਡ ਜਦੋਂ ਤੁਸੀਂ ਕਿਸੇ ਨਾਲ ਗੱਲ ਕਰਦੇ ਹੋ ਕਨਵਰਸੇਸ਼ਨ ਇਜ਼ ਅ ਕੀ ਬਿਲਕੁਲ ਹੈ ਨਾ ਉਹ ਸਿੱਖਣ ਦਾ ਪਹਿਲਾ ਸਟੈਪ ਹੀ ਕਨਵਰਸੇਸ਼ਨ ਹੈ ਜੇ ਤੁਸੀਂ ਕਿਸੇ ਨਾਲ ਗੱਲ ਹੀ ਨਹੀਂ ਕਰੋਗੇ ਤੁਸੀਂ ਕਿੱਦਾਂ ਕਿਸੇ ਬਾਰੇ ਜਾਣ ਸਕਦੇ ਹੋ ਜਾਂ ਕਿੱਦਾਂ ਕਿਸੇ ਨੂੰ ਆਪਣੀ ਫੀਲਿੰਗ ਦੱਸ ਸਕਦੇ ਹੋ ਇਟਸ ਐਕਚੁਅਲੀ ਵੈਰੀ ਗੁੱਡ ਐਂਡ
ਉਹ ਸੇਮ ਚੀਜ਼ ਹੋ ਗਈ ਨਾ ਬਿਕੋਜ਼ ਮੈਂ ਰੀਸੈਂਟਲੀ ਇੱਕ ਪੋਡਕਾਸਟ ਕੀਤਾ ਮੈਂਟਲ ਹੈਲਥ ਦੇ ਉੱਤੇ ਓਕੇ ਉਹ ਸਾਡੇ ਉਹਦੇ ਵਿੱਚ ਕੀ ਸੀਗਾ ਕਿ ਅੱਜ ਕੱਲ੍ਹ ਜਿਹੜੇ ਸਟੂਡੈਂਟਸ ਆ ਨਾ ਉਹ ਕਿਸੇ ਨਾਲ ਗੱਲ ਨਹੀਂ ਕਰ ਪਾਉਂਦੇ ਬਿਲਕੁਲ ਐਂਡ ਦਿਸ ਇਜ਼ ਦ ਗ੍ਰੇਟ ਆਈਡੀਆ ਐਕਚੁਅਲੀ ਹੈ ਨਾ ਕਿ ਤੁਸੀਂ ਯੂ ਕੈਨ ਟਾਕ ਐਂਡ ਤੁਸੀਂ ਕੁਛ ਕਿਉਂਕਿ ਤੁਹਾਡੇ ਜਦੋਂ ਨੋਨ ਨਹੀਂ ਹੈ ਨਾ ਤੁਸੀਂ ਕਈ ਵਾਰੀ ਹੁੰਦਾ ਕਿ ਤੁਸੀਂ ਬਹੁਤ ਗੱਲਾਂ ਕਰ ਲੈਂਦੇ ਹੋ ਜਿਹੜੀਆਂ ਤੁਸੀਂ ਕਦੀ ਕਿਸੇ ਆਪਣੇ ਬੰਦੇ ਨਾਲ ਨਹੀਂ ਬਿਲਕੁਲ ਸਹੀ ਗੱਲ ਆ ਇਹ ਮੈਂ ਹਮੇਸ਼ਾ ਮੰਨਦੀ ਹਾਂ ਕਿ ਨਵੇਂ ਲੋਕਾਂ ਨੂੰ ਮਿਲ ਕੇ ਇੱਕ ਨਵੀਂ ਸਾਈਡ ਤੁਹਾਡੀ ਨਿਕਲਦੀ ਆ ਬਾਹਰ ਹੈ ਨਾ ਤੁਸੀਂ ਉਹਨਾਂ ਨੂੰ ਕੋਈ ਬੈਕ ਸਟੋਰੀ ਨਹੀਂ ਦੇਣੀ ਜਿੱਦਾਂ ਜੇ ਮੇਰਾ ਕੋਈ ਫਰੈਂਡ ਆ ਹੈ ਨਾ ਅਤੇ ਮੈਂ ਉਹਨੂੰ ਕੋਈ ਨਵੀਂ ਚੀਜ਼ ਹੋਈ ਆ ਮੇਰੀ ਲਾਈਫ 'ਚ ਉਹਨੂੰ ਜੇ ਮੈਂ ਦੱਸੂੰਗੀ ਤਾਂ ਮੈਨੂੰ ਨਾਲ ਪੂਰਾ ਦੱਸਣਾ ਪੈਣਾ ਕਿ ਅੱਛਾ ਬਈ ਇੱਦਾਂ ਆਹ ਹੋਇਆ ਆਹ ਹੋਇਆ ਉਹਨਾਂ ਨੂੰ ਮੇਰੇ ਸਾਰੇ ਫੇਜ਼ ਬਾਰੇ ਵੀ ਪਤਾ ਸਾਰਾ ਕੁਛ ਪਤਾ ਵਧੀਆ ਗੱਲ ਉਹਨਾਂ ਨਾਲ ਗੱਲ ਕਰਨੀ ਵਧੀਆ ਲੱਗਦਾ ਪਰ ਉਹ ਇੱਕ ਡਿਫਰੈਂਟ ਫੀਲਿੰਗ ਆ ਕਿਸੇ ਸਟ੍ਰੇਂਜਰ ਨਾਲ ਬੈਠ ਕੇ ਉਹਨਾਂ ਬਾਰੇ ਜਾਣਨਾ ਹੈ ਨਾ ਅਤੇ ਨਾਲੇ ਕੈਨੇਡਾ ਇੰਨੀ ਡਾਇਵਰਸ ਕੰਟਰੀ ਆ ਰਾਈਟ ਇੰਨੇ ਥਾਂ ਦੇ ਲੋਕ ਇੰਨੀ ਉਹਨਾਂ ਦੀ ਲੈਂਗੁਏਜ ਉਹਨਾਂ ਦਾ ਰਹਿਣ ਦਾ ਤਰੀਕਾ ਸਾਰਾ ਕੁਛ ਹਰ ਬੰਦਾ ਇੱਕ ਦੂਜੇ ਤੋਂ ਕੁਛ ਨਾ ਕੁਛ ਸਿੱਖਦਾ ਹੀ ਸਿੱਖਦਾ ਤੁਸੀਂ ਕਿੱਦਾਂ ਕਰ ਸਕਦੇ ਹੋ ਲਾਈਕ ਆਪਾਂ ਭਾਵੇਂ ਕੋਨਸਟੋਗੇ ਦੀ ਗੱਲ ਕਰੀਏ ਤੁਸੀਂ ਹਾਓ ਯੂ ਕੈਨ ਗੈਟ ਇਨ ਟੂ ਇਟ ਕਿੱਦਾਂ ਤੁਸੀਂ ਲਾਈਕ ਹਾਓ ਯੂ ਕੈਨ ਫਾਈਂਡ ਦੈਟ ਯਾ ਸੋ ਮੈਂ ਸ਼ੁਰੂ ਕੀਤਾ ਸੀਗਾ ਸਿੰਪਲ ਜਿਹਾ ਰੀਜ਼ਨ ਸੀਗਾ ਮੈਂ ਕਿਉਂ ਸ਼ੁਰੂ ਕੀਤਾ ਸੀਗਾ ਮੈਂ ਜਦੋਂ ਆਈ ਸੀਗੀ ਕੈਨੇਡਾ ਆਈ ਵਾਜ਼ 17 ਆਈ ਵਾਜ਼ 18 ਠੀਕ ਹੈ ਨਵੀਂ ਨਵੀਂ ਹਾਈ ਸਕੂਲ ਕੀਤਾ 12th ਹੋਈ ਬਈ ਚਲੋ ਚੱਲੀਏ ਠੀਕ ਹੈ ਕਿਚਨਰ ਆਈ ਸੀ ਆਪਾਂ ਹੈ ਨਾ ਕਿਚਨਰ ਉਦੋਂ ਇੰਨਾ ਉਹ ਨਹੀਂ ਸੀਗਾ ਡਾਈਵਰਸ ਨਹੀਂ ਸੀਗਾ ਇੰਨੇ ਲੋਕ ਨਹੀਂ ਸੀਗੇ ਹੈ ਨਾ ਸਾਰਾ ਕੁਛ ਨਹੀਂ ਸੀਗਾ ਉੱਪਰੋਂ ਮੈਂ ਆਈ ਸੀਗੀ ਜੀ ਬੈਚਲਰਸ ਪ੍ਰੋਗਰਾਮ 'ਚ ਠੀਕ ਹੈ 4 ਦੀ ਡਿਗਰੀ ਮੇਰੀ ਉੱਥੇ ਮੈਂ ਇਕੱਲੀ ਇੰਡੀਅਨ ਮੈਂ ਇਕੱਲੀ ਇੰਟਰਨੈਸ਼ਨਲ ਸਟੂਡੈਂਟ ਸੀਗੀ ਉੱਥੇ ਹੈ ਨਾ ਸੋ ਜਿੱਦਾਂ ਹੀ ਕਲਾਸਿਸ ਮੁੱਕਦੀਆਂ ਸੀਗੀਆਂ ਸਾਰੇ ਆਪਦੇ ਘਰ ਚੱਲ ਜਾਂਦੇ ਸੀ ਉਹਨਾਂ ਦੇ ਪੇਰੈਂਟਸ ਹੈਗੇ ਉਹਨਾਂ ਦੇ ਫਰੈਂਡਸ ਹੈਗੇ ਸਾਰਾ ਕੁਛ ਹੈਗਾ ਜਿੱਦਾਂ ਜੇ ਮੈਂ ਵਾਪਸ ਇੰਡੀਆ ਹੁੰਦੀ ਹੈ ਨਾ ਮੈਨੂੰ ਵੀ ਆਉਂਦਾ ਕਿ ਘਰੇ ਚੱਲੀਏ ਹੈ ਨਾ ਸਾਰਾ ਕੁਛ ਕਰੀਏ ਫੈਮਿਲੀ ਹੈਗੀ ਆ ਸਾਰਾ ਕੁਛ ਹੈਗਾ ਇੱਥੇ ਸੀਗਾ ਨਹੀਂ ਕੁਛ ਵੀ ਮੈਂ ਵੇਟ ਕਰਦੀ ਸੀ ਕਲਾਸ ਤੋਂ ਬਾਅਦ ਕੋਈ ਫਰੈਂਡ ਰੁਕ ਜਾਵੇ ਹੈ ਨਾ ਗੱਲਾਂ ਗੁੱਲਾਂ ਮਾਰ ਲੈਂਦਾ ਬੰਦਾ ਖੁਸ਼ ਹੋਵੇ ਉਹ ਚਲੇ ਗਏ ਘਰੇ ਹੁਣ ਫਿਰ ਰਹਿ ਗਏ ਇਕੱਲੇ ਮੈਂ ਘਰੇ ਜਾਂਦੀ ਸੀਗੀ ਛੋਟਾ ਜਿਹਾ ਕਮਰਾ ਮੇਰਾ ਮੈਂ ਉੱਥੇ ਜਾ ਕੇ ਵੇਟ ਕਰ 4 ਮੈਂ ਜਾ ਕੇ ਵੇਟ ਕਰਦੀ ਸੀ ਮੈਂ ਕਿਹਾ ਹੁਣ ਕੀ ਕਰੀਏ ਹੁਣ ਫਿਰ ਨਹੀਂ ਕੁਛ ਕਰਨ ਨੂੰ ਫਿਰ ਇੱਕ ਦਿਨ ਨਾ ਉੱਦਾਂ ਹੀ ਕਾਲਜ 'ਚ ਕਿਤੋਂ ਆਵਾਜ਼ ਜੀ ਆ ਰਹੀ ਸੀਗੀ ਹੈ ਨਾ ਮੈਂ ਕਿਹਾ ਜਾ ਕੇ ਦੇਖੀਏ ਕੀ ਹੈ ਕਿੱਦਾਂ ਹੈ ਆਪਣੀ ਕਿਉਰੀਓਸਿਟੀ ਹਮੇਸ਼ਾ ਰੱਖੋ ਠੀਕ ਹੈ ਕਿਊਰੀਅਸ ਰਹੋ ਕੀ ਚੱਲ ਕੀ ਰਿਹਾ ਦੇਖੀਏ ਤਾਂ ਸਹੀ ਜ਼ਿਆਦਾ ਤੋਂ ਜ਼ਿਆਦਾ ਕੀ ਹੋ ਜਾਊਗਾ ਤੁਹਾਨੂੰ ਨਹੀਂ ਪਸੰਦ ਆਊ ਤੁਹਾਨੂੰ ਵਧੀਆ ਲੱਗੂਗਾ ਤੁਸੀਂ ਮੁੜ ਜਾਓਗੇ ਮੈਂ ਗਈ ਮੈਂ ਕਿਹਾ ਮੈਂ ਘਰੇ ਜਾ ਕੇ ਵੀ ਕੀ ਕਰਨਾ ਇੱਥੇ ਬਹਿ ਜਾਂਦੀ ਹਾਂ ਹੈ ਨਾ ਉੱਥੇ ਉੱਥੇ ਫ੍ਰੀ ਫੂਡ ਸੀਗਾ ਬੈਸਟ ਪਾਰਟ ਮੈਂ ਇੰਨੇ ਸਾਰੇ ਇਵੈਂਟਸ ਸਿਰਫ ਫ੍ਰੀ ਫੂਡ ਦੇ ਚੱਕਰ 'ਚ ਮੈਂ ਘਰੇ ਜਾਊਂਗੀ ਰੋਟੀ ਬਣਾਉਂਗੀ ਫਿਰ ਔਖਾ ਕੰਮ ਹੈ ਆਹ ਸੌਖੀ ਚੀਜ਼ ਹੈ ਮੈਂ ਗਈ ਮੈਂ ਉੱਥੇ ਜਾ ਕੇ ਲੋਕਾਂ ਨਾਲ ਗੱਲ ਕੀਤੀ ਹੈ ਨਾ ਉਹ ਕਹਿੰਦੇ ਹਾਂ ਵੀ ਇੱਥੇ ਸਟੂਡੈਂਟ ਰੈਪ੍ਰਜੈਂਟੇਸ਼ਨ ਚੱਲ ਰਹੀ ਹੈ ਇੱਥੇ ਹੈ ਨਾ ਕਿ ਅਸੀਂ ਸਟੂਡੈਂਟਸ ਦਾ ਫੀਡਬੈਕ ਲੈਂਦੇ ਹਾਂ ਕਿ ਕਾਲਜ 'ਚ ਕੀ ਵਧੀਆ ਕੀ ਬੈਟਰ ਕਰ ਸਕਦੇ ਨੇ ਉਹ ਕੀ ਚੀਜ਼ਾਂ ਨਹੀਂ ਚੱਲ ਰਹੀਆਂ ਵਧੀਆ ਤਾਂ ਵਧੀਆ ਲੱਗਦਾ ਹੈ ਨਾ ਉੱਦਾਂ ਵੀ ਹੈਲਪ ਹੋ ਰਹੀ ਹੈ ਕਿਸੇ ਦੀ ਹੈ ਨਾ ਜੇ ਕਿਸੇ ਨੂੰ ਕੋਈ ਬਹੁਤ ਵੱਡਾ ਇਸ਼ੂ ਹੈ ਤੁਸੀਂ ਇੱਕ ਤਰੀਕੇ ਨਾਲ ਉਹਨੂੰ ਹੈਲਪਿੰਗ ਹੈਂਡ ਦੇ ਰਹੇ ਹੋ ਰਾਈਟ ਵਧੀਆ ਗੱਲ ਆ ਮੈਂ ਕਿਹਾ ਆਹ ਇਸ 'ਚ ਠੀਕ ਹੈ ਇਸ 'ਚ ਇਨਵੋਲਵ ਹੋ ਕੇ ਦੇਖਦੇ ਹਾਂ ਉਹ ਹੋਈ ਉੱਥੋਂ ਫਿਰ ਮੈਂ ਸ਼ੁਰੂ ਕੀਤਾ ਮੈਂ ਕਿਹਾ ਆਹ ਕੰਮ ਵਧੀਆ ਹੈ ਨਾ ਆਰਾਮ ਨਾਲ ਖਾ ਪੀ ਕੇ ਘਰੇ ਆਓ ਸਾਂਝੋ ਮੁੜ ਕੇ ਹੈ ਨਾ ਅਤੇ ਇੱਦਾਂ ਕਰਦੇ ਕਰਦੇ ਮੈਂ ਸਾਰੇ ਇਵੈਂਟਸ 'ਚ ਇਨਵੋਲਵ ਹੋਣਾ ਸ਼ੁਰੂ ਹੋ ਗਈ ਅਤੇ ਮੈਂ ਫਿਰ ਮੈਂ ਇਹਨਾਂ ਨੇ ਮੋਸਟਲੀ ਕਾਲਜਸ ਦੇ ਨਾ ਇੰਸਟਾਗ੍ਰਾਮਸ ਹੁੰਦੇ ਨੇ ਬਹੁਤ ਜ਼ਿਆਦਾ ਇਹ ਪੋਸਟ ਕਰਦੇ ਹੁੰਦੇ ਨੇ ਔਨਲਾਈਨ ਜਦੋਂ ਫੋਨ 'ਤੇ ਵੈਸੇ ਵੀ ਬੈਠੇ ਹੋ ਤੁਸੀਂ ਹੈ ਨਾ ਉੱਦਾਂ ਹੀ ਦੇਖ ਲਿਆ ਕਿ ਬਈ ਇੱਦਨ ਆਹ ਹੋ ਰਿਹਾ ਇੱਦਨ ਆਹ ਹੋ ਰਿਹਾ ਇੱਦਾਂ ਕਰ ਮੈਂ ਕੈਨੇਡਾ ਬਾਰੇ ਇੰਨਾ ਕੁਛ ਐਕਸਪਲੋਰ ਕੀਤਾ ਅਨਮੋਲ ਸੱਚੀ ਮਤਲਬ ਜਿੱਦਾਂ ਆਹ ਸੀਜ਼ਨ ਹੈ ਹੁਣ ਪੰਪਕਿਨ ਕਾਰਵਿੰਗ ਸੀਜ਼ਨ ਹੈ ਨਾ ਲੋਕ ਪੰਪਕਿਨ ਕਾਰਵ ਕਰਦੇ ਕਦੇ ਇੰਡੀਆ 'ਚ ਕੀਤਾ ਕਦੇ ਨਹੀਂ ਕੀਤਾ ਕਿਹੜਾ ਹੈਲੋਵੀਨ ਕੁਛ ਨਹੀਂ ਕੀਤਾ ਹੈ ਨਾ ਅਸੀਂ ਅਸੀਂ ਹੁਣ ਵੀ ਨਹੀਂ ਕਰ ਰਹੇ ਯਾ ਮੈਨੂੰ 5-6 ਸਾਲ ਹੋ ਗਏ ਲਾਈਕ ਉਹ ਤੁਸੀਂ ਮੈਨੂੰ ਜਦੋਂ ਆਪਾਂ ਪਿਛਲੇ ਹਫ਼ਤੇ ਕਹਿ ਰਹੇ ਸੀ ਕਿ ਮੇਰਾ ਇੱਕ ਹਫ਼ਤਾ ਉਹ ਪਤਾ ਨਹੀਂ ਕਿਹੜਾ ਵੀਕ ਚੱਲ ਰਿਹਾ ਉਦੋਂ ਵੀ ਤੁਸੀਂ ਬਿਜ਼ੀ ਹੋ ਆਜ ਲਾਈਕ ਯਾਰ ਇਹ ਨਵੀਆਂ ਚੀਜ਼ਾਂ ਪਤਾ ਨਹੀਂ ਮਿਹਰ ਕੀ ਕਰੀ ਜਾ ਰਹੀ ਹੈ ਲਾਈਕ ਪਸੰਦ ਦਾ ਪਤਾ ਵੀ ਨਹੀਂ ਇਹ ਚੀਜ਼ਾਂ ਓਕੇ ਵਟ ਇਜ਼ ਪੰਪਕਿਨ ਜੋ ਵੀ ਹੈਗਾ ਇਹ ਸੋ ਬੇਸਿਕਲੀ ਤੁਸੀਂ ਪੰਪਕਿਨ ਲੈ ਕੇ ਆਉਂਦੇ ਹੋ ਫਾਰਮ ਤੋਂ ਠੀਕ ਹੈ ਫਿਰ ਉਹਦਾ ਉਤਲਾ ਹਿੱਸਾ ਕੱਢ ਕੇ ਉਸ 'ਚ ਸਾਰਾ ਕੁਛ ਕੱਢ ਕੇ ਫਿਰ ਤੁਸੀਂ ਉਸ 'ਤੇ ਕੋਈ ਵੀ ਸਕੈਰੀ ਫੇਸ ਬਣਾਉਂਦੇ ਹੋ ਠੀਕ ਹੈ ਕੋਈ ਕਿਸੇ ਨੇ ਵਿੱਚ ਬਣਾਤੀ ਕਿਸੇ ਨੇ ਕੋਈ ਲਾਈਕ ਗੋਸਟ ਫੇਸ ਬਣਾਤਾ ਫਿਰ ਤੁਸੀਂ ਉਹਦੇ ਅੰਦਰ ਕੈਂਡਲ ਲਗਾਉਂਦੇ ਹੋ ਅਤੇ ਉਹ ਅੰਦਰੋਂ ਅੰਦਰ ਲਾਈਟ ਅਪ ਹੁੰਦਾ ਬਹੁਤ ਸੋਹਣਾ ਲੱਗਦਾ ਹੈ ਨਾ ਫਨ ਐਕਟੀਵਿਟੀ ਆ ਕੈਨੇਡਾ 'ਚ ਲੋਕ ਕਰਦੇ ਨੇ ਫਿਰ ਮੈਂ ਸੋਚਦੀ ਹਾਂ ਕਿ ਜੇ ਤੁਸੀਂ ਨਵੇਂ ਦੇਸ਼ 'ਚ ਆਏ ਹੋ ਅਤੇ ਉਹਨਾਂ ਦੀਆਂ ਚੀਜ਼ਾਂ ਸਿੱਖੋ ਉਹਨਾਂ ਦੇ ਨਾਲ ਫਨ ਕਰੋ ਉਹਨਾਂ ਦੇ ਤਰੀਕੇ ਸਿੱਖੋ ਆਪਣੇ ਤਾਂ ਆਪਾਂ ਕਰਦੇ ਹੀ ਹਾਂ ਸਾਰਾ ਆਪਾਂ ਆਪਣੇ ਆਪਣੀ ਦੀਵਾਲੀ ਮਨਾਉਂਦੇ ਹਾਂ ਆਪਣਾ ਗੁਰਪੁਰਬ ਮਨਾਉਂਦੇ ਹਾਂ ਸਭ ਕੁਛ ਆ ਅਤੇ ਉੱਥੇ ਮੈਂ ਇਹੋ ਜਿਹੀ ਚੀਜ਼ਾਂ ਬਹੁਤ ਕੀਤੀਆਂ ਇਨਵੋਲਵ ਹੋ ਕੇ ਹੈ ਨਾ ਮੈਂ ਫਸਟ ਟਾਈਮ ਪੰਪਕਿਨ ਕਾਰਵ ਕੀਤਾ ਫਸਟ ਟਾਈਮ ਥੈਂਕਸਗਿਵਿੰਗ ਡਿਨਰ ਕੀਤਾ ਸਾਰਾ ਕੁਛ ਕੀਤਾ ਬੜਾ ਵਧੀਆ ਲੱਗਿਆ ਉਹਨਾਂ ਨੂੰ ਆਪਦੇ ਬਾਰੇ 4 ਚੀਜ਼ਾਂ ਸਿਖਾਈਆਂ ਕਿ ਬਈ ਅਸੀਂ ਇੰਡੀਆ 'ਚ ਇੱਦਾਂ ਕਰਦੇ ਹਾਂ ਅਸੀਂ ਪੰਜਾਬ 'ਚ ਇੱਦਾਂ ਕਰਦੇ ਹਾਂ ਉਹਨਾਂ ਨੂੰ ਵੀ ਸੁਣ ਕੇ ਬੜਾ ਵਧੀਆ ਲੱਗਿਆ ਉਹ ਵੀ ਐਕਸਾਈਟਿਡ ਹੁੰਦੇ ਕਿ ਅੱਛਾ ਠੀਕ ਹੈ ਅਸੀਂ ਵੀ ਕਦੀ ਦੇਖਾਂਗੇ ਕਦੀ ਕੁਛ ਕਰਾਂਗੇ ਅਤੇ
ਇੱਦਾਂ ਹੀ ਮੈਂ ਕਹਿੰਦੀ ਹਾਂ ਕਿ ਜਿੰਨੇ ਬੱਚੇ ਜਦੋਂ ਆਉਂਦੇ ਨੇ ਹੈ ਨਾ, ਡੋਂਟ ਲਿਮਿਟ ਯੋਰ ਸੈਲਫ ਐਵਰ, ਡੋਂਟ ਬੀ ਲਾਈਕ ਕਲਾਸ ਜਾਣਾ ਅਤੇ ਕੰਮ 'ਤੇ ਜਾਣਾ ਇਜ਼ ਆਲ ਦੈਟ ਯੂ ਹੈਵ। ਜਦੋਂ ਇੰਡੀਆ 'ਚ ਜੀ ਇੱਦਾਂ ਕਦੀ ਨਹੀਂ ਕੀਤਾ ਤਾਂ ਇੱਥੇ ਆ ਕੇ ਕਿਉਂ ਕਰਨਾ? ਇੰਡੀਆ 'ਚ ਕਦੀ ਹੋਇਆ ਕਿ ਬਈ ਕਲਾਸ ਗਏ, ਘਰ ਆ ਗਏ ਅਤੇ ਸੌਂ ਗਏ ਅਤੇ ਬਸ ਕੁਛ ਨਹੀਂ ਕੀਤਾ? ਹਮੇਸ਼ਾ ਜਾਂਦੇ ਸੀ ਬਾਹਰ, ਦੋਸਤਾਂ ਨੂੰ ਮਿਲਦੇ ਸੀਗੇ, ਕਦੀ ਕੁਛ ਕਰਦੇ ਸੀ, ਕਦੀ ਕੁਛ। ਸਾਡੇ ਤਾਂ ਇੰਡੀਆ ਤੋਂ ਕਿਉਂਕਿ ਮੈਂ ਗ੍ਰੈਜੂਏਸ਼ਨ ਕਰਕੇ ਆਏ ਸੀ, ਸਾਡੀ ਤਾਂ ਰੂਟੀਨ ਹੀ ਹੁੰਦੀ ਸੀਗੀ ਕਿ ਕਾਲਜ ਖਤਮ ਹੋਇਆ, ਬਾਅਦ ਚੋਂ ਗੇੜੀਆਂ ਛੱਡਣੀਆਂ ਕਾਲਜ ਦੇ ਬਾਅਦ, ਹੋਰ ਕੀ, 5-10 ਗੇੜੀਆਂ ਛੱਡ ਕੇ ਮੋਟਰਸਾਈਕਲ ਦੇ ਉੱਤੇ ਫਿਰ ਘਰ ਨੂੰ ਮੁੜਨਾ ਰਹੇ। ਸਾਡੇ ਤਾਂ ਇਹ ਸਾਡਾ ਹੀ ਹੁੰਦਾ ਸੀਗਾ ਕਿ ਅਸੀਂ ਆਪਣੇ ਸ਼ਹਿਰ ਦੇ ਵਿੱਚ ਕਾਲਜ ਨਹੀਂ ਲੈਂਦੇ ਹੁੰਦੇ ਸੀ। ਅੱਛਾ, ਕਿਉਂਕਿ ਸਾਡੇ ਸ਼ਹਿਰ ਛੋਟੇ ਛੋਟੇ ਆ ਨਾ, ਤੇ ਹੁਣ ਸਾਨੂੰ ਇਹ ਹੁੰਦਾ ਸੀਗਾ ਕਿ ਅਸੀਂ ਸ਼ਹਿਰ ਤੋਂ ਦੂਰ ਕਾਲਜ ਲੈਣਾ ਤਾਂ ਕਿ ਉੱਥੇ ਘਰ ਦੇ ਪਤਾ ਹੀ ਨਾ ਲੱਗੇ ਘਰ ਦੇ ਕਿ ਚੱਲ ਕੀ ਰਿਹਾ, ਕਿ ਥੋੜ੍ਹਾ ਬਹੁਤ ਘੁੰਮ ਫਿਰ ਕੇ ਆਪਣੀ ਐਸ਼ ਕਰਕੇ ਫਿਰ ਵਾਪਸ ਮੁੜਨਾ ਘਰੇ। ਐਕਚੁਲੀ ਯੂ ਆਰ ਰਾਈਟ, ਇੱਥੇ ਆਪਾਂ ਬਹੁਤ ਲਿਮਿਟ ਕਰ ਰਹੇ ਹਾਂ ਆਪਣੇ ਆਪ ਨੂੰ। ਇੱਥੇ ਦੀ ਲਾਈਫ ਡਿਫਰੈਂਟ ਆ, ਉੱਥੇ ਦੀ। ਮੈਂ ਕਦੀ ਇੰਡੀਆ ਦੀ ਗ੍ਰੈਜੂਏਸ਼ਨ ਲਾਈਫ ਨਹੀਂ ਦੇਖੀ ਆ ਨਾ, ਮੈਨੂੰ ਹਮੇਸ਼ਾ ਮੇਰੇ ਪੇਰੈਂਟਸ ਵੀ ਕਹਿੰਦੇ ਸੀ ਤੂੰ ਇੰਡੀਆ ਦੀ ਕਾਲਜ ਲਾਈਫ ਮਿਸ ਕੀਤੀ ਆ, ਤੁਸੀਂ ਉੱਥੇ ਹੀ ਰਹੇ ਹੋ। ਪਰ ਇੱਥੇ ਦੇ ਅਲੱਗ ਅਲੱਗ ਡਿਫਰੈਂਟ ਫਨ ਹੈ, ਅਲੱਗ ਤਰੀਕੇ ਦਾ ਸਿੱਖਣ ਨੂੰ ਮਿਲਦਾ ਸਾਰਾ ਕੁਛ ਹੈ ਨਾ। ਸੋ ਜਿਹੜੇ ਨਵੇਂ ਸਟੂਡੈਂਟਸ ਨੇ ਜਦੋਂ ਉਹ ਆਉਂਦੇ ਨੇ, ਆ ਕੇ ਡੋਂਟ ਲਿਮਿਟ ਯੋਰ ਸੈਲਫ, ਗੋ ਐਂਡ ਐਕਸਪਲੋਰ, ਦੇਖੋ ਸਹੀ ਕਾਲਜ ਚੱਲ ਕੀ ਰਿਹਾ ਹੈ ਨਾ। ਮੈਜੋਰਿਟੀ ਆਫ ਦ ਟਾਈਮਸ ਤੁਸੀਂ ਜਾਂ ਤਾਂ ਉਹਦੇ ਲਈ ਆਲਰੇਡੀ ਪੇ ਕੀਤਾ ਵੀ ਹੁੰਦਾ, ਅਤੇ ਜੇ ਨਹੀਂ ਵੀ ਪੇ ਕੀਤਾ ਹੁੰਦਾ ਹੈ ਨਾ, ਉਹ ਕਦੀ ਤੁਹਾਡੇ ਤੋਂ ਪੈਸੇ ਨਹੀਂ ਮੰਗਦੇ। ਬੜੀ ਸਾਰੇ ਕਾਲਜਸ ਜਿੱਦਾਂ ਜਿਹੜੇ ਜਿਸ ਫੀਲਡ 'ਚ ਮੈਂ ਕੰਮ ਕਰਦੀ ਹਾਂ ਹੈ ਨਾ, ਸਾਡਾ ਇੱਕ ਪੂਰਾ ਹਫ਼ਤਾ ਹੁੰਦਾ, ਉਹਨੂੰ ਕਹਿੰਦੇ ਮਾਰਕੀਟ ਵੀਕ। ਮਾਰਕੀਟ ਵੀਕ 'ਚ ਅਸੀਂ ਲੋਕਲ ਪ੍ਰੋਡਿਊਸ ਲੈ ਕੇ ਆਉਂਦੇ ਹਾਂ, ਅਤੇ ਬੱਚੇ ਉਸ ਤੋਂ 5-5, 6-6 ਸਬਜ਼ੀਆਂ ਲੈ ਕੇ ਜਾ ਸਕਦੇ ਨੇ, ਫਰੀ ਫੂਡ। ਕਿਸੇ ਨੇ ਕੁਛ ਨਹੀਂ ਕਰਨਾ, ਆਪਦਾ ਬੈਗ ਚੱਕੋ, ਬੈਗ 'ਚ ਆਪਣੇ ਇੱਕ ਔਰੇਂਜ ਪਾ ਲਿਆ, ਇੱਕ ਪਿਆਜ਼ ਪਾ ਲਿਆ, ਇੱਕ ਉਹ ਪਾ ਲਿਆ। ਮਾੜੀ ਜਿਹੀ ਹੈਲਪ ਹੈ, ਜ਼ਿਆਦਾ ਹੈਲਪ ਨਹੀਂ ਹੈ, ਪਰ ਮਾੜੀ ਜਿਹੀ ਹੈਲਪ ਹੈ। ਇਹ ਵੀ ਕਿੱਥੇ ਹੀ ਪਹੁੰਚਦੀ ਹੈ, ਥੋੜ੍ਹੀ ਥੋੜ੍ਹੀ ਹੈਲਪ ਕਰਦੇ ਕਰਦੇ। ਇੰਨੀ ਲੰਬੀ ਲਾਈਨਾਂ ਲੱਗੀਆਂ ਹੁੰਦੀਆਂ ਨੇ ਹੈ ਨਾ, ਪਰ ਬਹੁਤ ਸਾਰੇ ਫੈਮਿਲੀਅਰ ਫੇਸਿਸ ਹੁੰਦੇ ਨੇ ਉਸ ਲਾਈਨ 'ਚ, ਕਿਉਂਕਿ ਉਹ ਬੱਚੇ ਮੁੜ ਮੁੜ ਕੇ ਆਉਂਦੇ ਨੇ, ਉਹਨਾਂ ਨੂੰ ਪਤਾ ਹੁੰਦਾ ਕੀ ਹੋ ਰਿਹਾ। ਅਤੇ ਕਈ ਨੇ ਜਿਹਨਾਂ ਨੂੰ ਤੁਸੀਂ ਬਾਅਦ 'ਚੋਂ ਮਿਲੋਗੇ ਤਾਂ ਉਹ ਕਹਿਣਗੇ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਇਹ ਹੋ ਰਿਹਾ। ਜੇ ਪਤਾ ਹੋਵੇ ਤਾਂ ਤੁਸੀਂ ਵੀ ਉਹਦਾ ਬੈਨੀਫਿਟ ਚੱਕ ਸਕਦੇ ਹੋ, ਤੁਸੀਂ ਵੀ ਲੋਕਾਂ ਨੂੰ, 100 ਲੋਕਾਂ ਨੂੰ ਉੱਥੇ ਮਿਲੋਗੇ ਜਦੋਂ ਤੁਸੀਂ ਮਿਲਦੇ ਹੋ ਹੈ ਨਾ। ਤੁਸੀਂ ਪੁੱਛਦੇ ਹੋ ਕਿੱਥੋਂ ਹੋ ਤੁਸੀਂ ਹੈ ਨਾ, ਕੀ ਕਰਦੇ ਹੋ, ਕੋਈ ਨਾ ਕੋਈ ਕਨੈਕਸ਼ਨ ਕੁਛ ਨਾ ਕੁਛ ਨਿਕਲ ਹੀ ਆਉਂਦਾ। ਹਮੇਸ਼ਾ ਆਪਣੇ ਫਾਇਦੇ ਲਈ ਨਹੀਂ ਉਹ ਕਰੀਦਾ ਹੁੰਦਾ ਕਿ ਹਾਂ ਵੀ ਮੇਰਾ ਕੋਈ ਕਿਤੇ ਨਾ ਕਿਤੇ ਇਹਦਾ ਫਾਇਦਾ ਹੋਊਗਾ ਜਾਂ ਕੁਛ, ਕਦੀ ਕਦੀ ਉੱਦਾਂ ਹੀ ਕਰ ਲਈਦਾ ਹੁੰਦਾ ਹੈ ਨਾ, ਫਨ ਲਈ ਕਿ ਬਈ ਇਹਨਾਂ ਨੂੰ ਜਾਣ ਲੈਂਦੇ ਹਾਂ ਕਿ ਨਹੀਂ। ਪਤਾ ਕਿੱਦਾਂ ਹੁਣ ਜਦੋਂ ਅਸੀਂ ਵੀ ਕਾਲਜ ਸੀਗੇ, ਅਸੀਂ ਉਹ ਸਟੂਡੈਂਟ ਸੀ ਜਿਹੜੇ ਨਹੀਂ ਇਨਵੋਲਵ ਹੁੰਦੇ ਸੀ। ਤੁਸੀਂ ਸਾਨੂੰ ਕਰਾਇਆ 2-3 ਜਗ੍ਹਾ ਤੇ ਇਨਵੋਲਵ, ਯੂ ਫੋਰਸ ਅਸ ਟੂ, ਇੱਕ ਅੱਧੀ ਵਾਰ ਓਰੀਐਂਟੇਸ਼ਨ ਕੀਤੀ, ਥੋੜ੍ਹੇ ਚੀਜ਼ਾਂ ਕੀਤੀਆਂ ਉਹ, ਬਟ ਵੀ ਵੁਡ ਨਾਟ ਕਹਿ ਲਓ ਕਿ ਇੰਨੇ ਐਕਟਿਵ ਵੀ ਨਹੀਂ ਸੀ ਜਾਂ ਇੰਨਾ ਹੌਸਲਾ ਨਹੀਂ ਪੈਂਦਾ ਸੀਗਾ। ਭਾਵੇਂ ਉੱਥੇ ਉਹ ਡੋਨਟ ਵੀ ਮਿਲਦੇ ਹੁੰਦੇ ਸੀ ਕਈ ਵਾਰੀ, ਅਸੀਂ ਉਹ ਲੈਣ ਹੀ ਨਹੀਂ ਜਾਣਾ, ਇੱਦਾਂ ਲੱਗੀ ਜਾਂਦਾ ਯਾਰ ਉਹਨਾਂ ਇੱਕ ਡੋਨਟ ਲੈਣਾ, ਟਿਮ ਤੋਂ ਲੈ ਲਾਂਗੇ ਹੈ ਨਾ। ਸਾਡੀ ਉਹ ਮੈਂਟੈਲਿਟੀ ਸਾਡੇ ਦਿਮਾਗ ਦੇ ਵਿੱਚ ਇੱਦਾਂ ਯਾਰ ਕਿਉਂ ਲੈ, ਇੱਦਾਂ ਕਿਉਂ, ਕਿਉਂਕਿ ਅਸੀਂ ਵੀ ਯੰਗ ਹਾਂ ਯਾਰ। ਯੰਗ ਬਲੱਡ ਉਹ ਹਮੇਸ਼ਾ ਇੱਕ ਦਿਮਾਗ ਦੇ ਵਿੱਚ ਹੁੰਦਾ ਕਿ ਮੈਂ ਝੁਕਾਂ ਕਿਉਂ, ਜਾਂ ਮੈਨੂੰ ਇਹ ਕਿ ਮੈਂ ਕਿਉਂ ਲੈ, ਫ੍ਰੀ ਫੂਡ ਮਿਲਦਾ ਮੇਲੇ ਤੋਂ ਨਾ, ਮੈਂ ਤਾਂ ਕਮਾ ਰਿਹਾ, ਮੈਂ ਖਾ ਰਿਹਾ। ਬਟ ਹੁਣ ਪਤਾ ਲੱਗ ਰਿਹਾ ਕਿ ਵੈਨ ਤੁਸੀਂ ਜਦੋਂ ਇਨਵੋਲਵ ਹੁੰਦੇ ਹੋ, ਇਟਸ ਨੋਟ ਓਨਲੀ ਅਬਾਊਟ ਫੂਡ, ਇਟਸ ਨੋਟ ਓਨਲੀ ਅਬਾਊਟ ਕਿ ਹੈ ਨਾ ਤੁਸੀਂ ਉੱਥੇ ਜਾ ਕੇ ਕੁਛ ਲੈਣ ਜਾ ਰਹੇ ਹੋ, ਜਦੋਂ ਤੁਸੀਂ ਕਿਹਾ ਕਿ ਕੁਛ ਸਿੱਖਣ ਜਾ ਰਹੇ ਹੋ, ਨਹੀਂ, ਤੁਸੀਂ ਕਿਸੇ ਬੰਦੇ ਨੂੰ, ਨਵੇਂ ਬੰਦੇ ਨੂੰ ਮਿਲ ਰਹੇ ਹੋ, ਤੁਸੀਂ ਕ੍ਰੀਏਟਿਵ ਹੁੰਦੇ ਹੋ, ਰਾਈਟ? ਓਕੇ, ਐਂਡ ਦੈਨ ਹਾਓ ਯੂ ਕਹਿ ਲਓ ਜਿਹੜੀ ਓਰੀਐਂਟੇਸ਼ਨ ਸੀ ਉਹ ਤੋਂ ਬਾਅਦ ਤੁਸੀਂ ਅੰਦਰ ਵੜ ਗਏ ਹੋ, ਰਾਈਟ, ਕਾਲਜ ਦੇ ਵਿੱਚ। ਹੁਣ ਓਰੀਐਂਟੇਸ਼ਨ ਦਾ ਕਿੱਦਾਂ ਪਤਾ ਲੱਗਾ, ਐਂਡ ਕਿੱਦਾਂ ਆਪਣੇ ਆਪ ਨੂੰ ਵਲੰਟੀਅਰ ਸ਼ੁਰੂ ਕੀਤਾ ਕਿ ਆਪਣਾ ਹੋਣਾ? ਸੋ ਪਹਿਲਾਂ ਤਾਂ ਮੇਰੀ ਆਪਦੀ ਜਦੋਂ ਓਰੀਐਂਟੇਸ਼ਨ ਸੀਗੀ ਹੈ ਨਾ, ਇੱਦਾਂ ਪਤਾ ਹੀ ਨਹੀਂ ਸੀਗਾ ਇੰਡੀਆ ਜਦੋਂ ਆਏ ਹੈ ਨਾ ਕਿ ਓਰੀਐਂਟੇਸ਼ਨ ਕੀ ਹੁੰਦੀ ਹੈ, ਕੀ ਕਰਨਾ ਜਾ ਕੇ। ਫਿਰ ਵੀ ਕਿਉਰੋਸਿਟੀ ਸੀਗੀ ਹੈ ਨਾ ਕਿ ਪਹਿਲੀ ਵਾਰੀ ਜਾ ਕੇ ਦੇਖੀਏ ਤਾਂ ਸਹੀ ਕਾਲਜ ਕਿੱਦਾਂ ਹੁੰਦਾ, ਕੀ ਹੁੰਦਾ। ਅਤੇ ਮੈਂ ਐਂਟਰ ਹੋਈ ਸੀਗੀ, ਇੰਨਾ ਡਰੀ ਡਰੀ, ਮੈਂ ਸੱਚੀ ਦੱਸਾਂ, ਮੈਂ ਨਾ ਇੰਡੀਆ ਤੋਂ ਉੱਦਾਂ ਮਾਇੰਡ ਸੈੱਟ ਲੈ ਕੇ ਆਈ ਸੀਗੀ ਕਿ ਬਈ ਪਹਿਲਾ ਦਿਨ ਹੈ, ਬੰਦਾ ਵਧੀਆ ਤਿਆਰ ਹੋ ਕੇ ਜਾਂਦਾ ਸਾਰਾ ਕੁਛ ਹੈ ਨਾ। ਮੈਂ ਫੁੱਲ ਇਹਦਾ ਤਿਆਰ ਹੋ ਕੇ ਹੀਲ ਹੂਲ ਪਾ ਕੇ ਗਈ ਮੈਂ, ਅਤੇ ਮੈਂ ਐਂਟਰ ਹੋਈ, ਉੱਥੇ ਸਾਰੇ ਨੋਰਮਲ, ਕੋਈ ਜੀਨਸ 'ਚ, ਕੋਈ ਸਵੈਟ ਪੈਂਟਸ 'ਚ, ਕੋਈ ਕੁਛ ਹੈ ਨਾ। ਮੈਂ ਇਕੱਲੀ ਉੱਥੇ ਤਿਆਰ ਹੋ ਕੇ, ਮੈਨੂੰ ਆਪ ਨੂੰ ਅਜੀਬ ਜਿਹਾ ਲੱਗੀ ਜਾਵੇ ਹੈ ਨਾ। ਫਿਰ ਕੁੜੀ ਆਈ, ਉੱਦਾਂ ਉਹ ਇੱਦਾਂ ਹੀ ਕ੍ਰੋਸ ਕਰ ਰਹੀ ਸੀ ਹੈ ਨਾ, ਉੱਦਾਂ ਹੀ ਮੈਨੂੰ ਕਹਿੰਦੀ ਓ ਯੂ ਲੁੱਕ ਸੋ ਗੁੱਡ, ਇਕਦਮ ਦਾ ਕੋਨਫੀਡੈਂਸ ਜਿਹਾ ਬੂਸਟ ਹੋਇਆ ਹੈ ਨਾ, ਫਿਰ ਵਧੀਆ ਲੱਗਿਆ। ਫਿਰ ਉਹੀ ਕੁੜੀ ਨੂੰ ਮੈਂ ਇੱਕ ਸਟੇਜ 'ਤੇ ਦੇਖਿਆ ਸੀਗਾ, ਉਹਨੇ ਇੰਟਰੋਡਿਊਸ ਕੀਤਾ ਸਾਰਿਆਂ ਨੂੰ, ਮੈਂ ਕਿਹਾ ਆਹ ਕਰਨਾ ਮੈਂ ਇੱਕ ਦਿਨ। ਅਤੇ ਉਹ ਪੂਰਾ ਫੁੱਲ ਸਰਕਲ ਟੂ ਨੈਕਸਟ ਓਰੀਐਂਟੇਸ਼ਨ, ਮੈਂ ਇਨਵੋਲਵ ਹੋਈ, ਸਾਰਾ ਕੁਛ ਕੀਤਾ ਕਾਲਜ 'ਚ, ਨੈਕਸਟ ਓਰੀਐਂਟੇਸ਼ਨ ਆਈ ਵਾਜ਼ ਔਨ ਦ ਸਟੇਜ ਵੈਲਕਮਿੰਗ ਐਵਰੀਬਡੀ, ਮੀਨ ਲਾਈਕ ਆਓ ਦੇਖੋ ਸਾਰਾ ਕੁਛ ਕਾਲਜ 'ਚ ਕੀ ਹੁੰਦਾ। ਇਟਸ ਯੂਅਰ ਫਸਟ ਇੰਟਰੋਡਕਸ਼ਨ ਟੂ ਮੀਟ ਨਿਊ ਪੀਪਲ, ਬਟ ਟੂ ਆਲਸੋ ਸੀ ਕਿ ਕੱਲ੍ਹ ਨੂੰ ਤੁਸੀਂ ਕਲਾਸਿਸ ਕਿੱਥੇ ਲਗਾਉਣ ਆਉਣਾ, ਕੀ ਕਰਨਾ, ਬੈਨੀਫਿਟਸ ਕੀ ਨੇ, ਕੀ ਨਹੀਂ ਕਰਨਾ, ਸਾਰਾ ਕੁਛ ਇੱਕ ਤਰੀਕਾ, ਇੱਕ ਕਹਿ ਲਓ ਜਾਂਚ ਜੀ ਆ ਜਾਂਦੀ ਆ ਫਰਸਟ ਡੇ ਜਾ ਕੇ, ਰਾਈਟ? ਰਾਦਰ ਦੈਨ
एक दिन पहला आओ, लोगों नूं मिलो, देखो। सब तो वड्डी गल ओरिएंटेशन च यह होंदी है कि थानू पता लगता कि केड़ी केड़ी सर्विसिज थोड़े हाथ च हैगियां ने, ठीक है। फ्रॉम इंटरनेशनल ऑफिस टू योर स्पोर्ट्स एंड रेक्रिएशन टू योर स्टूडेंट रेप्रजेंटेशन टू योर हेल्थ प्लान, इन्ने सारे लोगों ने उत्थे बूथ लगाए होंदे ने। वो सारे दसते हैं कि भाई असी आ सर्विस ऑफर करते हैं, तो एज अ स्टूडेंट यू आर सपोज टू यूज़ दीज सर्विसिज इफ यू वॉन्ट टू, राइट। फिर तुम आओ, तुम सर्विस यूज करो तो अपना बेनीफिट लो उस चीज़ का। उस चीज़ वाली ओरिएंटेशन बहुत ज़्यादा जरूरी है। तो वो मैं इदा लगता कि मैं बड़ा वधिया स्टार्ट सीगा मेरा उत्थे, ते मोड़ मोड़ के इन्नी सारी ओरिएंटेशंस कर लिया हूं तो नॉर्मल चला था। बट ओके, ओरिएंटेशन एक तरह बेस सेटअप कर देता है स्टूडेंट का, राइट। स्टूडेंट को पता लग गया, एक थानू फीलिंग दे रहा है कि तुसी एक अपने अपने बंदे नूं मिल रहे हो, तुसी जिन्ना ना अगे जाके पढ़ना। सो हुन लेसे ओरिएंटेशन तो बाद देन उस तो बाद वो एक तरह वॉलंटियर है, या दैट यू आर नॉट गेटिंग पेड फॉर दैट? What? No, majority of लोग जिदा हुन मैं जॉब करती हाँ हुन वो अलग गल है, पर जो मैं स्टूडेंट सी उदो मैं वॉलंटियर सी। तुसी भी तो एक बारी कीता सी वॉलंटियर, बट हुन उस तो अगला स्टेप की हुंदा, हाउ ओरिएंटेशन दा एक दिन हो गया बट असी लाइक जो हुन असी सी वो पता नहीं वोटा भी पईयां सी, असी वोटा भी पवाईयां सी, सो वो हुन किदा लाइक हुन अगला बंदा उहदे विच उहनां चीज़ां दे विच किदा इनवॉल्व हो सकदा? सो एक गल है कि इनवॉल्व होण दा एक तरीका नहीं, ठीक है, तो एक कोई फील्ड नहीं, इन्नियां सारियां फील्ड्स ने जिधर बंदे का जाने का जी करता उधर जा सकता है ना। मैनू थोड़ा जा प्रधानगी का शौक ज़्यादा सीगा, मैं कहा आपां इलैक्शन लड़ांगे ते अनमोल ने लिटरली इलैक्शन जिताई सी, मैनू जा जाके लोगों को कहा भाई देखो असी की हुंदा सीगा, असी हुण पंज छे जाने अज तक खेडदे ने ताश, राइट, असी उहदे ताश खेडणी। एंड दैन जो दसा साढ़े को आए वाली कि यार मैं तो वोट आ वोट पाओ है ना फोन कडो, असं हम पंजा ने सोचा यार ये तो प्रधानगिरी वाली चीज़ है, तो अपने पुराने कॉलेज वाला हिसाब है, तो बड़ी वाली चीज़ है उत्तों पंजाबी क्योंकि यू आर द ओनली पंजाबी और जो जिन्हें भी खड़े पंजाबी कुड़ी मैं ही सी बस कली। एंड फिर सानू होया कि यार नहीं अपने पंजाबी नू जताना है, फिर असी वो मारा वो लगे पूरे कॉलेज घूमन वोट पाओ वोट पाओ, देन फाइनली यू वन, या आई डिड विन, ते वो बहुत वधिया वो सीगा है ना। उस तो इन्नी ऑपरचुनिटीज एक्सप्लोर की है ना, बैक सीनस लोग जिदा इन्ना पता नहीं लगता। मैं इन्ने सारे मिनिस्टर्स नू है ना, किचनर वाटरलू दे ओंटेरियो दे टोरंटो दे मिनिस्टर्स MPPs MLAs सारा नू जा जाके बैठे उन्होंने है ना, उन्होंने जाके दस्या कि स्टूडेंट्स नू इशूज़ ने की प्रॉब्लम्स आ रही ने है ना। वो अलग गल पॉलिटिशियंस नाल होंदी, हाँ जी हाँ जी हाँ जी हाँ जी हाँ जी देखांगे देखांगे कोई नहीं, पर फिर भी अपना फर्ज है अगे वो गल करना। कई चीज़ें इफेक्ट भी हो जाए ने बहुत सारिया है ना, बहुत सारी असी एक पूरा मैंटल हैल्थ ली होर स्टूडेंट्स की मैंटल हैल्थ ली होर फंडिंग मंगी सी, वो अप्रूव हो गई सी, बड़ी सारी चीज़ें ने। हौली हौली टाइम लगता चीज़ों को होने, पर सब सब हो जाता उदा। सो उही ओरिएंटेशन तो बाद बंदा देखे कि किस चीज़ ज़्यादा इंट्रस्ट है, ठीक है, थोड़ा मे बी स्पोर्ट्स इंट्रस्ट है, तुम स्पोर्ट्स की टीम वॉलंटियर कर सकते हो है ना, तुम उन्होंने स्टेडियम तुम उन्होंने जिम्स वॉलंटियर कर सकते हो, जे थोड़ा जिदा इलेक्शन रेप्रजेंटेशन च स्टूडेंट एडवोकेसी इंट्रस्ट है तो तुम उस जगह जा सकते हो, जे थोड़ा बिल्कुल क्रिएटिव साइड इंट्रस्ट है ना, तो इदा के इन्ने सारे प्रोग्राम्स ने जिते पीयर टू पीयर मैंटरिंग है ना, तुम किसी होर फ्रेंड्स बनना तो उन्होंने मैंटर करना। सो जिदा तुम उन्होंने उन्होंने क्लासिस दिखाऊंगे है ना, उन्होंने दसोंगे, जो उन्होंने कोई लोड है वो थानू रीच आउट कर सकते हैं, रादर दैन जिदा तुम क्या सी ना एक हैजिटेशन आती है कि मैं क्यों करा, जे कोई नाल होवे ना थोड़े तुम वो चीज़ कर लोगे। सो वो पीयर टू पीयर मैंटर उदा बड़ा वधिया होंदा, तो वो एक बार झाका खुल जाए फिर नहीं वो लगता होंदा ना, एक बार थोड़ा लगता कि हाँ मैं क्यों जावा की करा है ना, तुम जाओगे तुम इंजॉय करोगे तुम मुड़ के फिर जाओगे। बट नाउ ओके दिस इज कि कह लो तुम इनवॉल्व होंगे, बट मैनू हम जो मेरी परसनली रीजन सेगा कि बई बिकॉज जो तुम वो जितते इलेक्शन जितते मैं लगता वो पहला साल से जो दिवाली पार्टी हुई सी, राइट, वो पहला साल से जो क्रिकेट का टूरनामेंट होया कॉन्स्टोगो कॉलेज के। एंड साढ़े पंजाबियों के लिए सानू इदा लग रहा है कि यार हूँ क्योंकि दिवाली पार्टी कितनी बड़ी पार्टी सी उन्होंने की जी, राइट, एंड जिते यूअर होस्टिंग कह लो, एंड वो साढ़े लिए इदा कि यार कुछ नवी चीज़ा साड़ी कम्यूनिटी के लिए आ रही कॉलेज, बिकॉज दैट वॉज द स्टार्ट। अज तो पांच साल पहला
ਅਸੀਂ ਕਹਿ ਰਹੇ ਹਾਂ ਕਿਚਨਰ ਇੰਨਾ ਸੀਗਾ ਨਹੀਂ ਯਾ ਹਲੇ ਵੀ ਬਹੁਤ ਕਾਲਜਸ ਨੇ ਜਿਨ੍ਹਾਂ ਦੇ ਵਿੱਚ ਆਪਣੀ ਕਮਿਊਨਿਟੀ ਨਹੀਂ ਹੈਗੀ ਇਹ ਤਾਂ ਹੁਣ GTA ਜਾਂ ਕਹਿ ਲਓ ਹੁਣ ਕਿਚਨਰ ਕੋਨਸਟੋਗਾ ਵਾਟਰਲੂ ਇੱਧਰ ਥੋੜ੍ਹਾ ਜਿਹਾ ਹੁਣ ਜ਼ਿਆਦਾ ਪੰਜਾਬੀ ਹੋ ਗਏ ਬਟ ਹਲੇ ਵੀ ਕੁਛ ਕਾਲਜਸ ਹੈਗੇ ਤੁਸੀਂ ਵੈਸਟ ਚਲ ਜਾਓ ਵਿੰਡਜ਼ਰ ਵੱਲ ਤੁਸੀਂ ਇੱਧਰ ਨਾਇਗਰਾ ਵੱਲ ਚਲ ਜਾਓ ਉੱਥੇ ਹਲੇ ਵੀ ਕਾਲਜਸ ਹੈਗੇ ਜਿੱਥੇ ਆਪਣੀ ਕਮਿਊਨਿਟੀ ਇੰਨਾ ਐਕਸਪਲੋਰ ਨਹੀਂ ਕਰ ਪਾ ਰਹੇ ਬਟ ਦੈਨ ਹੁਣ ਅੱਗੇ ਜਾ ਕੇ ਮੈਨੂੰ ਇੰਨਾ ਪਤਾ ਯੂ ਵਰ ਇਨ ਦ ਕਾਲਜ ਦ ਹੋਲ ਟਾਈਮ ਈਵਨ ਤੁਸੀਂ ਪਾਰਟ ਟਾਈਮ ਜੋਬ ਵੀ ਉੱਥੇ ਕਰ ਰਹੇ ਸੀਗੇ ਰਾਈਟ ਐਂਡ ਦੈਨ ਹੁਣ ਤੁਸੀਂ ਫੁੱਲ ਟਾਈਮ ਵੀ ਉੱਥੇ ਕਰ ਰਹੇ ਹੋ ਹਾਊ ਯੂ ਗੋਟ ਇਨ ਟੂ ਜੋਬ ਸੋ ਨੈਟਵਰਕਿੰਗ ਇਜ ਪਲੇਨ ਐਂਡ ਸਿੰਪਲ ਆਨਸਰ ਨੈਟਵਰਕਿੰਗ ਤੁਸੀਂ ਕਨੈਕਸ਼ਨਸ ਬਿਲਡ ਕਰਦੇ ਹੋ ਤੁਸੀਂ ਲੋਕਾਂ ਨੂੰ ਮਿਲਦੇ ਹੋ ਹੈ ਨਾ ਮੈਂ ਜਦੋਂ ਪਹਿਲਾਂ ਮੈਂ ਬੋਰਡ 'ਤੇ ਸੀਗੀ ਸੋ ਸਟੂਡੈਂਟ ਰੈਪ੍ਰੈਜੈਂਟੇਸ਼ਨ ਐਡਵੋਕੇਟ ਸੀਗੀ ਮੈਂ ਸਟੂਡੈਂਟ ਸੀ 2 ਸਾਲ ਹੈ ਨਾ ਬੋਰਡ 'ਤੇ ਰਹੀ ਫਿਰ ਵਾਈਸ ਪ੍ਰੈਜੀਡੈਂਟ ਬਣੀ ਸਾਰਾ ਕੁਛ ਕੀਤਾ ਉਸ ਤੋਂ ਬਾਅਦ ਇੱਕ ਵਾਰੀ ਲਈ ਮੇਰੀ ਉਹ ਸਾਰਾ ਉਸ ਟਾਈਮ ਖਤਮ ਹੋ ਗਿਆ ਸੀਗਾ ਹੈ ਨਾ ਫਿਰ ਮੈਂ ਪਾਰਟ ਟਾਈਮ ਜੋਬ ਲੱਭੀ ਹੈ ਨਾ ਕਿਉਂਕਿ ਪੈਸੇ ਕਮਾਉਣੇ ਸੀਗੇ ਚਾਹੀਦੇ ਸੀਗੇ ਵੀ ਅਤੇ ਉਦੋਂ ਵੀ ਮੈਂ ਇਹੀ ਚੀਜ਼ ਕੀਤੀ ਸੀਗੀ ਹੈ ਨਾ ਮੈਂ ਸਾਰੇ ਆਪਣੇ ਪ੍ਰੋਫੈਸਰਸ ਨੂੰ ਪੁੱਛਿਆ ਮੈਂ ਸਾਰੇ ਜਿਹੜੇ ਲੋਕਾਂ ਨਾਲ ਪਹਿਲਾਂ ਕੰਮ ਕਰਦੀ ਸੀ ਫਰੈਂਡਸ ਸੀਗੇ ਸਾਰੇ ਹੈ ਨਾ ਸਾਰਿਆਂ ਨੂੰ ਪੁੱਛਿਆ ਕਿ ਬਈ ਕੋਈ ਜੋਬ ਹੈਗੀ ਹੈ ਨਾ ਇੱਥੇ ਕੋਈ ਜੋਬ ਦੱਸੋ ਜਿਸ 'ਚ ਮੇਰਾ ਇੰਟਰਸਟ ਵੀ ਹੋਵੇ ਅਤੇ ਮੈਨੂੰ ਵਧੀਆ ਵੀ ਲੱਗੇ ਅਤੇ ਪੈਸੇ ਵੀ ਕਮਾਏ ਜਾਣ ਹੈ ਨਾ ਜੇ ਤੁਸੀਂ ਉਹ 3 ਚੀਜ਼ਾਂ ਲਾਈਨ ਕਰ ਲਓ ਫਿਰ ਤੁਸੀਂ ਬਹੁਤ ਖੁਸ਼ੀ ਖੁਸ਼ੀ ਜੋਬ ਕਰ ਸਕਦੇ ਹੋ ਜੇ ਮੈਨੂੰ ਕੋਈ ਜੋਬ ਕਰਨ ਦਾ ਸ਼ੌਕ ਹੀ ਨਹੀਂ ਹੈ ਤਾਂ ਮੈਂ ਉਹ ਕਰੀ ਜਾ ਰਹੀ ਹਾਂ ਹੈ ਨਾ ਪਾਰਟ ਟਾਈਮਸ ਡਿਫਰੈਂਟ ਫੁੱਲ ਟਾਈਮਸ ਡਿਫਰੈਂਟ ਐਸੇ ਪਾਰਟ ਟਾਈਮ 'ਚ ਇੰਨਾ ਉਹ ਨਹੀਂ ਹੁੰਦਾ ਪਾਰਟ ਟਾਈਮ 'ਚ ਤੁਹਾਡੀ ਮੇਨ ਫੋਕਸ ਹੈ ਕਿ ਕੰਮ ਕਰੋ ਲੈਟਸ ਅਰਨ ਸਮ ਮਨੀ ਅਤੇ ਉਸ ਤੋਂ ਬਾਅਦ ਤੁਸੀਂ ਪੜ੍ਹੋ ਸਾਰਾ ਕੁਛ ਰੋਲ ਚੱਕਰ ਚੇਂਜ ਹੋ ਗਿਆ ਨਾ ਹੁਣ ਉਦੋਂ ਤਾਂ ਸੀਗਾ ਪਾਰਟ ਟਾਈਮ ਅਸੀਂ ਪਾਰਟ ਟਾਈਮ ਕੰਮ ਕੀਤਾ 1.5 ਸਾਲ ਕਿਉਂਕਿ ਸਾਡੇ ਇਸ ਤੇ ਪਹਿਲੇ ਦੀ ਗੱਲ ਤਾਂ ਰਿਸਟ੍ਰਿਕਟਿਡ ਸੀਗੇ 20 ਆਵਰਸ ਕਰਨੇ ਹੁਣ ਰਿਸਟ੍ਰਿਕਸ਼ਨਸ ਵੀ ਚੱਕ ਹੋ ਗਈਆਂ ਹੁਣ ਹੁਣ ਇੱਦਾਂ ਹੋ ਗਿਆ ਹੁਣ ਉਹ ਪਾਰਟ ਟਾਈਮ ਨਹੀਂ ਹੁਣ ਤਾਂ ਸ਼ੁਰੂ ਤੋਂ ਫੁੱਲ ਟਾਈਮ ਹੀ ਆ ਬਿਕੋਜ਼ ਹਾਫ ਆਫ ਦ ਸਟੂਡੈਂਟਸ ਉਹ ਜਾ ਰਹੇ ਆ ਔਨਲਾਈਨ ਕਲਾਸਿਸ ਐਂਡ ਮੈਨੂੰ ਇੱਥੇ ਲੱਗ ਰਿਹਾ ਕਿ ਸੋਰੀ ਟੂ ਕੱਟ ਯੂ ਬਟ ਮੈਨੂੰ ਇੱਥੇ ਇੱਦਾਂ ਲੱਗ ਰਿਹਾ ਕਿ ਪੇਰੈਂਟਸ ਪਲੇਜ਼ ਅ ਵੈਰੀ ਬਿਗ ਰੋਲ ਕਿਉਂਕਿ ਜੇ ਪੇਰੈਂਟਸ ਆਪਣੇ ਸਟੂਡੈਂਟਸ ਨੂੰ ਜਾਂ ਆਪਣੇ ਬੱਚਿਆਂ ਨੂੰ ਇਹ ਦੱਸੋਗੇ ਹੀ ਨਹੀਂ ਕਿ ਯਾਰ ਤੁਸੀਂ ਬਾਹਰ ਜਾ ਕੇ ਪੈਸਾ ਨਹੀਂ ਤੁਸੀਂ ਆਪਣੇ ਆਪ ਲਈ ਜਾ ਰਹੇ ਹੋ ਰਾਈਟ ਮੈਂ ਕਹਿੰਦੀ ਹਾਂ ਐਡਾ ਵਧੀਆ ਪੁਆਇੰਟ ਕੀਤਾ ਨਾ ਪੇਰੈਂਟਸ ਸਟਾਰਟਿੰਗ ਤੋਂ ਹੀ ਬਹੁਤ ਵਧੀਆ ਵੱਡਾ ਰੋਲ ਕਰਦੇ ਨੇ ਹੈ ਨਾ ਜਦੋਂ ਤੁਸੀਂ ਹਜੇ ਆਪਦੀ ਕੰਟਰੀ 'ਚ ਹੁੰਦੇ ਹੋ ਜਦੋਂ ਤੁਸੀਂ ਇੰਡੀਆ ਆਉਂਦੇ ਹੋ ਹੈ ਨਾ ਮੈਜੋਰਿਟੀ ਆਫ ਲੋਕ ਆਉਂਦੇ ਨੇ ਏਜੰਟਸ ਦੇ ਥਰੂ ਸਾਰਾ ਕੁਛ ਏਜੰਟ ਤੁਹਾਨੂੰ ਕਹਿੰਦਾ ਕਿ ਆਹ ਪ੍ਰੋਗਰਾਮ ਹੈ ਜੀ ਤੁਸੀਂ ਇਸ ਕਾਲਜ 'ਚ ਆਹ ਵਾਲੇ ਪ੍ਰੋਗਰਾਮ 'ਚ ਜਾਓ ਤੁਸੀਂ ਇੱਕ ਵਾਰ ਸੋਚ ਕੇ ਦੇਖਿਆ ਕਿ ਬਈ ਕਿਹੜਾ ਪ੍ਰੋਗਰਾਮ ਹੈ ਮੈਂ ਦੇਖਾਂ ਲੱਭਾਂ ਮੈਨੂੰ ਦੱਸੋ ਕਿਹਦੇ ਕੋਲ ਇੰਟਰਨੈਟ ਨਹੀਂ ਹੈਗਾ ਕੋਈ ਗੂਗਲ 'ਤੇ ਸਰਚ ਕਿਉਂ ਨਹੀਂ ਕਰਦਾ ਤੁਸੀਂ ਇਹ ਕਿਉਂ ਨਹੀਂ ਦੇਖਦੇ ਕਿ ਬਈ ਮੇਰਾ ਇੰਟਰਸਟ ਕਿਸ 'ਚ ਹੈ ਅਤੇ ਪੇਰੈਂਟਸ ਵੀ ਇੰਨਾ ਪੁਸ਼ ਕਰਨ ਕਿ ਬਈ ਤੂੰ ਇਹ ਦੇਖ ਕਿਸ 'ਚ ਇੰਟਰਸਟ ਹੈ ਅਤੇ ਕਿਸ 'ਚ ਲੌਂਗ ਟਰਮ ਤੁਹਾਨੂੰ ਫਾਇਦਾ ਵੀ ਹੋਣਾ ਜੇ ਹੁਣ ਮੈਜੋਰਿਟੀ ਮੈਨੂੰ ਇੰਨਾ ਦੁੱਖ ਹੁੰਦਾ ਕਦੀ ਕਦੀ ਦੇਖ ਕੇ ਨਾ ਓਰੀਐਂਟੇਸ਼ਨ 'ਤੇ ਇੰਨੇ ਆਪਣੇ ਪੰਜਾਬੀ ਆਉਂਦੇ ਨੇ ਸਾਰੇ 1 ਸਾਲ ਦੇ ਪ੍ਰੋਜੈਕਟ ਮੈਨੇਜਮੈਂਟ ਜਾਂ ਜਨਰਲ ਬਿਜ਼ਨਸ ਦੇ ਕੋਰਸ 'ਚ ਆਉਂਦੇ ਨੇ ਹੈ ਨਾ ਉਸ ਤੋਂ ਬਾਅਦ ਗੱਲ ਇਹ ਹੈ ਕਿ ਉਸ ਤੋਂ ਬਾਅਦ ਜੋਬਸ ਕਿੰਨੀਆਂ ਔਖੀਆਂ ਮਿਲਦੀਆਂ ਨੇ ਉਹ ਔਖਾ ਬਿਲਕੁਲ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਸਪੈਸ਼ਲੀ ਜਿਹੜੇ ਬੱਚੇ ਬਿਲਕੁਲ ਗ੍ਰੇਡ 12 ਤੋਂ ਬਾਅਦ ਆਉਂਦੇ ਨੇ ਹੈ ਨਾ ਇੰਡੀਆ ਤੋਂ ਬਾਕੀ ਮਾਸਟਰਸ ਕਰਨ ਜਿਹੜੇ ਪੋਸਟ ਗ੍ਰੈਜੂਏਸ਼ਨ ਕਰਨ ਆਏ ਨੇ ਉਹ ਇੰਡੀਆ ਤੋਂ ਗ੍ਰੈਜੂਏਸ਼ਨ ਕਰਕੇ ਆਏ ਨੇ ਜੇ ਫਿਰ ਤੁਸੀਂ 12th ਤੋਂ ਬਾਅਦ ਆਉਂਦੇ ਹੋ ਔਖੇ ਸੌਖੇ ਸਭ ਹੋ ਜਾਂਦਾ ਮੈਂ ਕਹਿੰਦੀ ਹਾਂ ਹੈ ਨਾ ਮੈਂ ਵੀ 4 ਸਾਲ ਕੱਢੇ ਨੇ ਔਖੇ ਫੀਸ ਕੱਢੀ ਸੌਖੀ ਫੀਸ ਕੱਢੀ ਕੱਢ ਲਈ ਹੈ ਨਾ ਮਿਹਨਤ ਕਰਨ ਵਾਲਾ ਬੰਦਾ ਹੋਣਾ ਹੋ ਜਾਣਾ ਹੁੰਦਾ ਫਿਰ ਪੇਰੈਂਟਸ ਦਾ ਇੱਥੇ ਬਣਦਾ ਕਿ ਬਈ ਤੁਸੀਂ ਦੱਸੋ ਕਿ ਤੂੰ ਸਰਚ ਕਰ ਤੇਰਾ ਕੀ ਸ਼ੌਕ ਹੈ ਉਸ 'ਚ ਜਾ ਦੂਜੀ ਵਾਲੇ ਦੱਸੋ ਦੇਖੋ ਕਿ ਕੈਨੇਡਾ 'ਚ ਕਿਸ ਚੀਜ਼ ਦੀ ਕਿਹੜੀ ਜੋਬਸ ਦੀ ਲੋੜ ਹੈ ਟ੍ਰੇਡਸ ਇੰਨੀਆਂ ਜੋਬਸ ਨੇ ਟ੍ਰੇਡਸ 'ਚ ਕਿਉਂ ਨਹੀਂ ਆ ਰਹੇ ਲੋਕ ਉਸ 'ਚ ਵੁੱਡ ਵਰਕਿੰਗ ਤੋਂ ਲੈ ਕੇ ਪਲੰਬਿੰਗ ਤੋਂ ਲੈ ਕੇ ਆਪਾਂ ਲੱਗਦਾ ਹਾਂ ਵੀ ਕੀ ਕਰਨਾ ਇੱਦਾਂ ਕਰਨਾ ਮੋਰ ਮਨੀ ਦੈਨ ਜਨਰਲ ਬਿਜ਼ਨਸ ਮੋਰ ਜੋਬਸ ਬੈਟਰ ਪੇਇੰਗ ਜੋਬਸ ਸਾਰਾ ਕੁਛ ਵਧੀਆ ਇੱਕ ਸਕਿੱਲਡ ਵਰਕਰ ਲਈ ਠੀਕ ਹੈ ਇੱਥੇ ਉਹਨਾਂ ਨੂੰ ਲੋੜ ਹੈ ਉਸ ਚੀਜ਼ ਦੀ ਕੈਨੇਡਾ 'ਚ ਬਹੁਤ ਜ਼ਿਆਦਾ ਸਕਿੱਲਡ ਲੇਬਰ ਦੀ ਲੋੜ ਆ ਉਹ ਸਕਿੱਲਡ ਲੇਬਰ ਜੇ ਇੱਥੇ ਬੰਦਾ ਆਵੇ 2 ਸਾਲ ਦਾ ਪ੍ਰੋਗਰਾਮ ਕਰੇ ਐਡਾ ਵਧੀਆ ਪ੍ਰੋਗਰਾਮ ਹੈ ਨਾ ਆਟੋਮੋਟਿਵ ਹੋ ਗਿਆ ਜਾਂ ਕੁਛ ਹੋ ਗਿਆ ਇਹੋ ਜਿਹੀ ਕੋਈ ਸਿਲੈਕਟਡ ਜੀ ਫੀਲਡਸ ਕਰੋ ਰਿਸਰਚ ਕਰੋ ਦੇਖੋ ਕਿ ਕੀ ਕਰਨਾ ਫਿਰ ਜਦੋਂ ਤੁਸੀਂ ਇੱਥੇ ਆਉਂਦੇ ਹੋ ਫਿਰ ਤੁਸੀਂ ਜੀ ਲਾ ਕੇ ਪੜ੍ਹੋ 1-2 ਸਾਲ ਦੀ ਗੱਲ ਨਹੀਂ ਹੈ ਨਾ ਉਸ ਤੋਂ ਬਾਅਦ ਤਾਂ ਕੰਮ ਹੀ ਉਸ ਤੋਂ ਬਾਅਦ ਸਾਰੀ ਉਮਰ ਕੰਮ ਕਰਨਾ ਸਾਰੀ ਉਮਰ ਪੈਸੇ ਕਮਾਉਣੇ ਜਿਹੜੇ ਉਹ 2 ਸਾਲ ਨੇ ਨਾ ਜਾਂ ਤੁਸੀਂ ਉਹ ਸ਼ਾਰਟ ਟਰਮ ਵਾਲੇ ਕੱਢ ਲਓ ਜਾਂ ਤੁਸੀਂ ਲੌਂਗ ਟਰਮ ਦੇਖੋ ਦੂਰ ਤੱਕ ਦੇਖੋ ਆਪਣੀ ਟਨਲ ਵਿਜ਼ਨ ਇੱਦਾਂ ਕਰਕੇ ਦੇਖੋਗੇ ਤਾਂ ਉਹੀ ਦੱਸਣਾ ਉਹੀ 4 ਦਿਨ ਦੱਸਣਾ ਦੂਰ ਤੱਕ ਦੇਖੋ ਕਿ ਬਈ ਤੁਸੀਂ ਲਾਈਫ 'ਚ ਕਿੰਨੀ ਅੱਗੇ ਪਹੁੰਚਣਾ ਚਾਹੁੰਦੇ ਹੋ ਕਿੱਥੇ ਕੁ ਪਹੁੰਚਣਾ ਚਾਹੁੰਦੇ ਹੋ ਕਿਹੋ ਜਿਹੀ ਤੁਹਾਨੂੰ ਆਪਣੀ ਲਾਈਫ ਸਟਾਈਲ ਚਾਹੀਦੀ ਹੈ ਜੇ ਤੁਹਾਡਾ ਆਨਸਰ ਹੈ ਕਿ ਕੋਈ ਵਧੀਆ ਲਾਈਫ ਚਾਹੀਦੀ ਹੈ ਕੰਫਰਟੇਬਲ ਲਾਈਫ ਚਾਹੀਦੀ ਹੈ ਨਾ ਫਿਰ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਉਹਦੇ ਲਈ ਕੰਮ ਕਰੋ ਉਹ ਚੀਜ਼ ਬਹੁਤ ਜ਼ਰੂਰੀ ਹੈ ਉਹ ਚੀਜ਼ ਬਹੁਤ ਜ਼ਰੂਰੀ ਹੈ ਕਿ ਬਈ ਦੇਖੋ ਤੁਸੀਂ ਕਿੱਥੇ ਜਾ ਰਹੇ ਹੋ ਹਰ ਸਟੈਪ ਦਾ ਤੁਹਾਡਾ ਕੋਈ ਕੋਨਸੀਕੁਐਂਸ ਹੁੰਦਾ ਜੇ ਮੇਰੇ ਕੋਲ ਕੋਈ ਸਕਿੱਲ ਹੈ ਲੈਟਸ ਸੇ ਮੈਂ ਇੰਡੀਆ 'ਚ
कपड़े सीनी सी कुछ ठीक है, या फिर मैनू कोई बुटीक का काम आता सीगा, कोई थ्रेडिंग का काम आता सी, कुछ भी है ना। मैं इत्थे आके वो काम जिहड़ा मैनू आंदा ही नहीं, तो मैं किसी फैक्ट्री च लग जा या फिर कितने पीज़ा स्टोर च लग जा या कुछ, जदों कि मैं अपना फायदा भी कर सकती हाँ तो आपके पैशन भी पूरा कर सकती हाँ, क्योंकि सारे वो कर रहे हैं तो मैं वो पिछे भजा, वो चीज़ गलत है। या फिर कि भाई मैं मैनू स्विमिंग आती है, मैं इतने थोड़ा जहा इनवैसट करा तो मैं इतने लोगों तो ऑर्डर लेने शुरू करा, आपका छोटा जहा स्मॉल बिजनेस ओपन कर ला। इतने लोगों को कितना शौक है उस चीज़ का, लोग क्रोशे बनाते हैं है ना, कि बिजनेस चल पाया इतने इंडिया च, तो यह जे स्किल है ही बहुत ਫਿਰੋ। ਸਭ ਤੋਂ ਵੱਡੀ ਗੱਲ ਜਿਹੜੀ ਪੇਰੈਂਟਸ ਨੂੰ ਸਿਖਾਉਣੀ ਚਾਹੀਦੀ ਹੈ ਜਾਂ ਫਿਰ ਬੱਚਿਆਂ ਨੂੰ ਆਪ ਨੂੰ ਵੀ ਇੰਨੀ ਸਮਝਾਉਣੀ ਚਾਹੀਦੀ ਕਿ ਸਾਰੀ ਜ਼ਿੰਦਗੀ ਸਾਰੀ ਚੀਜ਼ ਬੈਲੈਂਸ 'ਤੇ ਚੱਲਦੀ ਆ, ਠੀਕ ਹੈ। ਥੋੜ੍ਹਾ ਜਿਹਾ ਖੇਡੋ, ਘਰ ਵੀ ਆਹੀ ਕਹਿੰਦੇ ਸੀ ਥੋੜ੍ਹਾ ਜਿਹਾ ਖੇਡ ਲਓ, ਥੋੜ੍ਹਾ ਜਿਹਾ ਪੜ੍ਹ ਲਓ, ਥੋੜ੍ਹਾ ਜਿਹਾ ਖੇਡ ਲਓ। ਸਿਰਫ ਪੜ੍ਹਨ ਵਾਲਿਆਂ ਨੂੰ ਵੀ ਅਤੇ ਸਿਰਫ ਖੇਡਣ ਵਾਲਿਆਂ ਨਾਲ ਵੀ ਕੁਛ ਕਿਤੇ ਨਹੀਂ ਉਹ ਹੁੰਦਾ ਹੈ ਨਾ। ਸਭ ਤੋਂ ਵਧੀਆ ਇਹ ਹੈ ਕਿ ਬਈ ਤੁਸੀਂ ਆਏ ਹੋ ਇੱਥੇ, ਤੁਸੀਂ ਪੜ੍ਹਨ ਲਈ ਆਏ ਹੋ, ਪੜ੍ਹੋ ਨਾਲ ਦੀ ਨਾਲ, ਤੁਸੀਂ ਆਪਣਾ ਇੰਜੋਏ ਵੀ ਕਰੋ ਆਪਣੇ ਫਰੈਂਡਸ ਨਾਲ, ਨਾਲ ਦੀ ਨਾਲ ਤੁਸੀਂ ਘੁੰਮੋ ਫਿਰੋ ਵੀ, ਐਕਸਪਲੋਰ ਵੀ ਕਰੋ ਅਤੇ ਆਪਣੇ ਆਪ ਨੂੰ ਵਧਾਓ, ਠੀਕ ਹੈ। ਸਭ ਤੋਂ ਜ਼ਿਆਦਾ ਵੱਡੀ ਇਨਵੈਸਟਮੈਂਟ ਤੁਹਾਡੀ ਆਪਣੇ ਆਪ 'ਚ ਹੋਣੀ ਚਾਹੀਦੀ ਆ, ਠੀਕ ਹੈ, ਅਤੇ ਉਹ ਪੈਸੇ ਨਾਲ ਨਹੀਂ ਹੁੰਦੀ। ਪੇਰੈਂਟਸ ਨੂੰ ਇਹ ਚੀਜ਼ਾਂ ਜਦੋਂ ਬੱਚੇ ਆਉਂਦੇ ਨੇ ਕਿ ਉਹ ਪ੍ਰੈਸ਼ਰਾਈਜ਼ ਨਹੀਂ ਕਰਨਾ, ਸਾਰਿਆਂ ਦੀ ਸਿਚੁਏਸ਼ਨਸ ਅਲੱਗ ਹੁੰਦੀਆਂ ਨੇ, ਮੈਂ ਬਿਲਕੁਲ ਅੰਡਰਸਟੈਂਡ ਕਰਦੀ ਹਾਂ, ਪਰ ਜੇ ਤੁਸੀਂ ਸਿਆਣਪ ਨਾਲ ਚੱਲੋਗੇ ਨਾ ਤਾਂ ਬਹੁਤ ਇੱਥੇ ਬਹੁਤ ਆਰਾਮ ਨਾਲ ਲਾਈਫ ਵੀ ਨਿਕਲ ਸਕਦੀ ਆ, ਠੀਕ ਹੈ। ਕਈ ਲੋਕ ਕਹਿੰਦੇ ਵੀ ਜੋਬ ਹੈਗੀ ਹੈ ਪਰ ਫਿਰ ਵੀ ਕੁਛ ਨਹੀਂ ਬਣ ਰਿਹਾ ਹੈ ਨਾ। ਜਦੋਂ ਤੁਸੀਂ ਸਟੂਡੈਂਟ ਹੋ ਤੁਹਾਨੂੰ ਨਾ ਗੱਡੀ ਲੈਣ ਦੀ ਜਾਂ ਮਹਿੰਗੀ ਚੀਜ਼ਾਂ ਲੈਣ ਦੀ ਲੋੜ ਨਹੀਂ ਆ, ਪਰ ਉਹ ਨਾ ਫਿਰ ਉੱਥੇ ਇਹ ਪਾਰਟ ਆ ਜਾਂਦਾ ਨਾ, ਦੈਨ ਵੀ ਸਾਡਾ ਜਿਹੜਾ ਮਾਈਂਡ ਸੈਟ ਆ ਜਵਾਨੀ ਆ ਯਾਰ, ਜੇ ਜਵਾਨੀ ਨਹੀਂ ਜੀ ਤੇ ਫਿਰ ਕੀਤਾ ਕੀ ਹੈ ਨਾ, ਆਹੀ ਤਾਂ ਫਿਰ ਜੇ ਗੱਡੀ ਨਾ ਹੋਈ ਘੈਂਟ ਫਿਰ ਕਰਾਂਗੇ ਕੀ ਹੈ ਨਾ। ਨਹੀਂ ਨਹੀਂ ਨਹੀਂ, ਮੈਂ ਬਿਲਕੁਲ ਇਸ ਚੀਜ਼ 'ਤੇ ਤਾਂ ਮੈਂ ਹਮੇਸ਼ਾ ਅਗਰੀ ਕਰਦੀ ਹਾਂ ਕਿ ਜਵਾਨੀ ਅੱਜ ਤੁਹਾਡਾ ਟਾਈਮ ਹੈ ਪਰ ਬੈਲੈਂਸ ਨਾਲ ਚੱਲੋ, ਠੀਕ ਹੈ। ਆਪਣੇ ਆਪ ਨੂੰ ਔਖਾ ਕਰਕੇ ਲੈ ਕੇ ਲੈਣ ਦੀ ਲੋੜ ਨਹੀਂ, ਜੇ ਮੇਰੇ ਕੋਲ ਹੈਗੇ ਐਕਸਟਰਾ ਕਿਉਂ ਨਹੀਂ ਲਾਣੇ। ਆਈ ਆਲਵੇਜ਼ ਸੇ ਕਿ ਮੈਂ ਆਪਣੇ ਆਪ ਨੂੰ ਹਮੇਸ਼ਾ ਨਾ ਥੋੜ੍ਹੀ ਥੋੜ੍ਹੀ ਦੇਰ ਬਾਅਦ ਉੱਦਾਂ ਹੀ ਟ੍ਰੀਟ ਕਰ ਦਿੰਦੀ ਹਾਂ ਨਾ, ਕੋਈ ਫਿਰ ਗੁੱਡ ਫੂਡ ਗੁੱਡ ਡਿਨਰ ਜਾਂ ਫਿਰ ਬੜੀ ਦੇਰ ਤੋਂ ਕਿਸੇ ਚੀਜ਼ 'ਤੇ ਅੱਖ ਹੋਵੇ ਕਿ ਆਹ ਏਅਰਿੰਗਸ ਲੈਣੇ ਨੇ ਮੈਂ, ਹੈ ਨਾ। ਪਰ ਅੱਜ ਮੇਰੀ ਅੱਜ ਜੇ ਮੈਂ ਲੈ ਲਏ ਮੈਂ ਔਖੀ ਹੋ ਕੇ ਲਊਂਗੀ, ਜੇ ਮੈਂ ਥੋੜ੍ਹਾ ਜਿਹਾ ਹਿਸਾਬ ਨਾਲ ਚੱਲਾਂ, ਠੀਕ ਹੈ, ਥੋੜ੍ਹਾ ਜਿਹਾ ਮੈਂ ਹਫ਼ਤਾ ਮੈਂ ਬਾਹਰ ਨਾ ਖਾਵਾਂ, ਹਫ਼ਤਾ ਮੈਂ ਕੌਫੀ ਨਾ ਪੀਵਾਂ ਬਾਹਰ, ਹੈ ਨਾ, ਲੋੜ ਨਹੀਂ ਹੈ ਉਸ ਚੀਜ਼ ਦੀ। ਜਿਹੜੀ ਚੀਜ਼ ਦੀ ਲੋੜ ਹੈ ਉਹ ਜ਼ਰੂਰ ਕਰੋ, ਗਰੋਸਰੀਜ਼ 'ਤੇ ਕਦੀ ਘੱਟ ਨਹੀਂ ਕਰਨਾ, ਠੀਕ ਹੈ, ਆਪਣੀ ਹੈਲਥ 'ਤੇ ਕਦੀ ਘੱਟ ਨਹੀਂ ਕਰਨਾ, ਪੜ੍ਹਾਈ 'ਤੇ ਕਦੀ ਘੱਟ ਨਹੀਂ ਕਰਨਾ। ਪਰ ਜਿਹੜੀ ਚੀਜ਼ਾਂ ਦੀ ਲੋੜ ਨਹੀਂ, ਜੇ ਮੈਂ ਕਹਿੰਦੀ ਹਾਂ ਬਾਹਰ ਮੈਂ ਨਹੀਂ ਇੱਕ ਦਿਨ ਪਾਰਟੀ ਕਰਨ ਜਾਣਾ, ਇੱਕ ਹਫ਼ਤਾ ਨਹੀਂ ਜਾਣਾ, ਉਹ ਪੈਸੇ ਮੈਂ ਬਜਾ ਕੇ ਉਹ ਏਅਰਿੰਗਸ ਲੈ ਸਕਦੀ ਹਾਂ। ਉਹ ਬੈਲੈਂਸ ਨਾਲ ਚੱਲਣਾ ਬਹੁਤ ਜ਼ਰੂਰੀ ਆ। ਫਾਈਨੈਂਸ਼ਲੀ ਤੁਸੀਂ ਇੰਨਾ ਦੂਰ ਤੱਕ ਪਹੁੰਚ ਸਕਦੇ ਹੋ ਜੇ ਤੁਸੀਂ ਆਪਣਾ ਬਜਟ ਬਣਾ ਕੇ ਚੱਲੋ, ਠੀਕ ਹੈ। ਗੱਡੀ ਲੈਣੀ ਔਖੀ ਨਹੀਂ, ਮਹਿੰਗੇ ਜੁੱਤੇ ਲੈਣੇ ਔਖੇ ਨਹੀਂ, ਕੜੀਆਂ ਲੈਣੀਆਂ ਔਖੀਆਂ ਨਹੀਂ, ਜੇ ਹਿਸਾਬ ਨਾਲ ਚੱਲੋਗੇ ਤਾਂ। ਪਰ ਹੁਣ ਇਹ ਵਧੀਆ ਗੱਲਾਂ ਆਪਾਂ ਕਰ ਰਹੇ ਹਾਂ, ਬਟ ਦੈਨ ਤੁਸੀਂ ਕਿਹੜੇ ਕੋਰਸ ਆਏ ਸੀ, ਕਿਹੜੀ ਡਿਗਰੀ ਦੇ ਲਈ ਆਏ ਸੀ? ਬਿਕੋਜ਼ ਤੁਸੀਂ ਡਿਗਰੀ ਕਰ ਰਹੇ ਸੀ 4 ਸਾਲ, ਸਾਡਾ ਤਾਂ ਸੀਗਾ 2 ਸਾਲ ਦਾ ਕੀਤਾ, ਐਂਡ ਦੈਨ ਕੰਮ ਕਰਨ ਆਏ ਹਾਂ, ਕੰਮ ਕਰਾਂਗੇ ਐਂਡ ਕਰ ਵੀ ਰਹੇ ਹਾਂ, ਰਾਈਟ? ਐਂਡ ਯੂ ਵਰ ਇਨ ਡਿਗਰੀ, ਉਹ ਕੀ ਸੀਨ ਸੀ, ਉਹ ਕਿੱਦਾਂ, ਹਾਊ ਯੂ ਗੋਟ ਇਨ ਟੂ ਦੈਟ, ਐਂਡ ਕਿੱਦਾਂ ਇੰਨੀ ਸਮਝ ਆਈ ਕਿ ਯਾਰ ਅਸਾਂ ਇਹ ਕਰਨਾ ਮੈਂ? ਯਾ ਸੋ ਗੱਲ ਇਹ ਸੀਗੀ ਕਿ ਜਿੰਨੇ ਲੋਕ ਇੱਥੇ ਪੋਸਟ ਗ੍ਰੈਜੂਏਸ਼ਨ ਲਿਆਉਂਦੇ ਨੇ, ਹੈ ਨਾ, ਉਹ ਆਲਰੇਡੀ ਇੰਡੀਆ ਤੋਂ ਗ੍ਰੈਜੂਏਸ਼ਨ ਕਰਕੇ ਆਉਂਦੇ ਨੇ। ਮੈਂ ਆਈ ਸੀਗੀ 12th ਤੋਂ ਬਾਅਦ, ਸੋ ਇੱਕ ਚੀਜ਼ ਪੱਕੀ ਸੀਗੀ ਕਿ ਬਈ ਗ੍ਰੈਜੂਏਸ਼ਨ ਤਾਂ ਕਰਨੀ ਆ, ਹੈ ਨਾ, ਹੁਣ ਚਾਹੇ ਇੱਥੇ ਕਰੋ ਚਾਹੇ ਉੱਥੇ ਕਰੋ। ਮੈਂ ਕਿਹਾ ਜੇ 3 ਸਾਲ ਦਾ ਪ੍ਰੋਗਰਾਮ ਕਰਨਾ ਫਿਰ 4 ਦਾ ਕਰ ਲੈਂਦੇ ਹਾਂ ਅਤੇ ਪੂਰੀ ਡਿਗਰੀ ਕਰ ਲੈਂਦੇ ਹਾਂ। ਸੋ ਜਦੋਂ ਮੈਂ ਦੇਖਦੀ ਸੀਗੀ ਉੱਥੇ, ਮੈਨੂੰ ਇੰਨਾ ਪਤਾ ਸੀਗਾ ਕਿ ਮੈਂ ਕਿਸੇ ਵਧੀਆ ਬਿਜ਼ਨਸ ਕੋਰਸ 'ਚ ਜਾਣਾ, ਅਤੇ ਮੈਨੂੰ ਹਮੇਸ਼ਾ ਇੰਟਰਨੈਸ਼ਨਲ ਬਿਜ਼ਨਸ ਦਾ, ਓਨ ਚੀਜ਼ਾਂ ਦਾ, ਬਿਜ਼ਨਸ ਮਾਰਕੀਟਿੰਗ, ਕੁਛ ਕ੍ਰੀਏਟਿਵ ਕਰਨਾ ਸੀਗਾ। ਅਤੇ ਫਿਰ ਮੈਂ ਬੈਚਲਰ ਆਫ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ 'ਚ ਆਈ ਸੀਗੀ, IBM ਕਹਿੰਦੇ ਨੇ ਇੱਥੇ, ਅਤੇ ਉਹ 4 ਸਾਲ ਦੀ ਡਿਗਰੀ ਸੀਗੀ ਮੇਰੀ। 4 ਸਾਲ ਇੱਥੇ ਆਈ, ਸ਼ੁਰੂ ਕੀਤੇ, ਉਹਦੇ ਵਿੱਚ ਕੋਆਪ ਸੀ, ਉਹ ਵੀ ਬਹੁਤ ਵਧੀਆ ਓਪਰਚੁਨਿਟੀ ਹੈ। ਸੋ ਜਦੋਂ ਇੰਡੀਆ 'ਚ ਹੁੰਦੇ ਹੋ, ਇਹ ਚੀਜ਼ਾਂ ਦੇਖਣੀਆਂ ਬਹੁਤ ਜ਼ਰੂਰੀ ਨੇ ਕਿ ਉਹ ਕੋਰਸ ਤੁਹਾਨੂੰ ਕੀ ਦੇ ਰਿਹਾ, ਠੀਕ ਹੈ, ਕੋਆਪਸ ਦੇ ਰਿਹਾ ਕਿ ਨਹੀਂ ਦੇ ਰਿਹਾ, ਤੁਹਾਨੂੰ ਦੇਖੋ ਹੋਰ ਕਿੰਨੀ ਓਪਰਚੁਨਿਟੀਜ਼ ਨੇ ਉਸ 'ਚ। ਸੋ ਮੇਰੇ ਪ੍ਰੋਗਰਾਮ 'ਚ ਕੋਆਪਸ ਸੀਆਂ 3, ਸੋ ਮੈਂ 3 ਵਿੱਚੋਂ ਜੋਬ ਕੀਤੀ। ਸੋ ਜਿੱਦਾਂ 8 ਮਹੀਨੇ ਦਾ ਮੇਰਾ ਪ੍ਰੋਗਰਾਮ ਹੈ, 8 ਮਹੀਨੇ ਪੜ੍ਹੀ, ਫਿਰ ਉਸ ਤੋਂ 4 ਮਹੀਨੇ ਜੋਬ ਸੀਗੀ। 4 ਮਹੀਨੇ ਮੈਂ ਆਪਣੀ ਫੀਲਡ 'ਚ ਜੋਬ ਲੱਭਣੀ ਆ, ਅਤੇ ਕਾਲਜ ਵਾਲੇ ਤੁਹਾਨੂੰ ਹੈਲਪ ਵੀ ਕਰਦੇ ਨੇ, ਸੋ ਬਹੁਤ ਵਧੀਆ।
ਕਈ ਲੋਕਾਂ ਨੂੰ ਕੋਆਪ ਤੋਂ ਬਾਅਦ ਹੀ ਫੁੱਲ ਟਾਈਮ ਜੋਬ ਮਿਲ ਜਾਂਦੀ ਆ ਬਿਲਕੁਲ ਉੱਥੇ ਉਹੀ ਕੰਪਨੀ ਤੁਹਾਨੂੰ ਹਾਂ ਸੇਮ ਤੁਸੀਂ ਵਧੀਆ ਕੰਮ ਕਰੋ ਤੁਹਾਡੀ ਕੰਪਨੀ ਤੁਹਾਨੂੰ ਵਾਪਸ ਲੈ ਆਉਂਦੀ ਆ ਸੋ ਇੱਦਾਂ ਕਰਦੇ ਕਰਦੇ ਜੀ 3 ਸਾਲ ਕੱਢੇ ਸੀਗੇ ਮੈਂ ਉੱਥੇ ਅਤੇ ਫੋਰਥ ਈਅਰ 'ਚ ਇੱਕ ਓਪਰਚੁਨਿਟੀ ਆਈ ਸੀਗੀ ਆਇਰਲੈਂਡ ਜਾਣ ਦੀ ਅਤੇ ਫਿਰ ਉਸ ਤੋਂ ਬਾਅਦ ਮੈਂ ਫੋਰਥ ਈਅਰ ਐਕਸਚੇਂਜ ਪ੍ਰੋਗਰਾਮ ਕੀਤਾ ਸੀਗਾ ਉੱਥੇ ਅਤੇ ਮੇਰੀ 4 ਸਾਲ ਦੀ ਡਿਗਰੀ ਲਾਸਟ ਈਅਰ ਫਿਨਿਸ਼ ਹੋ ਗਈ ਸੀਗੀ ਹੁਣ 1 ਸਾਲ ਹੋ ਵੀ ਗਿਆ ਆਲਰੇਡੀ ਫੁੱਲ ਟਾਈਮ ਜੋਬ ਕਰਦੇ ਕਰਦੇ ਨਾਈਸ ਬਟ ਹੁਣ ਆਇਰਲੈਂਡ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਕਿੱਦਾਂ ਬਿਕੋਜ਼ ਜਦੋਂ ਸਾਨੂੰ ਪਤਾ ਲੱਗਾ ਕਿ ਯਾਰ ਮੇਹਰ ਹੁਣ ਆਇਰਲੈਂਡ ਜਾ ਕੇ ਪੜ੍ਹ ਰਹੀ ਆ ਸਾਡੇ ਦਿਮਾਗ 'ਚ ਤਾਂ ਇਹ ਸੀਗਾ ਕਿ ਨਾਓ ਯੂ ਮੂਵ ਦੇਅਰ ਹੈ ਨਾ ਦੈਨ ਫਿਰ ਪਤਾ ਲੱਗਾ ਕਿ ਨਹੀਂ ਯਾਰ ਉਹ ਤਾਂ ਸੇਮ ਹੀ ਡਿਗਰੀ ਦਾ ਇੱਕ ਪਾਰਟ ਕਰਨ ਗਏ ਆ ਰਾਈਟ ਐਂਡ ਦੈਨ ਵਟ ਵਾਜ਼ ਦੈਟ ਹਾਓ ਉਹ ਕਿੱਦਾਂ ਹੁੰਦਾ ਉਹਦੀ ਕੀ ਪ੍ਰੋਸੈਸ ਕੀ ਹੈ ਸੋ ਇਹ ਮੈਂ ਸੋਚਿਆ ਸੀਗਾ ਫਸਟ ਡੇ ਓਰੀਐਂਟੇਸ਼ਨ ਵਾਲੇ ਦਿਨ ਉਹ ਤੁਹਾਨੂੰ ਪ੍ਰੈਜੈਂਟੇਸ਼ਨ ਦਿੰਦੇ ਨੇ ਨਾ ਕਿ ਆਹ ਤੁਹਾਡਾ ਪ੍ਰੋਗਰਾਮ ਹੈ ਇੱਦਾਂ ਇੱਦਾਂ ਚੱਲਣਾ ਆਹ ਟਾਈਮ ਲਾਈਨ ਹੈ ਸਾਰਾ ਕੁਛ ਹੈ ਉਸ 'ਚ ਇੱਕ ਸਲਾਈਡ ਸੀ ਜਿਸ 'ਚ ਦੱਸਿਆ ਸੀਗਾ ਕਿ ਤੁਸੀਂ ਐਕਸਚੇਂਜ ਪ੍ਰੋਗਰਾਮ ਕਰ ਸਕਦੇ ਹੋ ਕਿ ਤੁਸੀਂ ਕਿਸੇ ਹੋਰ ਕਾਲਜ 'ਚ ਜਾ ਕੇ ਪੜ੍ਹੋਗੇ ਉੱਥੇ ਦੇ ਬੱਚੇ ਇੱਥੇ ਆ ਕੇ ਪੜ੍ਹਨਗੇ ਠੀਕ ਹੈ 1 ਸਾਲ ਲਈ ਤੁਸੀਂ ਆਪਦੇ ਕਾਲਜ ਵੱਲੋਂ ਜਾਂਦੇ ਹੋ ਸਾਰਾ ਕੁਛ ਸੇਮ ਹੁੰਦਾ ਅਤੇ ਇੱਦਾਂ ਇੱਦਾਂ ਕਰਕੇ ਸੀਗਾ 3 ਸਾਲ ਨਿਕਲੀਏ ਸੋਚਿਆ ਨਹੀਂ ਕਦੀ ਯਾਦ ਨਹੀਂ ਆਇਆ ਫਿਰ ਇੱਕਦਮ ਯਾਦ ਆਇਆ ਅਤੇ ਉਹਨਾਂ ਨੇ ਫਿਰ ਪੁੱਛਿਆ ਕਿ ਬਈ ਇੱਦਾਂ ਅਲੱਗ ਅਲੱਗ ਕੰਟਰੀਜ਼ ਦੇ ਆਪਸ਼ਨ ਸੀਗੇ ਸੋ ਸਪੇਨ ਸੀਗਾ ਫਰਾਂਸ ਸੀਗਾ ਸਾਰਾ ਕੁਛ ਸੀਗਾ ਆਇਰਲੈਂਡ ਵਾਲਾ ਸੀਗਾ ਜਿਹੜਾ ਉਹ ਸੀਗਾ ਡੂਅਲ ਡਿਗਰੀ ਪ੍ਰੋਗਰਾਮ ਸੋ ਜੇ ਮੈਂ ਆਇਰਲੈਂਡ ਜਾ ਕੇ 1 ਸਾਲ ਲਗਾਉਂਦੀ ਤਾਂ ਮੈਨੂੰ ਕੋਨਸਟੋਵਰ ਕਾਲਜ ਕੈਨੇਡਾ ਪਲੱਸ ਯੂਨੀਵਰਸਿਟੀ ਆਫ ਇਨਫੋਰਮੇਸ਼ਨ ਟੈਕਨੋਲੋਜੀ ਕਰ ਲਓ ਉੱਥੋਂ ਵੀ ਡਿਗਰੀ ਮਿਲਣੀ ਸੀ ਸੋ ਹੁਣ ਮੇਰੇ ਕੋਲ 2 ਡਿਗਰੀਜ਼ ਨੇ ਉਹੀ 4 ਸਾਲਾਂ 'ਚ ਪ੍ਰੋਸੈਸ ਇੱਦਾਂ ਸੀਗਾ ਉਹਦਾ ਜੀ ਉਹਨਾਂ ਨੇ ਫੁੱਲ ਐਪਲੀਕੇਸ਼ਨ ਸੀਗੀ ਉਸ 'ਚ ਤੁਸੀਂ ਆਪਣਾ ਦੱਸੋ ਕਿ ਤੁਸੀਂ ਕਿਉਂ ਜਾਣਾ ਚਾਹੁੰਦੇ ਹੋ ਠੀਕ ਹੈ ਅਤੇ ਤੁਸੀਂ ਜਾ ਕੇ ਕਿੱਦਾਂ ਕਰੋਗੇ ਆਪਣਾ ਸਾਰਾ ਕੁਛ ਤੁਹਾਡੇ ਗ੍ਰੇਡਸ ਚੈੱਕ ਹੁੰਦੇ ਨੇ ਓਬਵੀਅਸਲੀ ਤੁਹਾਨੂੰ ਸਰਟਨ 70% ਸੀਗਾ ਮੇਰੇ ਖਿਆਲ ਨਾਲ 70% ਤੋਂ ਜ਼ਿਆਦਾ ਤੁਹਾਨੂੰ ਸਕੋਰ ਚਾਹੀਦਾ ਅਤੇ ਨਾਲ ਉਹ ਸਭ ਤੋਂ ਵੱਡਾ ਦੇਖਦੇ ਨੇ ਤੁਹਾਡੀ ਕਾਲਜ ਇਨਵੋਲਵਮੈਂਟ ਠੀਕ ਹੈ ਕਿ ਤੁਸੀਂ ਕਮਿਊਨਿਟੀ ਨੂੰ ਕੀ ਦਿੱਤਾ ਵਾਪਸ ਇਹ ਚੀਜ਼ ਕੈਨੇਡਾ ਜਿਹੋ ਜਿਹੀ ਕੰਟਰੀਜ਼ 'ਚ ਬਹੁਤ ਜ਼ਿਆਦਾ ਵੈਲਿਊਏਬਲ ਹੁੰਦੀ ਆ ਉਹ ਇਹ ਮੈਂ ਕਹਿਣਾ ਲੌਂਗ ਟਰਮ ਜੇ ਦੇਖਿਆ ਜਾਵੇ ਤੁਹਾਨੂੰ ਫਾਇਦਾ ਦਊਗੀ ਹੀ ਦਊਗੀ ਉਹ ਚੀਜ਼ ਹੈ ਨਾ ਕਿੱਥੇ ਜਾ ਕੇ ਉਹ ਚੀਜ਼ ਹੋਈ ਕਿ ਬਈ ਇਹ ਕੁੜੀ ਵਾਲੰਟੀਅਰ ਕਰਦੀ ਸੀਗੀ ਇਹਨੇ ਕਮਿਊਨਿਟੀ ਨੂੰ ਦਿੱਤਾ ਕੁਛ ਹੈ ਨਾ ਇਹਨੇ ਕੁਛ ਕੀਤਾ ਨਾਲ ਗ੍ਰੇਡਸ ਮਿਲਾ ਮਿਲੂ ਕੇ ਉਹਨਾਂ ਨੇ ਉਹ ਐਪਲੀਕੇਸ਼ਨ 'ਚੋਂ 14-15 ਬੱਚਿਆਂ ਨੇ ਅਪਲਾਈ ਕੀਤਾ ਸੀਗਾ ਅਤੇ ਉਸ 'ਚੋਂ 5 ਬੱਚੇ ਸਿਲੈਕਟ ਹੋਏ ਸੀਗੇ ਫਿਰ ਅਤੇ ਮੈਂ ਉਹ 5 ਬੱਚਿਆਂ 'ਚੋਂ ਆਈ ਵਾਜ਼ 1 ਲੱਕੀ ਸਟੂਡੈਂਟ ਇਨ ਦੈਟ 5 ਸੋ ਫਿਰ ਅਸੀਂ ਆਇਰਲੈਂਡ ਜਾਂਦੇ ਹਾਂ ਕਾਲਜ ਉਸ 'ਚ ਵੀ ਬਹੁਤ ਹੈਲਪ ਕਰਦਾ ਠੀਕ ਹੈ ਤੁਹਾਨੂੰ ਦੱਸਦੇ ਨੇ ਉਹ ਕਿ ਟ੍ਰਾਂਜੈਕਸ਼ਨ ਕਿੱਦਾਂ ਹੋਣੀ ਹੈ ਇੱਥੋਂ ਤੁਸੀਂ ਜਾਓਗੇ ਸਾਰਾ ਕੁਛ ਉੱਥੇ ਜਾ ਕੇ ਕਿੱਦਾਂ ਹੋਊਗਾ ਉੱਥੇ ਦੀ ਯੂਨੀਵਰਸਿਟੀ ਵੀ ਤੁਹਾਨੂੰ ਹੈਲਪ ਕਰਦੀ ਆ ਸੈੱਟ ਹੋਣ 'ਚ ਕਿਉਂਕਿ ਉਹ ਤੁਹਾਡਾ ਨਵਾਂ ਸ਼ਹਿਰ ਸਾਰਾ ਕੁਛ ਉਹ ਹੈ ਨਾ ਨਵੀਂ ਦੁਨੀਆ ਹੈ ਸਾਰੀ ਅਤੇ ਇੱਕ ਵਾਰੀ ਲਈ ਡਰ ਲੱਗਦਾ ਕਿਉਂਕਿ ਇੱਥੇ ਸੈੱਟ ਹੋ ਗਏ 3 ਸਾਲ ਫਿਰ ਆਪਣਾ ਬੋਰੀਆ ਵਿੱਚ ਸੋਚਿਆ ਕੁਝ ਫਿਰ ਚਲੋ ਕੰਫਰਟ ਜ਼ੋਨ ਬਣ ਜਾਂਦਾ ਪਰ ਜਾਂ ਤੁਸੀਂ ਕੰਫਰਟ ਪਿੱਕ ਕਰ ਸਕਦੇ ਹੋ ਜਾਂ ਫਿਰ ਤੁਸੀਂ ਐਡਵੈਂਚਰ ਅਤੇ ਹੈਪੀਨੈਸ ਪਿੱਕ ਕਰ ਸਕਦੇ ਹੋ ਕੰਫਰਟ ਜ਼ੋਨ 'ਚ ਰਹਿ ਕੇ ਨਾ ਬੰਦਾ ਲੇਜ਼ੀ ਹੋ ਜਾਂਦਾ ਜੇ ਤੁਸੀਂ ਨਵੀਂ ਦੇਖਣਾ ਚਾਹੁੰਦੇ ਹੋ ਖੁਸ਼ ਰਹਿਣਾ ਚਾਹੁੰਦੇ ਹੋ ਨਾ ਔਨ ਯੋਰ ਟੋਸ ਆਹੀ ਤਾਂ ਉਮਰ ਹੈ ਜਾ ਕੇ ਦੇਖੀਏ ਕੀ ਕਰੀਏ ਸੋ ਉਸ ਤਰੀਕੇ ਨਾਲ ਹੈਲਪ ਬਹੁਤ ਹੋ ਜਾਂਦੀ ਹੈ ਪਲੱਸ ਫਾਈਨੈਂਸ਼ਲੀ ਵੀ ਹੈਲਪ ਕਰਦੇ ਨੇ ਤੁਹਾਡੀ ਦੇ ਗਿਵ ਯੂ ਸਕਾਲਰਸ਼ਿਪ ਇਜ਼ ਵੈਲ ਇਟਸ ਕਾਲਡ ਗਲੋਬਲ ਸਿਟੀਜ਼ਨਸ਼ਿਪ ਸਕਾਲਰਸ਼ਿਪ ਅਤੇ ਉਸ 'ਚ ਅਬਾਊਟ ਆਈ ਥਿੰਕ ਵਾਜ਼ ਅਪ ਟੂ $3,000 ਜਿਹੜਾ ਤੁਹਾਨੂੰ ਦਿੰਦੇ ਨੇ ਅਤੇ ਉੱਥੇ ਤੁਸੀਂ ਜਾਂਦੇ ਹੋ ਯੂਰੋਪੀਅਨ ਲਾਈਫ ਸਟਾਈਲ ਇਜ਼ ਵੈਰੀ ਡਿਫਰੈਂਟ ਦੈਨ ਕੈਨੇਡੀਅਨ ਲਾਈਫ ਸਟਾਈਲ ਪਰ ਬਹੁਤ ਵਧੀਆ ਓਪਰਚੁਨਿਟੀ ਸੀਗੀ 1 ਸਾਲ ਮੈਂ ਉੱਥੇ ਰਹੀ ਛੋਟਾ ਜਿਹਾ ਸ਼ਹਿਰ ਸੀਗਾ ਕਾਰਲੋ ਅਤੇ ਉੱਥੇ ਰਹੇ ਜੀ ਇੱਥੇ ਸਾਰਾ ਕੁਛ ਉੱਥੇ ਫਰੈਸ਼ ਨੇੜੇ ਨੇੜੇ ਸੀਗਾ ਨਾ ਤੁਰ ਕੇ ਜਾਂਦੇ ਸੀਗੇ ਹਰ ਜਗ੍ਹਾ ਨਵੀਆਂ ਲਾਈਕ ਹਰ ਕੋਈ ਬੱਸਿਸ ਨਹੀਂ ਸੀਗਾ ਉੱਥੇ ਕਿਉਂਕਿ ਸ਼ਹਿਰ ਛੋਟਾ ਸੀਗਾ ਹੈ ਨਾ ਸੋ ਅਸੀਂ ਹਫ਼ਤੇ ਦੀ ਗਰੋਸਰੀ ਲੈ ਕੇ ਆਉਣੀ ਸਿਰਫ ਹਫ਼ਤੇ ਦਾ ਜ਼ਿਆਦਾ ਫਰੈਸ਼ ਗਰੋਸਰੀ ਲੈ ਕੇ ਆਉਣੀ ਆ ਵਾਪਸ ਆਉਣਾ ਉਹੀ ਖਾਣਾ ਬਣਾਉਣਾ ਸਾਰਾ ਕੁਛ ਅਤੇ ਕਿਉਂਕਿ ਉਹ ਐਕਸਚੇਂਜ ਟਾਊਨ ਸੀਗਾ ਉੱਥੇ ਬਹੁਤ ਸਾਰੀ ਅਲੱਗ ਅਲੱਗ ਕੰਟਰੀਜ਼ ਦੇ ਲੋਕ ਸੀਗੇ ਸੋ ਜਿਹਨਾਂ ਨਾਲ ਮੈਂ ਰਹਿੰਦੀ ਸੀਗੀ ਉਹ ਫਰੈਂਚ ਲੋਕ ਸੀਗੇ ਮੇਰੇ ਨਾਲ ਦੇ ਗੁਆਂਢੀ ਜਰਮਨ ਸੀਗੇ ਨਾਲ ਜਿਹੜੇ ਨਾਲ 5 ਹੋਰ ਕੈਨੇਡੀਅਨਸ ਗਏ ਸੀਗੇ ਨਾਲ ਉਹ ਸੀਗੇ ਸੋ ਸਾਰਾ ਮਿਕਸ ਜਿਹਾ ਹੀ ਸੀਗਾ ਉੱਥੇ ਅਤੇ ਬਹੁਤ ਵਧੀਆ ਐਕਸਪੀਰੀਅੰਸ ਸੀਗਾ ਨਾਈਸ ਮੈਨੂੰ ਆਈ ਐਕਚੁਅਲੀ ਵਾਂਟ ਟੂ ਨੋ ਲਿਟਲ ਬਿਟ ਮੋਰ ਅਬਾਊਟ ਤੁਹਾਡੀ ਇਹ ਜਰਨੀ ਬਿਕੋਜ਼ ਨਾਓ ਤੁਸੀਂ ਇੱਥੇ ਦਾ ਕੈਨੇਡੀਅਨ ਲਾਈਫ ਅਸੀਂ ਦੇਖ ਰਹੇ ਹਾਂ ਵੀ ਆਰ ਫੈਮਿਲੀਅਰ ਟੂ ਇਟ ਪਤਾ ਯਾਰ ਬੇਸਮੈਂਟ ਘਰ ਮਿਲ ਜਾਣਾ ਜਾਂ ਜਿੱਦਾਂ ਵੀ ਆ ਪਰ ਰਹਿ ਲੈਣਾ ਇੱਥੇ ਹੁਣ ਉੱਥੇ ਰਹਿਣ ਸਹਿਣ ਖਾਣ ਪੀਣ ਦਾ ਕੀ ਹਿਸਾਬ ਆ ਐਂਡ ਕਿੱਦਾਂ ਟੈਲ ਅਸ ਸਮ ਕੋਈ ਸਟੋਰੀ ਹੈਗੀ ਕੋਈ ਯੂਰਪ ਦੀ ਕੋਈ ਇੱਦਾਂ ਦੀ ਕਿ ਜਿਹੜੀ ਜਿਹੜਾ ਇੱਦਾਂ ਲੱਗਾ ਹੋਵੇ ਕਿ ਯਾਰ ਮੇਰੇ ਬਹੁਤ ਵਧੀਆ ਡਿਸੀਜ਼ਨ ਸੀਗਾ ਤੇਰਾ ਜਦੋਂ ਬੰਦਾ ਆਪਣੇ ਆਪਣੇ ਜਦੋਂ ਕਹਿੰਦਾ ਨਾ ਕਿ ਯਾਰ ਬਹੁਤ ਵਧੀਆ ਡਿਸੀਜ਼ਨ ਸੀ ਕਿ ਆਈ ਐਮ ਹੈਪੀ ਨਾਓ ਕਿ ਮੈਂ ਕੀਤਾ ਆਪਣੀ ਜ਼ਿੰਦਗੀ ਵਿੱਚ
बहुत सारे यह जो एक्सपीरियंस ने बहुत सारिया स्टोरिया ने बट उत्थे दा लाइफस्टाइल दी सब तो मेन गल यह है उत्थे लोग की भज नहीं रहे बहुत काम लाइफस्टाइल है उत्थे है ना लोगों को 3-4 बजे लोग जिदा रिलैक्स जो हो जाना शुरू हो जाते हैं है ना लोग कहते बस हम चलो खाना खाइए अर्ली डिनर वेरी हेल्दी लाइफस्टाइल उत्थे है ना अर्ली डिनर करना लोगों ने वॉकिंग बहुत है उत्थे है ना क्योंकि तुम नेड़े सारा कुछ तो तुर तुर के जाने हो है ना हेल्दी रहने हो तुम बहुत ज़्यादा इन चीज़ों काफ़ी डिफरेंट सी चीज़ा यह है ना तो दूजा यूरोप ना यह है कि उत्थे लोग देयर सक्सेस बट देयर नॉट रनिंग बिहाइंड इट ठीक है इतने जिदा बंदा काम करता वीकेंड से ग्रोसरी लैन चल जाता वो कर लाता उत्थे थोड़ी स्लो है लाइफ उत्थे थोड़ी उदा काम है तुम जाने हो तुम कॉलेज जाने हो तुम वापस आने हो जॉब करते हो अपना एक थोड़ा जहा ओबियसली इकोनमी का भी फर्क है इतने महंगी ने चीज़ा उत्थे थोड़ी सस्तिया ने चीज़ा है ना उत्थे मेरी ग्रोसरी सस्ती पैंती सी सो $20 का तो फर्क घट्टो घट सी है ना इतने हूँ होर ज़्यादा महंगा हो गया जो मैं वापस आई उतों एक बार मैं धक्का जहा लगे मैं कहा $50 चार चीज़ा आई सौ च चार रही पर उ गल है ना कि उत्थे यह जी चीज़ा बहुत सी फिर मैं एक बार जी सब तो वही स्टोरी यह है कि मैं एक वीक ऑफ सी वो कहते इस तुम जो मर्जी कर सकते हो जिते मर्जी जा सकते हो जो तुम यूरोप की सब तो वही गल है कि तुम एक जगह का वीज़ा लवाओ तो 26 कंट्रीज़ का वीज़ा ना मिलता है ना सो मैंने 26 कंट्रीज़ का वीज़ा मैं लवा लिया उस तो बाद मैं अपना बैग जो पैक किया मैं फर्स्ट सोलो ट्रिप पर गई सी है ना कल्ली मैं गई सी ऑस्ट्रिया वियना गई सी मैं है ना एक बार लिए तो डर लगता है कि आ कि बिल्कुल ही नवा सारा कुछ है ना तो ओ फर्स्ट एक्सपोजर सीगा मेरा टू गो टू ट्रैवल बाय माई सेल्फ टू सी कि अच्छा लोग किदा इतने की हो रहा है सारा कुछ किदा हो रहा है ना बहुत ही सोहनी कंट्रीज़ ने बहुत ही ज़्यादा सोना बहुत ही रिच कल्चर है ना हिस्ट्री है उत्थे आर्कीटेक्चर इन्ना सोहना है सारा कुछ इन्ना सोहना तुम लोगों को मिलते हो सारा कुछ करते हो तुम कितने हॉस्टल उत्थे रहने हो या जो भी है उत्थे होर हो जे बच्चे बहुत मिलते हैं फिर तुम इकट्ठे घूमते हो उन्होंने इदा करते करते बहुत सारी कंट्रीज़ घूमिया बहुत सारी कंट्रीज़ देखिया सारा कुछ बजट से किया स्टूडेंट बजट से सी अजे भी मैं इदा नहीं कि भाई वधिया होटल च रह रहा उड़ा रहा इदा कुछ नहीं सीगा जे तुसी एयरबीएनबी च रहने सीगे है ना या कुछ करते सीगे तो थोड़ा जिहा लिया के अपने घरे भी खाना बना लेना या कुछ कर लेना या सैंडविच पैक करके ला जाना कि भाई उत्थे भुख लगेगी घूमते घूमते तो खा लाँगे फिर भी सीगा इदा नहीं सीगा कि भाई लैविशली अपना लाइफ वो कर रहे हैं या कुछ सीगा इंजॉय किया पर बैलेंस ना किया पर वो इंजॉय में लगता दैट इज एक्चुअली इंजॉय बिकॉज़ लेविश तुसी ओदा तुसी जा रहे हो वेकेशन ते जा रहे हो या तुसी वो चीज यू विल डू इट विद द टाइम बट जेड़ा स्टूडेंट है ना वो स्टूडेंट है ही है चीज देन यू एक्सप्लोर योरसेल्फ या तुसी कह रहे हो कि यार ओके मूवी भी ता सीगी वो कंगना दी केड़ी सीगी क्वीन है ना सो इट्स लाइक द सेम थिंग कि तुसी जा रहे हो किन्ना एक्सप्लोर कर दी हो राइट सो वो क्वीन ਦੇ ਨਾਲ ਰਿਲੇਟ ਕੀਤਾ ਥੋੜਾ ਜਿਹਾ ਬਿਲਕੁਲ ਰਿਲੇਟ ਕੀਤਾ ਉਦਾਂ ਹੀ ਮਤਲਬ ਕਦੀ ਕਦੀ ਨਾ ਇਦਾਂ ਲੱਗਦਾ ਹੁੰਦਾ ਸੀਗਾ ਜਿੱਦਾਂ ਮੈਂ ਮੂਵੀ 'ਚ ਆ ਅਤੇ ਮੇਰੀ ਮੂਵੀ ਚੱਲ ਰਹੀ ਆ ਹੈ ਨਾ ਅਤੇ ਬੜੀ ਵਧੀਆ ਲਾਈਫ ਨਿਕਲਦੀ ਆ ਇੱਦਾਂ ਮੈਂ ਇਹ ਦੇਖਿਆ ਜਦੋਂ ਤੁਸੀਂ ਮੈਂ ਇੱਦਾਂ ਕੋਬਲ ਸਟੋਨਸ ਨਹੀਂ ਹੁੰਦੇ ਜਿੱਦਾਂ ਉਹੋ ਜਿਹੀ ਰੋਡਸ ਬਣੀਆਂ ਹੋਈਆਂ ਉੱਦਾਂ ਤੁਸੀਂ ਉੱਥੇ ਤੁਰੀ ਜਾਂਦੇ ਹੋ ਕੋਈ ਕੈਫੇ 'ਚ ਬੈਠ ਕੇ ਤੁਸੀਂ ਕੌਫੀ ਪੀ ਲਈ ਹੈ ਨਾ ਕੁਛ ਕਰ ਲਿਆ ਫਿਰ ਤੁਸੀਂ ਜਾ ਰਹੇ ਹੋ ਕਿਸੇ ਨੇ ਕੁਛ ਕਹਿਤਾ ਕਿਸੇ ਦਾ ਕੋਈ ਡੋਗ ਆ ਰਿਹਾ ਕੁਛ ਮਤਲਬ ਬਹੁਤ ਹੀ ਅਲੱਗ ਜਿਹੀ ਲਾਈਫ ਆ ਹੈ ਨਾ ਅਤੇ ਉਹ ਹੀ ਤੁਸੀਂ ਥੋੜ੍ਹਾ ਜਿਹਾ ਆਪਣੀ ਲਾਈਫ ਨੂੰ ਉੱਧਰ ਰੋਮੈਂਟਿਸਾਈਜ਼ ਜਿਹਾ ਕਰਕੇ ਚੱਲਦੇ ਹੋ ਉੱਥੇ ਅਤੇ ਬਹੁਤ ਵਧੀਆ ਲੱਗਿਆ ਉੱਦਾਂ ਅਤੇ ਮਤਲਬ ਆਪਣੇ ਆਪ ਨੂੰ ਪੁਸ਼ ਕੀਤਾ ਇੱਦਾਂ ਸੌਖਾ ਨਹੀਂ ਸੀਗਾ ਕਿ ਅੱਛਾ ਠੀਕ ਹੈ ਚਲੋ ਚੱਲੀਏ ਇੱਦਾਂ ਨਹੀਂ ਸੀਗਾ ਪੁਸ਼ ਕੀਤਾ ਆਪਣੇ ਆਪ ਨੂੰ ਸਮਝਾਇਆ ਫੈਮਿਲੀ ਵੱਲੋਂ ਸਪੋਰਟ ਬਹੁਤ ਸੀਗੀ ਹਮੇਸ਼ਾ ਮੇਰੇ ਡੈਡ ਨੇ ਹਮੇਸ਼ਾ ਕਿਹਾ ਕਿ ਬਈ ਜਾਓ ਦੇਖੋ ਕੀ ਹੈ ਐਕਸਪਲੋਰ ਕਰੋ ਕਦੀ ਨਹੀਂ ਰੋਕਿਆ ਕਿ ਹਾਂ ਬਈ ਕੁੜੀ ਹੈ ਇੱਦਾਂ ਨਹੀਂ ਕੀ ਕਰੇ ਜਾਣਾ ਨਹੀਂ ਡਰ ਲੱਗਦਾ ਇਹ ਕਰਦਾ ਉਹਨੇ ਕਿਹਾ ਆਈ ਹੈਵ ਫੇਥ ਇਨ ਯੂ ਕੌਨਫੀਡੈਂਸ ਹੈ ਜਾਓ ਆਪਣੇ ਆਪ ਨੂੰ ਸੰਭਾਲਣਾ ਸਿੱਖੋ ਨਾਲੇ ਇਹ ਵੀ ਚੀਜ਼ਾਂ ਜ਼ਰੂਰੀ ਨੇ ਜਦੋਂ ਪੇਰੈਂਟਸ ਇਹ ਚੀਜ਼ ਕਹਿ ਦਿੰਦੇ ਆ ਨਾ ਬੱਚੇ ਦਾ ਕੌਨਫੀਡੈਂਸ ਤਾਂ ਇੱਕ ਅਲੱਗ ਰਿਸਪੋਂਸੀਬਲ ਬਹੁਤ ਬਣ ਜਾਂਦਾ ਬੱਚਾ ਬਿਕੋਜ਼ ਪਤਾ ਹੁੰਦਾ ਕਿ ਯਾਰ ਮੇਰੇ ਘਰਦਿਆਂ ਨੇ ਮੇਰੇ ਉੱਤੇ ਇੰਨੀ ਕੁ ਜ਼ਿਆਦਾ ਮੇਰੇ 'ਤੇ ਭਰੋਸਾ ਰੱਖ ਕੇ ਮੈਨੂੰ ਭੇਜਿਆ ਯੂ ਹੈਵ ਦੈਟ ਰਿਸਪੋਂਸੀਬਿਲਿਟੀ ਬੈਕ ਆਫ ਯੂਰ ਮਾਇੰਡ ਹਮੇਸ਼ਾ ਤੁਸੀਂ ਕਰਨ ਦੇ ਕੁਛ ਜਾਣਦੇ ਹੋ ਨਾ ਤੁਹਾਡੇ ਪਹਿਲਾਂ ਤੁਹਾਡੇ ਪੇਰੈਂਟਸ ਆ ਜਾਂਦੇ ਕਿਉਂਕਿ ਤੁਹਾਨੂੰ ਪਤਾ ਉਹਨਾਂ ਨੇ ਤੁਹਾਡੇ ਲਈ ਕੀ ਕੁਛ ਕੀਤਾ ਬਟ ਨਾ ਉੱਥੇ ਦੀ ਕੀ ਕਲੱਬ ਲਾਈਫ ਕਿੱਦਾਂ ਦੀ ਹੈਗੀ ਉੱਥੇ ਦੀ ਕਲੱਬ ਲਾਈਫ ਬਿਲਕੁਲ ਬਹੁਤ ਵਧੀਆ ਕਲੱਬ ਲਾਈਫ ਹੈ ਫੁੱਲ ਪਾਰਟੀ ਚੱਲਦੀ ਹੈ ਲੋਕ ਜਾਂਦੇ ਨੇ ਉੱਥੇ ਨਾ
ਇੱਕ ਸਭ ਤੋਂ ਫਨੀ ਗੱਲ ਇਹ ਹੈ ਆਇਰਲੈਂਡ 'ਚ, ਆਇਰਲੈਂਡ ਤਾਂ ਨੋਨ ਹੈ ਥੋੜ੍ਹਾ ਜਿਹਾ ਹੈ ਨਾ ਚਿੱਲ ਕਰਨ ਲਈ ਅਤੇ ਸਾਰਾ ਕੁਛ ਹੈ ਨਾ, ਉੱਥੇ ਜੇ ਤੁਸੀਂ 12 ਵਜੇ ਵੀ ਜਾਓਗੇ ਨਾ ਲੋਕ ਲੰਚ 'ਚ ਬੀਅਰ ਲੈ ਕੇ ਬੈਠੇ ਹੁੰਦੇ ਨਾ, ਕੋਈ ਉਹਨਾਂ ਨੂੰ ਨਹੀਂ ਕੋਈ ਟੈਨਸ਼ਨ, ਉਹਨਾਂ ਦੀ ਬਿਜ਼ਨਸ ਮੀਟਿੰਗਸ ਕਦੀ ਕਦੀ ਪੱਬ 'ਚ ਹੁੰਦੀਆਂ ਨੇ, ਉਹ ਬਹੁਤ ਹੀ ਡਿਫਰੈਂਟ ਜਾਂ ਉਸ ਤਰੀਕੇ ਨਾਲ ਉਹ ਚੀਜ਼ਾਂ ਚੱਲਦੀਆਂ ਨੇ, ਬਟ ਕਿਉਂਕਿ ਉਹ ਲੋਕ ਵਧੀਆ ਇੰਜੋਏ ਕਰਦੇ ਨੇ ਆਪਣਾ ਹੈ ਨਾ, ਰਾਤ ਨੂੰ ਉਹਨਾਂ ਨੂੰ ਉਹ ਹੁੰਦਾ ਕਿ ਚਲੋ ਹੁਣ ਪਾਰਟੀ ਕਰੀਏ, ਕਲੱਬ ਲਾਈਫ ਬਹੁਤ ਵਧੀਆ, ਬੈਸਟ ਕਲੱਬ ਲਾਈਫ ਹੈਗੀ ਹੈ ਜੀ ਬੁਦਾਪੈਸਟ ਦੀ, ਹੰਗਰੀ ਇੰਨੀ ਕੁ ਵਧੀਆ ਉੱਥੇ ਹੈ ਨਾ, ਉੱਥੇ ਇੰਨੀ ਸਾਰੀ ਬੈਚੁਲਰ ਪਾਰਟੀਜ਼ ਹੋ ਰਹੀਆਂ, ਸਾਰਾ ਕੁਛ ਹੋ ਰਿਹਾ, ਲੋਕ ਰਿਸਪੈਕਟਫੁਲੀ ਦਾ ਆਪਣਾ ਡਾਂਸ ਕਰ ਰਹੇ, ਸਾਰਾ ਕੁਛ ਕਰ ਰਹੇ ਹੈ ਨਾ। ਦੂਜੀ ਐਮਸਟਰਡਮ ਦੀ, ਐਮਸਟਰਡਮ ਦੀ ਵੀ ਬਹੁਤ ਵਧੀਆ, ਆਹੀ ਘੁੰਮ ਕੇ ਕਿੰਨਾ ਕੁਛ ਪਤਾ ਲੱਗਦਾ ਹੈ ਨਾ, ਜੇ ਇੱਥੇ ਮਤਲਬ ਮੈਂ ਰਹਿੰਦੀ ਹਾਂ ਕੁਛ ਜੇ ਨਾ ਐਕਸਪਲੋਰ ਕਰਦਾ, ਇੱਥੇ ਪਤਾ ਹੀ ਨਹੀਂ ਲੱਗਣਾ ਸੀਗਾ ਕਿ ਇੱਥੇ ਦੀ ਕਿਚਨਰ ਤੋਂ ਹੋਰ ਕੀ, ਨਾਲੇ ਉਹੀ ਗੱਲ ਹੈ ਹਰ ਇੱਕ ਦੀ ਆਪਦੀ ਸਿਚੁਏਸ਼ਨ ਹੁੰਦੀ ਹੈ, ਪਰ ਇੱਥੇ ਰਹਿ ਕੇ ਵੀ ਜੇ ਤੁਸੀਂ ਥੋੜ੍ਹਾ ਜਿਹਾ ਜਾਓ ਬਾਹਰ ਦੇਖੋ ਹੈ ਨਾ, ਕਿੰਨਾ ਸਾਰੇ ਉਹ ਛੋਟੇ ਛੋਟੇ ਸ਼ਹਿਰ ਜਿਹਨੇ ਇਲੋਰਾ ਗਏ ਸੀ ਅਸੀਂ ਇਸ ਵਾਰੀ ਸਮਰ 'ਚ ਹੈ ਨਾ, ਮੈਂ ਕਿਹਾ ਤਾਂ ਇਹ ਵੀ ਅਲੱਗ ਹੀ ਚੀਜ਼ ਆ, ਮੈਂ ਹੁਣ ਪਿਛਲੇ ਹਫ਼ਤੇ ਮੋਂਟਰੀਅਲ ਜਾ ਕੇ ਆਈ ਹਾਂ, very close to Europe, so people who can't go to Europe right now go to Montreal. actually sanu bhi idda lagda si mere birthday te gaye si assi, sanu idda lagda si ki yaar it's a dream come true hai na, ki tusi assi kuch nahi kita, assi ki karde si ke downtown apna sada hotel si ga, assi window open karde si ke assi baithe rehnde hunde si, sirf assi bas bahar dekhna ki yaar kinna sona baneya hoya, tusi onnu nihari jane tanu idda lagda ki yaar tusi kithe aaye ho, tanu vadhiya feel hunda hai na. But now, so you, thadi clubbing life, Europe life, is, mainu hune da laa rahe, kyunki tusi gal kar rahe ho na, mere dimaag ch aa rahe ki yaar main meher ko na photos mangaunga and then I will, ki dekhunga because now main onu imagine kar rahe ki kidda di life aa na, and mera bhi hun dil kar rahe ki ja ke aaiye ya dekhiye. But now, hun vich ik part aaya si COVID time. Theek aa, main jadon hun COVID time de vich ki siga, jobs vagaira, ਮਿਲਣੀਆਂ ਬਹੁਤ ਔਖੀਆਂ ਸੀ, ਬਟ ਐਟ ਦ ਸੇਮ ਟਾਈਮ ਕਾਲਜਿਸ ਤਾਂ ਕੰਮ ਕਰ ਹੀ ਰਹੇ ਸੀ, ਉਹਨਾਂ ਨੇ ਤਾਂ ਆਪਣਾ ਬਿਜ਼ਨਸ ਚਲਾਇਆ ਹੋਇਆ ਸੀ, ਉਹ ਕੀ ਸੀਗਾ ਉਹੀ ਇੱਕ ਟ੍ਰਾਂਜੀਸ਼ਨ ਸੀਗੀ ਆਫਲਾਈਨ ਤੋਂ ਆਨਲਾਈਨ ਦੀ, ਸੋ ਉਦੋਂ ਤੁਸੀਂ ਹਾਓ, ਹੁਣ ਤੁਸੀਂ ਕੋਵਿਡ ਟਾਈਮ ਕਿੱਥੇ ਸੀ, ਯੂਰਪ ਸੀਗੇ ਕਿੱਥੇ ਸੀਗੇ, ਇੱਥੇ ਸੀ, ਮੈਂ ਕੋਵਿਡ ਟਾਈਮ ਇੰਡੀਆ ਸੀਗੀ, ਓਕੇ, ਮੈਂ ਪਹਿਲਾਂ ਕੈਨੇਡਾ ਸੀਗੀ, ਪਰ ਇੱਥੇ ਕੈਨੇਡਾ ਥੋੜ੍ਹਾ ਔਖਾ ਹੋ ਗਿਆ ਸੀਗਾ ਰਹਿਣਾ ਇਕੱਲੇ, ਬਹੁਤ ਜ਼ਿਆਦਾ ਅਜੀਬ ਜਿਹਾ ਲੱਗ ਰਿਹਾ ਸੀਗਾ ਸਾਰਾ ਕੁਛ, ਅਤੇ ਫਿਰ ਇਹ ਵੀ ਸੋਚਿਆ ਕਿ ਬਈ ਇੱਥੇ ਇੰਨਾ ਲਾਈਕ ਸਾਰਾ ਕੁਛ ਪੈਸੇ ਲਗਾਉਣ ਦੇ, ਇਕੱਲੇ ਰਹਿਣ ਤੋਂ ਵਧੀਆ ਕਿ ਘਰੇ ਜਾ ਕੇ ਰਹਿ ਲਓ, ਫਿਰ ਕਦੀ ਮੌਕਾ ਨਹੀਂ ਮਿਲਣਾ ਘਰੇ ਰਹਿਣ ਦਾ, ਸੋ ਮੈਂ ਕੋਵਿਡ ਟਾਈਮ 'ਤੇ ਇੰਡੀਆ ਸੀਗੀ, ਬਟ ਮੇਰੀ ਜੋਬ ਕੈਨੇਡਾ ਹੀ ਚੱਲ ਰਹੀ ਸੀਗੀ, ਮੈਂ ਔਨਲਾਈਨ ਜੋਬ ਕਰਦੀ ਸੀ, ਸੋ ਮੈਂ ਸਾਰੀ ਰਾਤ ਇੰਡੀਆ ਜਾਗਦੀ ਸੀਗੀ, ਸਾਰਾ ਦਿਨ ਸੌਂਦੀ ਸੀਗੀ, ਪਰ ਕੋਈ ਚੱਕਰ ਨਹੀਂ ਸੀਗਾ ਕਿਉਂਕਿ ਸਵੇਰੇ ਉੱਠ ਕੇ ਮੰਮਾ ਸੀਗੇ, ਅਤੇ ਮੰਮਾ ਨੂੰ ਬਣਾ ਦੇਣਾ ਸੀਗਾ ਖਾਣਾ, ਕੋਈ ਉਹ ਨਹੀਂ ਸੀਗਾ। ਕੋਵਿਡ ਦੇ ਟਾਈਮ 'ਤੇ ਸਭ ਤੋਂ ਜ਼ਿਆਦਾ ਕੋਲਜਿਸ ਨੇ ਹੈਲਪ ਕੀਤੀ ਆ, ਜਿਹੜਾ ਕਿ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਕਿ ਇਹਨਾਂ ਨੇ ਇੰਨੀਆਂ ਜੋਬਸ ਕੱਢੀਆਂ, ਕੋਨਸਟੋਗਾ ਕਾਲਜ ਇਟਸੈਲਫ ਜਿੱਥੇ ਮੈਂ ਕੰਮ ਕਰਦੀ ਸੀਗੀ, ਇਹਨਾਂ ਨੇ, ਇਹਨਾਂ ਦਾ ਕੋਈ ਔਨਲਾਈਨ ਪਹਿਲਾਂ ਪ੍ਰੋਗਰਾਮ ਨਹੀਂ ਸੀਗਾ, ਮੈਜੋਰਿਟੀ ਔਨ ਕੈਂਪਸ ਚੱਲਣਾ ਸੀਗਾ ਸਾਰਾ ਕੁਛ, ਕੋਵਿਡ ਦੇ ਟਾਈਮ 'ਤੇ ਘੱਟੋ ਘੱਟ ਨੇ ਇਹਨਾਂ ਨੂੰ 100 ਜੋਬਸ ਕੱਢੀਆਂ ਸੀਗੀਆਂ ਫੋਰ ਸਟੂਡੈਂਟ ਇਨਫਲੂਐਂਸਰਸ, ਠੀਕ ਹੈ, ਔਨਲਾਈਨ ਜੋਬ ਸੀ, ਇੰਸਟਾਗ੍ਰਾਮ ਦੀ ਜੋਬ ਸੀਗੀ ਉਹ, ਜਿਸ 'ਚ ਤੁਸੀਂ ਕਾਲਜ ਬਾਰੇ ਅਤੇ ਕੀ ਹੋ ਰਿਹਾ, ਔਨਲਾਈਨ ਕੀ ਹੋ ਰਿਹਾ, ਔਫਲਾਈਨ ਕੀ ਹੋ ਰਿਹਾ, ਇਸ ਬਾਰੇ ਤੁਸੀਂ ਆਪਦੀ ਜਰਨੀ ਸ਼ੇਅਰ ਕਰਨੀ ਸੀਗੀ, ਉਹਦੇ ਲਈ ਜਿਹੜੇ ਲੋਕਾਂ ਨੂੰ ਪਤਾ ਸੀਗਾ ਉਹਨਾਂ ਨੇ ਅਪਲਾਈ ਕੀਤਾ, ਉਹਨਾਂ ਨੂੰ ਉਹ ਪੋਜੀਸ਼ਨਸ ਮਿਲੀਆਂ, ਠੀਕ ਹੈ, ਯਾ ਫੁੱਲੀ ਪੇਡ ਜੋਬ ਸੀਗੀ, ਕਾਲਜ ਦੀ ਜੋਬਸ ਹਮੇਸ਼ਾ ਪੇ ਵੀ ਮੋਰ ਕਰਦੀਆਂ ਨੇ, ਸਾਡੀ ਉਸ ਟਾਈਮ 'ਤੇ ਵੀ $15 ਪਰ ਆਵਰ ਸੀਗੀ, ਠੀਕ ਹੈ, ਅਤੇ ਉਹ $15 ਪਰ ਆਵਰ 'ਚ ਤੁਸੀਂ ਔਨਲਾਈਨ ਕੰਟੈਂਟ ਕ੍ਰੀਏਟ ਕਰਨਾ ਹੁੰਦਾ ਸੀਗਾ, ਔਨਲਾਈਨ ਜੋਬ ਸੀਗੀ, ਜਿੱਥੋਂ ਮਰਜ਼ੀ ਕਰੋ, ਬੜੀ ਵਧੀਆ ਜੋਬ ਸੀਗੀ, ਉਹੀ ਮੈਂ ਕਹਿੰਦੀ ਹਾਂ ਜੋਬਸ ਹੈਗੀਆਂ ਨੇ, ਵਧੀਆ ਨੇ, ਲੱਭਣਾ ਤੁਹਾਡੀ ਫਰਜ਼ ਬਣਦਾ, ਅਤੇ ਉਹ ਬੰਦਾ ਕ੍ਰੀਏਟਿਵ ਬੰਦਾ ਹੀ ਲੱਭ ਸਕਦਾ, ਕਿਉਂਕਿ ਉਹ ਨੌਲੇਜ ਜਿਹਨੂੰ ਕਿਉਰੀਓਸਿਟੀ ਆ ਉਹ ਲੱਭ ਸਕਦਾ, ਜਿਹਨੂੰ ਥੋੜ੍ਹੀ ਜਿਹੀ ਨਾਲੇ ਜਿਹਨੂੰ ਲੋੜ ਵੀ ਆ, ਹੈ ਨਾ, ਜਿਹਨੂੰ ਲੋੜ ਹੈ ਉਹ ਜਾਊਗਾ, ਉਹ ਔਨਲਾਈਨ ਲੱਭੂਗਾ, ਵੈਬਸਾਈਟ 'ਤੇ ਦੇਖੂਗਾ, ਅਤੇ ਵੀ ਕਾਲਜ ਦੀ ਇੰਸਟਾਗ੍ਰਾਮ 'ਤੇ ਦੇਖੂਗਾ, ਲੋਕਾਂ ਨਾਲ ਮਿਲੂਗਾ, ਪੁੱਛੂਗਾ ਜੇ ਕਿਸੇ ਦਾ ਮੈਨੂੰ ਜਾਣਦਾ ਕੋਈ, ਹੈ ਨਾ, ਜਾਂ ਅੱਗੇ ਦੇ ਅੱਗੇ ਕੋਈ ਜਾਣਦਾ, ਅਤੇ ਉਹ ਆ ਕੇ ਪੁੱਛੂਗਾ ਵੀ ਕਿੱਦਾਂ ਕੋਈ ਜੋਬ ਹੈਗੀ ਕੁਛ ਹੈਗਾ, ਅਤੇ ਜੇ ਹੋਊਗੀ ਤਾਂ ਮੈਂ ਦੱਸੂਗੀ, ਕਿਉਂ ਨਹੀਂ ਦੱਸੂਗੀ, ਹਰ ਬੰਦਾ ਇੱਕ ਦੂਜੇ ਦੀ ਹੈਲਪ ਕਰਦਾ ਹੀ ਕਰਦਾ ਜੇ ਤੁਸੀਂ, ਪਰ ਪੁੱਛਣਾ ਤੁਹਾਡਾ ਫਰਜ਼ ਬਣਦਾ। ਸੋ ਨਾਉ ਹੁਣ ਆਇਰਲੈਂਡ ਤੁਹਾਡਾ ਲਾਸਟ ਈਅਰ ਸੀ, ਹੁਣ ਇੱਥੇ ਆ ਕੇ ਫੁੱਲ ਟਾਈਮ ਜੋਬ ਦਾ ਕੀ ਸੀਨ ਸੀ, ਬਿਕੋਜ਼ ਹੁਣ ਮੈਂ ਆਪਣੀ ਫੀਲਡ ਤੋਂ ਬਾਅਦ, ਲਾਈਕ ਆਪਣੀ ਪੜ੍ਹਾਈ ਤੋਂ ਬਾਅਦ ਮੈਨੂੰ ਸੀਗਾ ਕਿ ਮੈਂ ਲੈਟਸ ਫਾਈਂਡ ਅ ਜੋਬ ਇਨ ਮਾਈ ਫੀਲਡ, ਯੈਸ, ਬਟ ਯੂ ਆਰ ਸਟਿਲ ਇਨ ਕਾਲਜ, ਹੈ ਨਾ, ਕਾਲਜ ਦੇ ਵਿੱਚੋਂ ਜਦੋਂ ਅਸੀਂ ਤਾਂ ਕਾਲਜ 'ਚ ਸੋਚਿਆ ਨਹੀਂ ਸੀਗਾ ਕਿ ਕਾਲਜ 'ਚ ਕੋਈ ਜੋਬ ਵੀ ਹੋਊਗੀ, ਕਿਉਂ ਅਸੀਂ ਬਾਹਰ ਲੱਭਣੀਆਂ ਸ਼ੁਰੂ ਕਰ ਗਏ ਸੀ। ਹੁਣ ਤੁਸੀਂ ਕਿੱਦਾਂ ਕਾਲਜ ਦੇ ਨਾਲ ਸਟਿਲ ਕਨੈਕਟਡ ਹੋ?
ਸੋ ਮੈਂ ਇਸ ਲਈ ਕਨੈਕਟਿਡ ਹਾਂ ਕਿਉਂਕਿ ਮੈਨੂੰ ਉੱਥੇ ਲੋਕ ਜਾਣਦੇ ਸੀਗੇ ਅਤੇ ਜਦੋਂ ਮੈਂ ਵਾਪਸ ਆਈ ਸੋ ਜਦੋਂ ਤੁਹਾਡੀ ਗ੍ਰੈਜੂਏਸ਼ਨ ਹੋਣ ਵਾਲੀ ਹੁੰਦੀ ਹੈ ਨਾ ਉਸ ਤੋਂ ਘੱਟੋ ਘੱਟ ਨਹੀਂ 4 ਮਹੀਨੇ ਪਹਿਲਾਂ ਤੁਹਾਨੂੰ ਜੋਬ ਅਪਲਾਈ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਆ ਟੂ ਸਟੇ ਅਹੈਡ ਆਫ ਐਵਰੀਬਡੀ ਠੀਕ ਹੈ ਤੁਹਾਨੂੰ ਪਤਾ ਤੁਸੀਂ ਗ੍ਰੈਜੂਏਟ ਹੋ ਰਹੇ ਹੋ ਤੁਹਾਨੂੰ ਪਤਾ ਤੁਸੀਂ ਅਪਲਾਈ ਕਰਨਾ ਸ਼ੁਰੂ ਕਰੋ ਜੋਬਸ ਅਤੇ ਲੋਕਾਂ ਨਾਲ ਗੱਲ ਕਰਨੀ ਸ਼ੁਰੂ ਕਰੋ ਨੈਟਵਰਕਿੰਗ ਸ਼ੁਰੂ ਕਰੋ ਸਭ ਤੋਂ ਜ਼ਿਆਦਾ ਕੈਨੇਡਾ 'ਚ ਜੋਬਸ ਨੈਟਵਰਕਿੰਗ ਦੇ ਥਰੂ ਹੀ ਮਿਲਦੀਆਂ ਨੇ ਲੈਟਸ ਸੇ ਯੂ ਆਰ ਇਨ ਸਪਲਾਈ ਚੇਨ ਰਾਈਟ ਅਤੇ ਮੈਂ ਜੇ ਮੈਂ ਸਪਲਾਈ ਚੇਨ 'ਚ ਜੋਬ ਲੱਭ ਰਹੀ ਹੋਵਾਂ ਤਾਂ ਮੈਨੂੰ ਪਤਾ ਕਿ ਅਨਮੋਲ ਆਲਰੇਡੀ ਸਪਲਾਈ ਚੇਨ 'ਚ ਜੋਬ ਕਰ ਰਿਹਾ ਅਤੇ ਫਿਰ ਮੇਰਾ ਫਰਜ਼ ਬਣਦਾ ਮੈਂ ਪੁੱਛਾਂ ਐਜ਼ ਅ ਫਰੈਂਡ ਬੀਂਗ ਲਾਈਕ ਅਨਮੋਲ ਕੋਈ ਪਤਾ ਕੋਈ ਜੋਬ ਸਪਲਾਈ ਚੇਨ 'ਚ ਯੂ ਆਰ ਇਨ ਸਪਲਾਈ ਚੇਨ ਕਿਸੇ ਨੇ ਮਾੜਾ ਨਹੀਂ ਮੰਨਣਾ ਇਸ ਚੀਜ਼ ਦਾ ਰਾਈਟ ਸੋ ਮੈਂ ਜਦੋਂ ਆਇਰਲੈਂਡ ਤੋਂ ਵਾਪਸ ਆਈ ਸੀਗੀ ਮੈਂ ਥੋੜ੍ਹਾ ਜਿਹਾ ਨਾ ਫਨ ਫੇਸ 'ਚ ਸੀਗੀ ਹਜੇ ਹੈ ਨਾ ਅਤੇ ਮੈਂ ਘੁੰਮੀ ਫਿਰੀ ਸਾਰਾ ਕੁਛ ਕੀਤਾ ਮੈਂ ਹਜੇ ਜੋਬਸ ਇੰਨੀਆਂ ਅਪਲਾਈ ਨਹੀਂ ਕੀਤੀਆਂ ਸੀਗੀਆਂ ਮੈਂ ਜੁਲਾਈ 'ਚ ਲਾਸਟ ਈਅਰ ਵਾਪਸ ਆਈ ਸੀਗੀ ਲਾਸਟ ਟੂ ਲਾਸਟ ਈਅਰ ਹੁਣ ਤਾਂ ਅਤੇ ਮੈਂ ਜੋਬਸ ਅਪਲਾਈ ਕਰਨੀ ਸ਼ੁਰੂ ਕੀਤੀਆਂ ਸਾਰੀ ਜਗ੍ਹਾ ਹੈ ਨਾ ਕਈ ਰਿਸਪੋਂਸਿਸ ਆ ਰਹੇ ਸੀਗੇ ਕਈ ਨਹੀਂ ਆ ਰਹੇ ਸੀਗੇ ਆਪਣੀ ਫੀਲਡ 'ਚ ਹੀ ਅਪਲਾਈ ਕੀਤੀਆਂ ਸੀਗੀਆਂ ਮੈਂ ਸਾਰੀਆਂ ਮੇਰੀ ਫੀਲਡ 'ਚ ਇੱਕ ਜੋਬ ਸੀਗੀ ਜਿਹੜੀ ਕਾਲਜ ਦੇ ਨਾਲ ਵੀ ਸੀਗੀ ਕਾਲਜ ਦੀ ਵੈਬਸਾਈਟ 'ਤੇ ਤਾਂ ਮੈਂ ਰੋਜ਼ ਜਾਂਦੀ ਸੀਗੀ ਹੈ ਨਾ ਮੈਨੂੰ ਸੀਗਾ ਵਧੀਆ ਜੋਬ ਸੀਗੀ ਹੈ ਨਾ ਪਹਿਲਾਂ ਵੀ ਵਧੀਆ ਰਿਹਾ ਕਾਲਜ ਨਾਲ ਸਾਰਾ ਕੁਛ ਅਤੇ ਮੈਂ ਉਹਨਾਂ ਦੀ ਵੈਬਸਾਈਟ 'ਤੇ ਜਾਂਦੀ ਸੀਗੀ ਚੈੱਕ ਕਰਦੀ ਸੀਗੀ ਸਾਰਾ ਕੁਛ ਫਿਰ ਇੱਕ ਦਿਨ ਮੈਂ ਲਿੰਕਡਇਨ 'ਤੇ ਆਪਣੇ ਪੁਰਾਣੇ ਇੱਕ ਫਰੈਂਡ ਨੂੰ ਮੈਸੇਜ ਕੀਤਾ ਕਿ ਉਹ ਉਸ ਕੰਪਨੀ 'ਚ ਕੰਮ ਕਰਦਾ ਸੀ ਜਿੱਥੇ ਮੈਂ ਹੁਣ ਕੰਮ ਕਰਦੀ ਹਾਂ ਅਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਕੋਈ ਮਾਰਕੀਟਿੰਗ 'ਚ ਜਾਂ ਕਿਸੇ 'ਚ ਕੋਈ ਹੈਗੀ ਜੋਬ ਉਹ ਕਹਿੰਦੇ ਹੈਗੀ ਆ ਅਸੀਂ ਹਜੇ ਐਕਸਪਲੋਰ ਕਰ ਰਹੇ ਹਾਂ ਅਤੇ ਫੋਲੋ ਬੈਕ ਨੈਕਸਟ ਵੀਕ ਨੈਕਸਟ ਵੀਕ ਹੋਇਆ ਮੈਂ ਫੋਲੋ ਬੈਕ ਕੀਤਾ ਉਹਨਾਂ ਨੇ ਮੈਨੂੰ ਲਿੰਕ ਭੇਜ ਦਿੱਤਾ ਮੈਂ ਨਾਲ ਦੀ ਨਾਲ ਅਪਲਾਈ ਕੀਤਾ ਅਤੇ ਅਪਲਾਈ ਵੀ ਜੋਬਸ ਅਪਲਾਈ ਕਰਨ ਦਾ ਵੀ ਇੱਕ ਸਪੈਸੀਫਿਕ ਤਰੀਕਾ ਹੁੰਦਾ ਠੀਕ ਹੈ ਇਹ ਚੀਜ਼ਾਂ ਵੀ ਜਦੋਂ ਤੁਸੀਂ ਇੰਡੀਆ ਤੋਂ ਆਓ ਬਹੁਤ ਜ਼ਰੂਰੀ ਨੇ ਯਾਦ ਰੱਖਣੀਆਂ ਠੀਕ ਹੈ ਤੁਹਾਡੀ ਕਵਰ ਲੈਟਰ ਤੁਹਾਡਾ ਰੈਜ਼ਿਊਮੇ ਸਾਰਾ ਕੁਛ ਹਰ ਜੋਬ ਦੇ ਹਿਸਾਬ ਨਾਲ ਟੇਲਰਡ ਹੋਣਾ ਚਾਹੀਦਾ ਠੀਕ ਹੈ ਜੇ ਮੈਂ ਸਪਲਾਈ ਚੇਨ 'ਚ ਜੋਬ ਅਪਲਾਈ ਕਰ ਰਹੀ ਹਾਂ ਤਾਂ ਮੇਰਾ ਰੈਜ਼ਿਊਮੇ ਸਪਲਾਈ ਚੇਨ ਵਰਗਾ ਹੋਣਾ ਚਾਹੀਦਾ ਵਰਸਿਸ ਮਾਰਕੀਟਿੰਗ ਲਈ ਜਿਹੜੀ ਮੇਰੀ ਕਵਰ ਲੈਟਰ ਹੈ ਉਹ ਬੇਸਿਕਲੀ ਮੈਂ ਹਾਂ ਸੋ ਕਵਰ ਲੈਟਰ 'ਤੇ ਵੀ ਕਵਰ ਲੈਟਰ ਇਜ਼ ਯੋਰ ਰੈਪ੍ਰੈਜੈਂਟੇਸ਼ਨ ਕਵਰ ਲੈਟਰ ਇੰਪਲੋਇਰ ਨੂੰ ਦੱਸਦਾ ਤੁਸੀਂ ਕੌਣ ਹੋ ਕਿੱਦਾਂ ਹੋ ਸਾਰਾ ਕੁਛ ਅਤੇ ਮੈਂ ਉਸ ਕਵਰ ਲੈਟਰ 'ਚ ਪੂਰਾ ਵਧੀਆ ਤਰੀਕੇ ਨਾਲ ਲਿਖਿਆ ਕਿ ਬਈ ਮੈਂ ਵਾਲੰਟੀਅਰ ਸੀਗੀ ਮੈਂ ਇੱਦਾਂ ਇੱਦਾਂ ਕੀਤਾ ਸੀਗਾ ਅਤੇ ਜਦੋਂ ਤੁਸੀਂ ਕਿਤੇ ਹੁੰਦੇ ਹੋ ਨਾ ਆਪਣਾ ਵਧੀਆ ਇੰਪਰੈਸ਼ਨ ਹਮੇਸ਼ਾ ਛੱਡ ਕੇ ਜਾਓ ਮੇਕ ਸ਼ੋਰ ਕਿ ਲੋਕ ਤੁਹਾਨੂੰ ਯਾਦ ਕਰਨ ਜਿਹੜੇ ਉਹ ਇੰਪਲੋਇਰਸ ਸੀਗੇ ਉਹਨਾਂ ਨੇ ਨਾਮ ਦੇਖਦੇ ਸਾਰ ਉਹਨਾਂ ਨੂੰ ਯਾਦ ਆ ਗਿਆ ਕਿ ਅੱਛਾ ਇਹ ਕੰਮ ਕਰਦੀ ਸੀਗੀ ਇਹ ਇੱਦਾਂ ਇੱਦਾਂ ਕਰਕੇ ਉਹਨਾਂ ਨੇ ਇੰਟਰਵਿਊ ਲਈ ਬੁਲਾਇਆ ਸਾਰਾ ਕੁਛ ਵਧੀਆ ਹੋਇਆ ਅਤੇ ਮੈਂ ਵੀ ਇੱਦਾਂ ਗੱਲ ਕੀਤੀ ਉਹਨਾਂ ਨਾਲ ਕਿ ਜਦੋਂ ਮੈਂ ਉਹਨਾਂ ਨੂੰ ਪਹਿਲਾਂ ਜਾਣਦੀ ਹਾਂ ਅਤੇ ਸਾਰਾ ਕੁਛ ਹੈ ਰਾਈਟ ਸੋ ਠੀਕ ਹੈ ਜੋਬ ਕਨੈਕਸ਼ਨਸ ਦੇ ਥਰੂ ਸੀਗੀ ਪਰ ਕਨੈਕਸ਼ਨਸ ਦੇ ਥਰੂ ਹੀ ਤੁਹਾਨੂੰ ਵਧੀਆ ਜੋਬ ਮਿਲਦੀ ਹੈ ਅਤੇ ਉਹਦੇ ਥਰੂ ਹੀ ਤੁਹਾਨੂੰ ਉਹ ਹੁੰਦਾ ਅਤੇ ਅਗਸਟ 'ਚ ਮੈਂ ਆਪਣੀ ਫਿਰ ਫੁੱਲ ਟਾਈਮ ਜੋਬ ਸਟਾਰਟ ਕਰ ਲਈ ਸੀ ਹੁਣ ਮੈਨੂੰ ਆਲਮੋਸਟ ਈਅਰ ਐਂਡ ਹਾਫ ਹੋ ਗਿਆ ਬਟ ਹੁਣ ਨਾ ਆਪਾਂ ਰੈਜ਼ਿਊਮੇ ਦੀ ਗੱਲ ਕਰ ਰਹੇ ਆਈ ਹੈਵ ਅ ਵੈਰੀ ਬਿਗ ਕਹਿ ਲਓ ਮੇਰੇ ਲਈ ਉਹ ਸੁਜੈਸ਼ਨ ਵੀ ਕਹਿ ਲਓ ਜਾਂ ਬਹੁਤ ਵਧੀਆ ਚੀਜ਼ ਮੈਨੂੰ ਕਿਸੇ ਬੰਦੇ ਨੇ ਦੱਸੀ ਸੀਗੀ ਸੋ ਲਾਸਟ ਈਅਰ ਜਦੋਂ ਮੈਂ ਆਪਣੀ ਕੰਪਨੀ ਦੇ ਵਿੱਚ ਕੰਮ ਕਰ ਰਿਹਾ ਸੀ ਨਾ ਸੋ ਮੇਰਾ ਬਿਗੈਸਟ ਕਸਟਮਰ ਕੀ ਸੀਗਾ ਜਿਹਨਾਂ ਲਈ ਮੈਂ ਲੋਜਿਸਟਿਕਸ ਸਾਂਭ ਰਿਹਾ ਸੀਗੇ ਉਹ ਸੀਗੇ ਜਿਹੜੀ ਕੋਵਿਡ ਟੈਸਟਿੰਗ ਕਿੱਟਸ ਆ ਨਾ ਉਹਨਾਂ ਦੀ ਮੈਨੂਫੈਕਚਰ ਓਕੇ ਸੋ ਵੀ ਵਰ ਵਰਕਿੰਗ ਫੋਰ ਗਵਰਮੈਂਟ ਕੈਨੇਡੀਅਨ ਗਵਰਮੈਂਟ ਰਾਈਟ ਸੋ ਉਹ ਬੰਦਾ CFO ਸੀਗਾ ਬੰਦਾ ਉਸ ਕੰਪਨੀ ਦਾ ਚੀਫ ਫਾਈਨੈਂਸ਼ੀਅਲ ਆਫਿਸਰ ਸੀਗਾ ਸੋ ਉਹਨੇ ਮੈਨੂੰ ਗੱਲ ਦੱਸੀ ਬਿਕੋਜ਼ ਮੇਰੀ ਹਰ ਰੋਜ਼ ਮੀਟਿੰਗ ਹੁੰਦੀ ਸੀ ਉਹਨਾਂ ਦੇ ਨਾਲ ਰਾਈਟ ਸੋ ਮੀਟਿੰਗ ਤੋਂ ਬਾਅਦ ਅਸੀਂ ਇੱਦਾਂ ਫਿਰ ਆਪਣੀ ਗੱਲਾਂ ਬਾਤਾਂ ਹੋ ਰਹੀਆਂ ਹੈ ਨਾ ਬਿਕੋਜ਼ ਅਸੀਂ ਵੇਅਰ ਹਾਊਸ ਸੈਟਅਪ ਕੀਤਾ ਉਹਦੇ ਵਿੱਚ ਬਹੁਤ ਜ਼ਿਆਦਾ ਅਸੀਂ ਪੰਜਾਬੀ ਹਾਇਰ ਕੀਤੇ ਗੁਜਰਾਤੀ ਹਾਇਰ ਕੀਤੇ ਆਪਣੀ ਕਮਿਊਨਿਟੀ ਬਹੁਤ ਹਾਇਰ ਕੀਤੀ ਸੀ ਉਦੋਂ ਫਿਰ ਉਹਨਾਂ ਇੱਦਾਂ ਗੱਲ ਚੱਲਦੀ ਪਈ ਸੀਗੀ ਮੈਂ ਕਿਹਾ ਯਾਰ ਮੈਂ ਕਿਸੇ ਨੂੰ ਲਵਾਉਣਾ ਸੀਗਾ ਜੋਬ ਹੈ ਨਾ ਅਤੇ ਮੈਂ ਕਿਹਾ ਤੈਨੂੰ ਰੈਜ਼ਿਊਮੇ ਭੇਜਿਆ ਸੀਗਾ ਇੱਦਾਂ ਇੱਦਾਂ ਕਰਕੇ ਮੈਂ ਕਹਿੰਦਾ ਯੂ ਨੋ ਮੈਂ ਇੱਕ ਜੋਬ ਪੋਸਟ ਕੀਤੀ ਵਿਦ ਇਨ 13 hours ਮੇਰੇ ਕੋਲ 1500 ਕਿੰਨੀ ਐਪਲੀਕੇਸ਼ਨ ਆ ਗਈਆਂ ਮੈਂ ਕਿਹਾ ਓਕੇ ਮੈਂ ਕਿਹਾ ਦੈਨ ਤੁਸੀਂ ਕੀ ਦੇਖਦੇ ਹੋ ਜਦੋਂ ਤੁਸੀਂ ਰੈਜ਼ਿਊਮੇ ਨੂੰ ਲਾਈਕ ਇਟਸ ਅ ਵੈਰੀ ਟਫ ਜੋਬ ਟੂ ਕਹਿ ਲਓ ਸਿਲੈਕਟ ਕਿਉਂਕਿ 1500 ਦੇ ਵਿੱਚੋਂ ਘੱਟੋ ਘੱਟ 200 ਬੱਚਿਆਂ ਦਾ ਇੱਦਾਂ ਹੋਊਗਾ ਜਿਹੜੇ ਕੁਆਲੀਫਾਈ ਬਿਲਕੁਲ ਕਰਦੇ ਆ ਫਿਰ ਉਹ ਕਹਿੰਦਾ ਯਾਰ ਤੂੰ ਮੇਰਾ ਇਹੀ ਸੋਚ ਸੀ ਰਾਈਟ ਸੋ ਉਹਨੇ ਮੈਨੂੰ ਦੱਸਿਆ ਕਹਿੰਦਾ ਯਾਰ ਮੈਂ 1500 ਮੈਨੂੰ ਰੈਜ਼ਿਊਮੇ ਆਇਆ ਨਾ ਕਹਿੰਦਾ ਉਹਦੇ ਵਿੱਚੋਂ 1450 ਰੈਜ਼ਿਊਮੇ ਇੱਦਾਂ ਦਾ ਵਾ ਜਿਨ੍ਹਾਂ ਨੇ ਪਤਾ ਹੀ ਨਹੀਂ ਕੀ ਲਿਖਿਆ ਹੋਇਆ ਕਹਿੰਦਾ ਉਹਨਾਂ ਨੇ ਕਹਿੰਦਾ ਇੱਦਾਂ ਦੇ ਵੀ ਲੋਕ ਆ ਜਿਨ੍ਹਾਂ ਨੇ ਪਾਇਆ ਹੋਇਆ ਕਿ ਮੈਂ ਕੁੱਕ ਸੀਗਾ ਨਾਓ ਹੀ ਇਜ਼ ਅਪਲਾਈਂਗ ਫੋਰ ਵੇਅਰ ਹਾਊਸ ਮੈਨੇਜਰ ਕਹਿੰਦਾ ਲਾਈਕ ਸੀਰੀਅਸਲੀ ਕਹਿੰਦਾ ਉਹ ਕਿੱਦਾਂ ਸੋਚ ਵੀ ਕਿੱਦਾਂ ਸਕਦੇ ਆ ਕਿ ਤੁਸੀਂ ਇੱਕ ਕੋਈ ਬਾਰ ਟੈਂਡਰ ਆ ਕੋਈ ਕੁਛ ਆ ਕਹਿੰਦੇ ਦੇ ਆਰ ਡਾਇਰੈਕਟਲੀ ਅਪਲਾਈਂਗ ਕਹਿੰਦਾ ਉਹਨਾਂ ਨੇ ਕੋਈ ਆਪਣੀ ਫੀਲਡ ਕਹਿੰਦਾ ਸਟੱਡੀ ਹੈਗੀ ਉਹਨਾਂ ਦੀ ਬਟ ਉਹਨਾਂ ਕੋਲ ਐਕਸਪੀਰੀਅੰਸ ਹੀ ਹੈ ਨਹੀਂ ਸੋ ਕਹਿੰਦਾ ਮੇਰੇ ਲਈ ਤਾਂ ਬਹੁਤ ਈਜ਼ੀ ਕੰਮ ਹੁੰਦਾ ਕਹਿੰਦਾ ਮੈਂ ਤਾਂ ਸਿਰਫ ਜਸਟ ਗੋ ਥਰੂ ਇਟ ਐਂਡ ਦੈਨ ਆਊਟ ਆਊਟ ਆਊਟ
मेरा बिल्कुल सेम है, ठीक है. सो जिहड़ी मेरी करंट पोजिशन है उस मैं सुपरवाइजर हाँ फॉर ऑल ऑफ आर पार्ट टाइम स्टूडेंट्स नाउ. सो एक टेक अ वाइल्ड गेस किन्ने के एप्लीकेशन आंदी होनी है एक पोजिशन ली एक कैंपस से. आई डोंट नो, 1000 2500 इज अ नॉर्मल नंबर. 2500 फ्रॉम वन कैंपस, ठीक है. तो 7.5 कैंपस ने. सो छोटे कैंपस चो भी 700-700 एप्लीकेशन नॉर्मल ने. ओ एज अ सुपरवाइजर HR टीम सानू एक्सेल शीट बना के देंदी आ जिस लिंक होंदा ते वो सारा कुछ होंदा. इन्ने सारे ओ स्क्रोल करदे रहो ही आई जांदे ने. एज सून एज यू ओपन द रेज्यूमे ना थोड़ा एक सेकंड लगदा, विद इन सेकंड्स यू कैन टेल इफ यू वांट टू रीड दैट रेज्यूमे और नॉट. एक तरीका होंदा है, ऑलवेज स्पेंड टाइम ऑन योर रेज्यूमे, ठीक है. तुसी उत्थे जाके नहीं कर सकदे, थोड़ा रेज्यूमे बोल रहा थोड़े लिए उस टाइम ते. कई लोगों ने ते नाले इंडिया से जिदा रेज्यूमे होंदा वर्सेस इत्थे होंदा वो डिफरेंट होंदी है. हेल्प मंगो किसी तो, कॉलेजेस च साडे कॉलेज वी कॉन्स्टोवा च रेज्यूमे बिल्डिंग क्लासेस होंदियां ने. अच्छा, राइट. उत्थे वो दस देना कि रेज्यूमे च आह चीज ऐड करो आह चीज घटाओ. इस चीज पार्ट टाइम लिए अलग होंदियां ने, फुल टाइम लिए अलग होंदियां. फुल टाइम लिए डिफरेंट जॉब चाहिए थोड़ा, राइट. मैनू यह जे इंसीडेंसिस याद ने, है ना, जिस तरह यू सैड लोगों ने बेच भी लिखा हुआ सन ऑफ दिस डॉटर ऑफ दिस फुल अंदा लिखा हुआ. उन चीज़ों की नहीं लोड़. सो थोड़ा टाइम दो, थोड़ा देखो, अटेंशन दो, घंटा लगाओ अपने रेज्यूमे तो, थोड़ी मेहनत करो उस पर, फिर अप्लाई करो. फिर थोड़ा कि नहीं मिलती जॉब, मिलेगी थोड़ा क्यों नहीं मिलेगी, एटलीस्ट इंटरव्यू मिलेगी, राइट. पर वो इनिशियल फेज बहुत जरूरी है. सो मैनू भी बहुत सौखा हों, जिदा इन्नी सारी एप्लीकेशन होंगे ने, औखा भी कई बहुत हों, सौखा भी बहुत हों, पर बहुत लोगों को देख के वो हो जाता कि अच्छा नहीं नहीं गलबात नहीं. बट मेहर एक होर चक्कर असी एक्चुअली हार्श रुत कि असी जिहड़े पंजाबी है ना इन्हां चीज़ों से थोड़े पिछे हैं. क्यों? क्योंकि वी डोंट वांट एक्सप्लोर, सानू साडी ईगो बहुत वड्डी चीज़ है. असी किसी को कुछ सीखना नहीं चाहते, सानू इदा का गल है. ईवन जो मैं अपनी भी गल करा, मैनू मेरी जॉब किदा मिली सी, बस इदा ही फोन कर रहा मैं हरेक कंपनी के, फोन करके मैनू इदा ही क्लिक बज गई, मेरी किस्मत सी मैनू मिल गई, ठीक है. जे मैं कहां मेरे रेज्यूमे दे लई मिली, नहीं. मेरा रेज्यूमे जे मैं हुण ओह रेज्यूमे देखा तो मैनू इदा लगता कि यार वो क्या लिखा होया सी, मैं ठीक है ना, इररेलीवेंट चीज़ा. मैं जॉब लभदा, मैं लॉजिस्टिक्स लिखा, मैं पिज़्ज़ा स्टोर बारे होया लिखा, मैं कन्वीनियंस स्टोर बारे होया. सो दैट वॉज टोटली इररेलीवेंट. एंड हुण जे तुसी कहो कि मैं उस चीज़ नूं सीखना चाहुंदा सी, नहीं. या मैं उन्हूं एक्सप्लोर करना चाहुंदा सी, नहीं. मेरा की सीन होंदा सीगा, ठीक है यार काम तो करी जा रहे हैं, पैसा तो आई जा रहा, क्योंकि वो माइंडसैट नहीं सीगा. एंड वो बहुत साडे पंजाबियों दे विच बहुत ज़्यादा असीं बहुत ज़्यादा लैक कर रहे हैं उस चीज़ दे विच. बिल्कुल. मेरे जिन्हें मेरे अंडर ऑलमोस्ट 180 पार्ट टाइम स्टूडेंट्स सीगे, गिनके 5 या 6 पंजाबी सीगे, सारे हैदराबाद, गुजरात, अपने इंडियन सीगे मेजोरिटी, अपने कॉलेजेस चुन इंडियन ही ने सारे, है ना, साउथ तो केरला तो इन्ने सारे सीगे, पंजाबी इन्ने घट सीगे. मैं हमेशा गल सोचती सी कि इन्ने घट पंजाबी क्यों ने, जदों की पंजाब का एजुकेशन सिस्टम इज वन ऑफ द बेस्ट एजुकेशन सिस्टम्स इन इंडिया, ठीक है. पता है आंदा है पर कोशिश नहीं करनी. ईगो की जिते गल है ना, ईगो थोड़ी थानू इन्नी क चीज़ों तो रोकूगी, इन्ना क लिमिट करूगी, है ना, कि वो कोई हद ही नहीं. यू गॉट अ जॉब, परफेक्ट. नॉट एवरीबडी कैन डू दैट, ठीक है. सारियां वह हरेक का पाथ अलग हों, हरेक का वह अलग हों, बट जब मेहनत तो करनी पैनी है. मेहनत तो जे थोड़ी ईगो इन्नी ज़्यादा वड्डी है फिर तो फिर नहीं कुछ हो पाना. फिर तो देखो फिर किस्मत ही है. बट नाउ एक ना मैं एक होर चीज़ आप हमने पहला पिछले जो आप मेंटल हेल्थ बारे गल कर रहे थे कि जब तुम बजट बधाए तो लगता कि कॉलेजेस दे आर मोर अटेंटिव कह लो जां वो थोड़ा जिहा ध्यान ज़्यादा देना शुरू हो गया मेंटल हेल्थ नूं लैके. किते किते लगता होए ने, किते किते लगता नहीं होए ने. हुण देखो इत्थे सिचुएशन बहुत डिफरेंट होई पई है कैनेडा च इस टाइम ते, है ना, कि बहुत सारे स्टूडेंट्स आ रहे ने, कॉलेजेस इन्ना ध्यान दे ही नहीं रहे ने कि भाई बच्चों लिए उन्नी रिसोर्सिज हैगी भी ने कि नहीं. किचनर वाटरलू बहुत छोटा जा शहर है, ठीक है, मिसिसागा थोड़ा वड्डा. उधर होर चल जो लंडन वाले पासे, है ना, वह भी छोटा जा शहर है, उन्नी क उत्थे चीज़ा ने, उन्नी की हाउसिंग है, उन्ना की सारा कुछ है.
ਤੁਸੀਂ ਇੰਨੇ ਸਾਰੇ ਬੱਚੇ ਬੁਲਾ ਰਹੇ ਹੋ, ਜਦੋਂ ਗਵਰਨਮੈਂਟਸ ਬੁਲਾ ਰਹੀਆਂ ਨੇ, ਕਾਲਜਸ ਬੁਲਾ ਰਹੇ ਨੇ, ਤਾਂ ਉਹਨਾਂ ਦਾ ਰਹਿਣ ਦਾ, ਉਹਨਾਂ ਦੀ ਜੋਬਸ ਦਾ ਕੁਛ ਤਾਂ ਦੇਖੋ, ਦੇਖਣਾ ਪੈਣਾ। ਨਹੀਂ ਦੇਖੋਗੇ, ਜੋਬਸ ਨਹੀਂ ਮਿਲਦੀ, ਬੱਚੇ ਸਟ੍ਰੈਸ 'ਚ ਜਾਂਦੇ ਨੇ, ਘਰ ਨਹੀਂ ਮਿਲਦਾ, ਸਟ੍ਰੈਸ 'ਚ ਜਾਂਦੇ ਨੇ, ਮੈਂਟਲ ਹੈਲਥ ਗੋਲ ਘੁੰਮ ਕੇ ਗੱਲ ਉੱਥੇ ਹੀ ਆ ਜਾਂਦੀ ਆ। ਠੀਕ ਹੈ, ਤੁਸੀਂ ਮੈਂਟਲ ਹੈਲਥ ਰਿਸੋਰਸਿਸ ਦੇ ਰਹੇ ਹੋ ਪਰ ਸਟ੍ਰੈਸ ਵੀ ਕੋਜ਼ ਕਰ ਰਹੇ ਹੋ। ਸੋ ਇਸ ਇਹ ਕੁਐਸਚਨ ਮੈਨੂੰ ਹਮੇਸ਼ਾ ਬੜਾ ਟ੍ਰਿਕੀ ਜਿਹਾ ਲੱਗਦਾ ਕਿ ਵੀ ਮੈਂਟਲ ਹੈਲਥ ਲਈ ਦੇ ਤਾਂ ਰਹੇ ਨੇ ਪਰ ਫਿਰ ਓਨਾ ਹੀ ਸਟ੍ਰੈਸ ਵੀ ਆ। ਯੂ ਆਰ ਦ ਰੀਜ਼ਨ ਆਫ ਮੈਂਟਲ ਹੈਲਥ ਐਂਡ ਦੈਨ ਤੁਸੀਂ ਪਹਿਲਾਂ ਚੋਟ ਮਾਰ ਕੇ ਮੇਰੇ ਤੋਂ ਬਾਅਦ ਬੈਂਡੇਜ ਦੀ ਲਾਤੀ ਹੀ ਅੱਛਾ ਲੈ ਲਓ। ਇਹ ਗੱਲ ਨਾ ਇਹ ਗੱਲ ਮੈਂ ਹਮੇਸ਼ਾ ਮੈਂ ਕਹਿਣਾ ਚਾਹੁੰਦੀ ਸੀ ਇਸ 'ਤੇ ਪੋਡਕਾਸਟ 'ਤੇ ਜ਼ਰੂਰ ਇੱਕ ਕਿ ਇੰਡੀਆ ਤੋਂ ਵੀ ਜਦੋਂ ਤੁਸੀਂ ਆਉਂਦੇ ਹੋ ਹੈ ਨਾ, ਇੱਕ ਸਰਟਨ ਐਕਸਪੈਕਟੇਸ਼ਨ ਲੈ ਕੇ ਆਉਂਦਾ ਬੰਦਾ ਹੈ ਨਾ, ਇੱਕ ਸਰਟਨ ਉਹ ਕਰਦਾ, ਬਟ ਇਹ ਆਪਣੀ ਗਲਤੀ ਹੈ ਇੱਥੇ ਹੈ ਨਾ। ਆਪਾਂ ਇੰਨਾ ਗਲੋਰੀਫਾਈ ਕੀਤਾ ਹੋਇਆ ਹੈ ਨਾ ਕਿ ਅਸੀਂ ਕੈਨੇਡਾ ਆਏ ਹਾਂ, ਵਧੀਆ, ਬਹੁਤ ਵਧੀਆ ਓਪਰਚੁਨਿਟੀ ਮਿਲੀ ਆ ਸਾਨੂੰ, ਬਹੁਤ ਵਧੀਆ ਲੱਗਦਾ ਇੱਥੇ ਸਾਰਾ ਕੁਛ ਹੈ, ਬਟ ਕਿਤੇ ਨਾ ਕਿਤੇ ਅਸੀਂ ਨਾ ਹਮੇਸ਼ਾ ਵਧੀਆ ਚੀਜ਼ਾਂ ਪੋਸਟ ਕਰਦੇ ਹਾਂ ਹੈ ਨਾ, ਵਧੀਆ ਗੱਲਾਂ ਦੱਸਦੇ ਹਾਂ, ਘਰੇ ਵੀ ਗੱਲਾਂ ਆਪਾਂ ਵਧੀਆ ਦੱਸਦੇ ਹਾਂ। ਜੇ ਮੈਂ ਕਿਤੇ ਘੁੰਮਣ ਗਈ ਹਾਂ ਮੈਂ ਉਸ ਚੀਜ਼ ਬਾਰੇ ਪੋਸਟ ਕਰੂੰਗੀ ਹੈ ਨਾ। ਬੜੇ ਸਾਰੇ ਦਿਨ ਨੇ ਜਿੱਥੇ ਮੈਂ ਵੀ ਘਰੇ ਬੈਠਦੀ ਹਾਂ, ਕੁਛ ਨਹੀਂ ਕਰਦੀ ਹੈ ਨਾ, ਅਤੇ ਮਿਹਨਤ ਵੀ ਬਹੁਤ ਲੱਗਦੀ ਹੈ। ਕਿੰਨੀ ਮਿਹਨਤ ਕੀਤੀ ਉਹਨੇ, ਹੋਰ ਸਟੂਡੈਂਟ ਹੈ ਨਾ, ਕਿੰਨਾ ਜੋਬ ਕੀਤੀ, ਕਿੰਨੀਆਂ ਸ਼ਿਫਟਾਂ ਲਾਈਆਂ, ਸਾਰਾ ਕੁਛ ਕੀਤਾ ਹੈ ਨਾ। ਉਹ ਚੀਜ਼ ਇੰਡੀਆ ਨਹੀਂ ਨਹੀਂ ਪਤਾ ਲੱਗਦੀ ਹੁੰਦੀ, ਉੱਥੇ ਇੱਦਾਂ ਲੱਗਦਾ ਬਸ ਚਲੋ ਚਲੀਏ ਕੈਨੇਡਾ, ਸਭ ਹੋ ਜਾਣਾ ਉੱਥੇ ਸੈੱਟ। ਸੋਸ਼ਲ ਮੀਡੀਆ 'ਤੇ ਉਹ ਵੀ ਤਾਂ ਵੀਡੀਓ ਆਉਂਦੀ ਹੁੰਦੀ ਕਿ ਪੇੜ ਦੇ ਉੱਤੇ ਬੰਦਾ ਪੈਸੇ ਉਤਾਰ ਰਿਹਾ ਕਿ ਆਵੇ ਪੈਸਾ ਲਾਈ ਦਿੰਦੇ ਆ, ਇੰਡੀਆ ਵਾਲੇ ਨੂੰ ਲੱਗ ਰਿਹਾ ਕਿ ਇੱਦਾਂ ਪੈਸਾ ਉਤਰ ਰਿਹਾ। ਇੱਦਾਂ ਨਹੀਂ ਹੁੰਦਾ, ਇੰਨੀ ਸੌਖੀ ਨਹੀਂ ਹੈਗੀ ਲਾਈਫ ਬਿਲਕੁਲ, ਅਤੇ ਮੈਂਟਲ ਹੈਲਥ ਬਹੁਤ ਜ਼ਿਆਦਾ ਬੰਦੇ ਨੂੰ ਮੈਂਟਲੀ ਸਟਰੋਂਗ ਹੋਣਾ ਪੈਂਦਾ। ਐਂਡ ਮੈਨੂੰ ਹੁਣ ਇੱਦਾਂ ਲੱਗ ਰਿਹਾ ਜੋ ਸੌਖੀ ਦੀ ਗੱਲ ਹੋ ਰਹੀ ਆ, ਜਦੋਂ ਮੈਂ ਪੀਜ਼ਾ ਸਟੋਰ 'ਚ ਕੰਮ ਕਰਦਾ ਸੀ ਨਾ, ਸਾਡੇ ਉੱਥੇ ਕੀ ਹੁੰਦਾ ਸੀਗਾ, ਜਿਹੜੇ ਡਰੈਸ ਦਿੰਦੇ ਹੁੰਦੇ ਸੀਗੇ, ਲੋਅਰ ਬਲੈਕ ਉੱਪਰ ਵੀ ਬਲੈਕ ਟੀ ਸ਼ਰਟ, ਪੀਜ਼ੇ ਅਸੀਂ ਇੰਨੇ ਬੇਲ ਲੈਂਦੇ ਹੁੰਦੇ ਸੀਗੇ ਨਾ ਇੱਕ ਦਿਨ ਦੇ ਵਿੱਚ। ਸ਼ਾਮ ਨੂੰ ਜਦੋਂ ਅਸੀਂ ਆਉਣਾ, ਮੈਂ ਉਹ ਸ਼ੂ, ਪਤਾ ਨਹੀਂ ਮੈਂ ਕਿੰਨੇ ਸਾਲ ਉਹ ਸ਼ੂ ਪਾਏ, ਚਿੱਟੇ ਇੱਦਾਂ ਵਾਲਾ, ਦਾੜੀ ਤੱਕ ਚਿੱਟੀ ਹੋਈ ਹੁੰਦੀ ਸੀਗੀ, ਇੱਦਾਂ ਟੀ ਸ਼ਰਟ ਨੂੰ ਅਸੀਂ ਇੱਧਰ ਉੱਧਰ ਝਾੜਦੇ ਹੁੰਦੇ ਸੀਗੇ ਨਾ, ਆਟਾ ਨਿਕਲਦਾ ਹੁੰਦਾ ਸੀ। ਮੇਰੀ ਇੱਕ ਜੋਬ ਤਾਂ ਮੈਂ ਇੱਦਾਂ ਦੀ ਵੀ ਕੀਤੀ ਆ ਜਿੱਥੇ ਸਵੇਰੇ 7 ਵਜੇ ਪੀਜ਼ਾ ਸਟੋਰ ਓਪਨ ਹੁੰਦਾ, 2 ਜੋਬਾਂ ਕਰਦਾ ਹੁੰਦਾ, ਸਵੇਰੇ 7 ਵਜੇ ਪੀਜ਼ਾ ਸਟੋਰ ਓਪਨ ਹੋਣਾ, 40 ਕਿਲੋ ਡੋ ਨੂੰ ਸਪਰੈਡ ਕਰਕੇ ਪੈਨਸ ਦੇ ਵਿੱਚ 40 ਕਿਲੋ ਡੋ ਬਣਾਉਣਾ 11 ਵਜੇ ਤੱਕ, 4 ਘੰਟੇ ਦੇ ਵਿੱਚ 40 ਕਿਲੋ ਡੋ ਬਣਾ ਕੇ ਅਗਲੀ, ਕਿਉਂਕਿ 11 ਵਜੇ ਪੀਜ਼ਾ ਸਟੋਰ ਓਪਨ ਹੁੰਦਾ, ਸੋ ਮੈਂ ਉਹ ਡੋ ਰੈਡੀ ਕਰਨਾ। ਤੁਸੀਂ ਯਕੀਨ ਨਹੀਂ ਮੈਨੂੰ, ਆ ਉਂਗਲਾਂ ਨਾ ਇੱਦਾਂ ਹੋ ਜਾਂਦੀਆਂ ਸੀ ਕਿ ਯਾਰ ਕੀ ਹੋ ਕੀ ਗਿਆ ਮੇਰੀ ਉਂਗਲਾਂ ਨੂੰ। ਉਹ ਮਿਹਨਤ, ਅਸੀਂ ਵੀ ਸਟੂਡੈਂਟ ਹਾਂ, ਅਸੀਂ ਵੀ ਬੰਦੇ ਹਾਂ, ਬਟ ਉਹ ਐਕਸਪੈਕਟੇਸ਼ਨਸ ਦੀ ਗੱਲ ਆ ਗਈ ਨਾ, ਉਹ ਐਕਸਪੈਕਟੇਸ਼ਨਸ ਬਹੁਤ ਵੱਡੀਆਂ ਨੇ। ਜਦੋਂ ਇੱਕ ਸਟੂਡੈਂਟ, ਜਦੋਂ ਬੰਦਾ ਐਜ਼ ਅ ਸਟੂਡੈਂਟ ਬਾਹਰ ਆ ਜਾਂਦਾ ਨਾ, ਉਹ ਸਟੂਡੈਂਟ ਨਹੀਂ ਰਹਿ ਜਾਂਦਾ, ਉਹ ਆਪਣੇ ਆਪ 'ਚ ਹੀ ਸਾਰਾ ਕੁਛ ਆ। ਇਹ ਚੀਜ਼ ਹੁੰਦੀ ਹੈ ਇਹ, ਜਦੋਂ ਮੈਂ ਆਈ ਸੀਗੀ ਹੈ ਨਾ, ਅਤੇ ਪਹਿਲਾਂ ਮੈਂ ਨੋਰਮਲ ਜੋਬਸ ਕੀਤੀਆਂ ਨਾ, ਕਦੀ ਕੈਸ਼ੀਅਰ ਲੱਗ ਗਈ, ਕਦੀ ਕਿਤੇ ਲੱਗ ਗਈ, ਕਦੀ ਕਿਤੇ, ਫਿਰ ਮੈਂ ਇੱਕ ਇੰਡੀਅਨ ਗਰੋਸਰੀ ਸਟੋਰ 'ਚ ਕੰਮ ਕੀਤਾ ਸੀਗਾ ਇੱਕ ਵਾਰੀ ਹੈ ਨਾ। ਕਦੀ ਨਹੀਂ ਸੋਚਿਆ ਸੀਗਾ ਕਿ ਮੈਂ ਕਰੂੰਗੀ, ਸਮਝ ਵੀ ਨਹੀਂ ਸੀਗੀ। ਮੈਂ ਜਦੋਂ ਗਈ ਉੱਥੇ, ਉਹਨਾਂ ਦੀ ਕਿਚਨ ਹੁੰਦੀ ਸੀਗੀ ਪਿੱਛੇ ਹੈ ਨਾ, ਸਮੋਸੇ ਬਣਾਉਣੇ ਹੁੰਦੇ ਸੀਗੇ ਪਿੱਛੇ, ਅੱਜ ਤੱਕ ਕਦੀ ਮੰਮਾ ਨੇ ਕਦੀ ਕਿਚਨ 'ਚ ਨਹੀਂ ਆਉਣ ਦਿੱਤਾ ਜਦੋਂ ਤੇਲ ਹੁੰਦਾ ਸੀਗਾ, ਕਿ ਨਹੀਂ ਬਈ ਤੇਲ ਦੇ ਨੇੜੇ ਨਹੀਂ ਆਉਣਾ ਹੈ ਨਾ, ਗਰਮ ਤੇਲ ਆ, ਸਮੋਸੇ ਤਲੇ ਉੱਥੇ, ਚਟਨੀਆਂ ਪਾਈਆਂ, ਕਦੀ ਪਕੌੜੇ, ਕਦੀ ਕੁਛ, ਸਭ ਕੁਛ ਕੀਤਾ ਹੈ ਨਾ। ਅਤੇ ਕਈ ਇੰਡੀਅਨ ਸਬਜ਼ੀਆਂ ਦਾ ਨਾਮ ਵੀ ਨਹੀਂ ਪਤਾ ਸੀਗਾ ਮੈਨੂੰ ਹੈ ਨਾ, ਪੰਜਾਬੀ 'ਚ ਕਿੱਦਾਂ, ਅਤੇ ਉੱਥੇ ਆਉਂਦੀਆਂ ਸੀਗੀਆਂ ਬੀਬੀਆਂ, ਉਹ ਕਹਿੰਦੇ ਆਹ ਦੇਣਾ ਇੱਦਾਂ ਹੈ ਨਾ, ਅਤੇ ਮੈਂ ਲੱਭਦੀ ਹੁੰਦੀ ਸੀ ਇਹਦਾ ਨਾਮ ਕੀ ਆ ਇਹ ਕੁਛ ਆ। ਪਰ ਉਹ ਜਿਹੜੀ ਚੀਜ਼ਾਂ ਨੇ ਉਹ ਕਦੀ ਕਿਸੇ ਨੇ ਸੁਣੀਆਂ ਹੀ ਨਹੀਂ ਉਹ ਹੈ ਨਾ, ਕਿਉਂਕਿ ਉਹ ਮੈਨੂੰ ਪਤਾ, ਮੈਂ ਪਹਿਲੇ ਦਿਨ ਉੱਥੇ ਜਿਹੜਾ ਉਹ ਕਿਚਨ ਸੀਗੀ ਉੱਥੇ ਮੈਂ ਚਿੱਟੇ ਜੁੱਤੇ ਪਾ ਕੇ ਗਈ ਸੀਗੀ, ਅਤੇ ਪਹਿਲੇ ਦਿਨ ਹੀ ਮੈਂ ਉਹ ਸਮੋਸੇ ਦੀ ਚਟਨੀ ਪਾ ਰਹੀ ਸੀ, ਅਤੇ ਉੱਥੇ ਸ਼ੂ 'ਤੇ ਗਿਰ ਗਈ ਸੀ, ਫਿਰ ਨਹੀਂ ਮੈਂ ਉਹ ਸ਼ੂ ਛੱਡੇ, ਫਿਰ ਮੈਂ ਰੋਜ਼ ਉਹੀ ਪਾਏ ਉੱਥੇ, ਮੈਂ ਕਿਹਾ ਜਦੋਂ ਤੱਕ ਗੰਦੇ ਨਹੀਂ ਹੁੰਦੇ ਪਾ ਲੈਣੇ। ਪਰ ਉਹੀ ਗੱਲ ਆ ਕਿ ਜੇ ਵਧੀਆ ਚੀਜ਼ਾਂ ਦਿਖਾ ਰਹੇ ਹਾਂ, ਵਧੀਆ ਹੈਗਾ ਪਰ ਸਟਰਗਲ ਵੀ ਓਨੀ ਆ। ਸੋ ਮੈਂਟਲੀ ਆਪਣੇ ਆਪ ਨੂੰ ਓਨਾ ਪ੍ਰਿਪੇਅਰ ਕਰਕੇ ਆਓ ਕਿ ਬਈ ਮਿਹਨਤ ਕਰਨੀ ਆ, ਕੁਛ ਕਰਨਾ, ਕੁਛ ਬਣਨਾ, ਅਤੇ ਹਿੰਮਤ ਕਰਨੀ ਪੈਣੀ ਆ, ਕਰਨੀ ਹੀ ਪੈਣੀ ਆ। ਪਰ ਇੰਨਾ ਵੀ ਉਹ ਮਤਲਬ ਕਹਿ ਲਓ ਕਿ ਥੋੜ੍ਹਾ ਜਿਹਾ ਨਾ ਪ੍ਰੈਕਟੀਕਲੀ ਆਉਣਾ ਜ਼ਰੂਰੀ ਹੈ ਇਸ ਟਾਈਮ 'ਤੇ। ਠੀਕ ਹੈ, ਇੱਕ ਟਾਈਮ ਸੀਗਾ ਜਦੋਂ ਆ ਕੇ ਤੁਸੀਂ ਸਭ ਕੁਛ ਆਪੇ ਕਰ ਸਕਦੇ ਸੀਗੇ, ਸਭ ਕੁਛ ਸੈੱਟ ਹੋ ਜਾਣਾ ਸੀਗਾ ਸਾਰਾ ਕੁਛ। ਇਸ ਟਾਈਮ 'ਤੇ ਪ੍ਰੈਕਟੀਕਲੀ ਚੀਜ਼ਾਂ ਨੂੰ ਵੇ ਡਾਊਨ ਕਰਨਾ, ਆਪਣੇ ਆਪਸ਼ਨਸ ਦੇਖਣੇ, ਕਿਹੜੇ ਕਾਲਜ 'ਚ, ਕਿਹੜੀ ਕੰਟਰੀ 'ਚ ਜਾ ਰਹੇ ਹੋ, ਕੰਟਰੀ ਸਿਰਫ ਕੈਨੇਡਾ ਆਪਸ਼ਨ ਹੀ ਆ। ਠੀਕ ਹੈ, ਇੰਡੀਆ 'ਚ ਵੀ ਜਦੋਂ ਲੋਕ ਹੁੰਦੇ ਨੇ ਬਹੁਤ ਸਾਰੇ ਹੋਰ ਆਪਸ਼ਨਸ ਨੇ ਐਕਸਪਲੋਰ ਕਰਨ ਲਈ, ਦੇਖਣ ਲਈ, ਪੜ੍ਹਨ ਜਾਣਾ, ਜਿੱਥੇ ਮਰਜ਼ੀ ਪੜ੍ਹਨ ਜਾਓ, ਤੁਸੀਂ ਪਹਿਲਾਂ ਪੜ੍ਹੋ ਫਿਰ ਸੈੱਟ ਹੋ ਜਾਓ ਹੌਲੀ ਹੌਲੀ ਹੈ ਨਾ। ਇੱਥੇ ਆ ਸਕਦੇ ਹੋ ਤੁਸੀਂ, ਇੱਥੇ PR ਵੀ ਹੋ ਜਾਣਾ, ਸਾਰਿਆਂ ਨੇ ਹੋ ਜਾਣਾ, ਸਭ ਕੁਛ ਹੋ ਜਾਣਾ, ਪਰ ਇੱਕ ਸਟਰਗਲ ਹੈ, ਪੂਰਾ ਰਸਤਾ ਹੈ ਜਿਹੜਾ ਤੁਹਾਨੂੰ ਜਾਣਾ ਪੈਣਾ, ਉਹ ਇਹਨੂੰ ਇਕੱਲੇ ਤੁਰਨਾ ਪੈਣਾ ਸਭ ਤੋਂ ਵੱਡੀ ਗੱਲ।
ਐਂਡ ਹੁਣ ਇੱਕ ਹੋਰ ਚੀਜ਼ ਬਹੁਤ ਹੋ ਰਹੀ ਆ ਜਦੋਂ ਅਸੀਂ ਆਏ ਸੀਗੇ ਉਦੋਂ ਟ੍ਰੈਂਡ ਸੀਗਾ ਆਉਣ ਦਾ ਇੱਥੇ ਆਈ ਜਾਂਦੀ ਦੁਨੀਆ ਆਈ ਜਾਂਦੀ ਹੈ ਹੁਣ ਨਵੀਂ ਇੱਕ ਹੋਰ ਚੀਜ਼ ਚੱਲ ਪਈ ਹੈ ਸਰ ਵਾਪਸ ਜਾਣ ਵਾਲੀ ਦੈਟ ਇਜ਼ ਪਰ ਉਹ ਅਸੀਂ ਇੱਕ ਇੱਕ ਹੋਰ ਅਸੀਂ ਗੱਲ ਕਰ ਰਹੇ ਸੀ ਕਿ ਹੁਣ ਸਾਨੂੰ ਵਾਪਸ ਜਾਣ ਵਾਲੇ ਬੰਦੇ ਦਿਖੇ ਜਾਂਦੇ ਵਾਪਸ ਆ ਚੱਲਾ ਜੀ ਵਾਪਸ ਉਹ ਚੱਲਾ ਹੁਣ ਈਵਨ ਸੋਸ਼ਲ ਮੀਡੀਆ 'ਤੇ ਵੀ ਹੁਣ ਇਹ ਚੱਲੀ ਜਾ ਰਿਹਾ ਕਿ ਯਾਰ ਆਹ ਵਾਪਸ ਚੱਲਾ ਇੱਦਾਂ ਚੱਲਾ ਜ਼ਿੰਦਗੀ ਔਖੀ ਹੈ ਯਾਰ ਜ਼ਿੰਦਗੀ ਤਾਂ ਵਾਕਈ ਔਖੀ ਹੈ ਤਾਂ ਤੁਹਾਨੂੰ ਪਹਿਲਾਂ ਹੀ ਪਤਾ ਹੋਣਾ ਚਾਹੀਦਾ ਹੈ ਨਾ ਤੁਸੀਂ ਜਦੋਂ ਆ ਰਹੇ ਹੋ ਤੁਹਾਨੂੰ ਕੀ ਲੱਗਦਾ ਹੁਣ ਜਿਹੜੀ ਦੁਨੀਆ ਵਾਪਸ ਜਾ ਰਹੀ ਕਿ ਹੁਣ ਉੱਧਰੋਂ ਵਾਪਸ ਆ ਨਹੀਂ ਰਹੇ ਇੰਡੀਆ ਤੋਂ ਕੋਈ ਨਹੀਂ ਆ ਰਿਹਾ ਨਵਾਂ ਮੈਂ ਕਹਿੰਦਾ ਹਲੇ ਵੀ ਜਹਾਜ਼ ਭਰੇ ਤੇ ਪਰ ਆ ਰਿਹਾ ਪਰ ਬਹੁਤ ਜ਼ਿਆਦਾ ਆ ਰਹੇ ਨੇ ਬਹੁਤ ਜ਼ਿਆਦਾ ਅਮਾਊਂਟ ਹੁਣ ਜ਼ਿਆਦਾ ਵੱਧ ਗਈ ਇੰਨੀ ਕੁ ਜ਼ਿਆਦਾ ਵੱਧ ਗਈ ਕਿ ਬਹੁਤ ਜ਼ਿਆਦਾ ਵੱਧ ਗਈ ਮਤਲਬ ਹੁਣ ਓਰੀਐਂਟੇਸ਼ਨ 'ਤੇ ਘੱਟੋ ਘੱਟ ਨਹੀਂ 17,000 ਬੱਚਾ ਆਇਆ ਅੱਛਾ ਜੀ 17,000 ਠੀਕ ਹੈ ਹੈਗਾ 7 ਕੈਂਪਸਿਸ ਤੇ ਆ ਬਟ ਇੰਡੀਅਨ 70% 70% ਇੰਡੀਅਨਸ ਠੀਕ ਹੈ ਵਿੱਚੋਂ 5-6 ਵਾਪਸ ਜਾ ਰਹੇ ਨੇ ਰੇਸ਼ੋ ਬਹੁਤ ਘੱਟ ਹੈ ਬਹੁਤ ਘੱਟ ਹੈ ਪਰ ਲੋਕ ਵਾਪਸ ਜਾ ਰਹੇ ਨੇ ਕਿਉਂ ਜਾ ਰਹੇ ਨੇ ਅਲੱਗ ਅਲੱਗ ਰੀਜ਼ਨ ਨੇ ਲੋਕਾਂ ਦੇ ਹੈ ਨਾ ਪਰ ਮੈਂ ਇਹ ਕਹਿੰਦੀ ਹਾਂ ਕਿ ਜਿਹੜੇ ਲੋਕ ਜਾ ਰਹੇ ਨੇ ਨਾ ਉਹ ਇੱਕ ਸਰਟਨ ਪ੍ਰਿਵਲੇਜ ਤੋਂ ਆਉਂਦੇ ਨੇ ਇੰਡੀਆ 'ਚ ਹੈ ਨਾ ਮੇ ਬੀ ਉਹਨਾਂ ਨੇ ਇੰਡੀਆ 'ਚ ਉਹੋ ਜਿਹੀ ਲਾਈਫ ਸਟਾਈਲ ਦੇਖੀ ਹੈ ਜਾਂ ਉਹਨਾਂ ਦਾ ਘਰੇ ਸੋਲਿਡ ਬੈਕਗਰਾਉਂਡ ਹੈਗਾ ਕਈਆਂ ਦੇ ਘਰੇ ਬਿਜ਼ਨਸਿਸ ਨੇ ਸਾਰਾ ਕੁਛ ਮੈਂ ਹਮੇਸ਼ਾ ਕਹਿੰਦੀ ਹਾਂ ਜਿਹਦਾ ਘਰੇ ਬਿਜ਼ਨਸ ਹੈਗਾ ਉਹ ਘਰੇ ਰਹੋ ਵਧੀਆ ਉੱਥੇ ਇੰਜੋਏ ਕਰੋ ਆਪਣਾ ਬਿਜ਼ਨਸ ਵਧਾਓ ਠੀਕ ਹੈ ਵਾਪਸ ਜਾਣਾ ਕੋਈ ਮਾੜੀ ਗੱਲ ਨਹੀਂ ਹੈ ਤੁਸੀਂ ਜਦੋਂ ਆਉਂਦੇ ਹੋ ਪ੍ਰਿਪੇਅਰ ਕਰਕੇ ਆਓ ਆਪਣੇ ਆਪ ਨੂੰ ਕਿ ਇੰਨਾ ਸੌਖਾ ਨਹੀਂ ਹੋਣ ਵਾਲਾ ਪਰ ਜੇ ਤੁਹਾਨੂੰ ਨਹੀਂ ਵਧੀਆ ਲੱਗਿਆ ਤਾਂ ਤੁਸੀਂ ਜਾ ਸਕਦੇ ਹੋ ਮੈਂ ਇਹ ਕਹਿੰਦੀ ਹਾਂ ਹਮੇਸ਼ਾ ਕਿਉਂਕਿ ਕਿਸੇ ਪੇਪਰ 'ਤੇ ਸਾਈਨ ਤਾਂ ਨਹੀਂ ਕਰਕੇ ਆਇਆ ਸੀ ਕਿ ਮੈਂ ਮੁੜ ਕੇ ਵਾਪਸ ਜਾਣਾ ਹੀ ਨਹੀਂ ਤੁਸੀਂ ਆਏ ਸੀਗੇ ਦੇਖਣ ਕਿ ਵਧੀਆ ਕਿ ਨਹੀਂ ਜੇ ਤੁਹਾਨੂੰ ਪਰਸਨਲੀ ਨਹੀਂ ਵਧੀਆ ਲੱਗਿਆ ਤੁਹਾਨੂੰ ਵਧੀਆ ਨਹੀਂ ਲੱਗਿਆ ਕਿ ਇੱਥੇ ਉਨੀ ਓਪਰਚੁਨਿਟੀਜ਼ ਨਹੀਂ ਨੇ ਜਾਂ ਬਹੁਤ ਸਾਰੇ ਲੋਕ ਹੋ ਗਏ ਨੇ ਅਤੇ ਕੰਪੀਟੀਸ਼ਨ ਇੰਨਾ ਵੱਧ ਗਿਆ ਹੁਣ ਅਤੇ ਉਹ ਨਹੀਂ ਹੋ ਪਾ ਰਿਹਾ ਫਿਰ ਤੁਸੀਂ ਵਾਪਸ ਜਾ ਰਹੇ ਹੋ ਤੁਹਾਡੇ ਕੋਲ ਸੋਲਿਡ ਬੈਕਗਰਾਉਂਡ ਹੈ ਪਿੱਛੇ ਸਾਰਾ ਕੁਛ ਹੈ ਫਿਰ ਕੋਈ ਪ੍ਰੋਬਲਮ ਹੀ ਨਹੀਂ ਐਂਡ ਦੈਟਸ ਯੋਰ ਪਰਸਨਲ ਚੋਇਸ ਦੈਟਸ ਯੋਰ ਪਰਸਨਲ ਚੋਇਸ ਬਟ ਆਈ ਆਲਵੇਸ ਸੇ ਇੱਥੇ ਇਸ ਟਾਈਮ 'ਤੇ ਸੋਚ ਕੇ ਆਓ ਥੋੜ੍ਹਾ ਜਿਹਾ ਜ਼ਰੂਰੀ ਹੈਗਾ ਇੱਕ ਟਾਈਮ ਸੀਗਾ ਜਦੋਂ ਆ ਜਾਓਗੇ ਅਤੇ ਕੋਈ ਉਹ ਨਹੀਂ ਹੈਗਾ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਜੋਬਸ ਇੱਕ ਬਹੁਤ ਹੀ ਸਿਕਲੂਡਿਡ ਜਿਹੇ ਏਰੀਆ ਰਹਿ ਗਏ ਨੇ ਹੁਣ ਹੈ ਨਾ ਜਿੱਦਾਂ GTA ਇਜ਼ ਫਿਲਡ ਬਟ ਇੱਕ ਸੈਚੂਰੇਸ਼ਨ ਪੁਆਇੰਟ ਆ ਜਾਣਾ ਜਿਸ ਤੋਂ ਬਾਅਦ ਉੱਥੇ ਕੋਈ ਰਹਿ ਹੀ ਨਹੀਂ ਸਕਦਾ ਕਿਉਂਕਿ ਇੰਨੇ ਲੋਕ ਆਲਰੇਡੀ ਉੱਥੇ ਰਹਿ ਰਹੇ ਨੇ ਇੰਨੀਆਂ ਜੋਬਸ ਨੇ ਇੱਥੇ ਜੋਬ ਲੱਭਣੀ ਕਿੰਨੀ ਔਖੀ ਪਈ ਹੋਈ ਪਈ ਆ ਹੁਣ ਹੈ ਨਾ ਕਿਉਂਕਿ ਉਹ ਕੰਪੀਟੀਸ਼ਨ ਇੰਨਾ ਜ਼ਿਆਦਾ ਕਿਉਂਕਿ ਉਹ ਚੀਜ਼ਾਂ ਇੰਨੀਆਂ ਜ਼ਿਆਦਾ ਨੇ ਕੈਨੇਡਾ 'ਚ ਅਨਫੋਰਚੁਨੇਟਲੀ ਦੋ ਹੀ ਉਹ ਏਰੀਆ ਨੇ ਇੱਕ ਸਾਰੀ ਵੈਂਕੂਵਰ ਵਾਲਾ ਏਰੀਆ ਅਤੇ ਇੱਧਰ ਟੋਰੋਂਟੋ ਵਾਲਾ ਏਰੀਆ ਜਿੱਥੇ ਸਾਰੇ ਜਾਂਦੇ ਨੇ ਹੈ ਨਾ ਕਹਿ ਲਓ ਹੁਣ ਬੰਦਾ ਕਰੇ ਵੀ ਤਾਂ ਕਰੇਗੀ ਚੱਕਰ ਇਹ ਹੈ ਨਾ ਕਿ ਹੁਣ ਆਪਣੇ ਨੋਨ ਵੀ ਉੱਥੇ ਹੀ ਆ ਹੁਣ ਜੇ ਮੈਂ ਆਜਵਾਂ ਮੈਂ ਜਾ ਕੇ ਰਹਿਣ ਲੱਗ ਪਵਾਂ ਥੰਡਰ ਬੇ ਵਾਲੀ ਸਾਈਡ ਮੈਨੂੰ ਤਾਂ ਲੱਗਦਾ ਮੈਂ ਸਰਵਾਈਵ ਹੀ ਨਹੀਂ ਕਰ ਪਾਊਂਗਾ ਮੈਂ ਵੀ ਨਹੀਂ ਕਰ ਸਕਦੀ ਮੈਂ ਤਾਂ ਬਰਫ਼ 'ਚ ਹੀ ਬਸ ਹੋ ਜਾਣੀ ਹਾਂ ਮੇਰੀ ਉਹ ਵੀ ਚੀਜ਼ ਆ ਜਾਂਦਾ ਫਿਰ ਬੰਦੇ ਬੰਦਾ ਕਿ ਯਾਰ ਨਹੀਂ ਜਿੱਥੇ ਆਪਣੇ ਬੰਦੇ ਆ ਉਹਨਾਂ ਕੋਲ ਜਾਈਏ ਹੈਲਪ ਪਤਾ ਨਹੀਂ ਹੋਊਗੀ ਕਿ ਨਹੀਂ ਹੋਊਗੀ ਬਟ ਸਟਿਲ ਇੱਕ ਹੋਮ ਸਿਕਨੈਸ ਹੋਮ ਸਿਕਨੈਸ ਨਹੀਂ ਹੁੰਦੀ ਇੱਥੇ ਰਹਿ ਕੇ ਨਹੀਂ ਹੋਮ ਸਿਕਨੈਸ ਹੁੰਦੀ ਵੈਸੇ ਹੁੰਦੀ ਹੋਮ ਸਿਕਨੈਸ ਨਹੀਂ ਹੁੰਦੀ ਬਟ ਜਦੋਂ ਤੁਸੀਂ ਇਹ ਡਿਸੀਜਨ ਬਣਾਉਂਦੇ ਹੋ ਇੰਡੀਆ ਰਹਿ ਕੇ ਕਿ ਆਉਣਾ ਹੈ ਕਿ ਨਹੀਂ ਆਉਣਾ ਹੈ ਨਾ ਉਦੋਂ ਇਹ ਸਾਰੀ ਚੀਜ਼ਾਂ ਵੇ ਡਾਊਨ ਕਰਨੀਆਂ ਬਹੁਤ ਜ਼ਰੂਰੀ ਨੇ ਕਿ ਤੁਹਾਡੇ ਕੋਲ ਇੰਡੀਆ 'ਚ ਤੁਸੀਂ ਕੀ ਕਰ ਰਹੇ ਹੋ ਠੀਕ ਹੈ ਹੋਰ ਕਿਹੜੇ ਕਿਹੜੇ ਆਪਸ਼ਨਸ ਨੇ ਇੱਥੇ ਆ ਕੇ ਤੁਸੀਂ ਕੀ ਐਕਸਪੈਕਟੇਸ਼ਨ ਲੈ ਕੇ ਆ ਰਹੇ ਹੋ ਇਹ ਵੀ ਬਹੁਤ ਜ਼ਰੂਰੀ ਆ ਜੇ ਤੁਸੀਂ ਕੋਈ ਵੱਡੀ ਚੀਜ਼ ਕਰਨ ਆ ਰਹੇ ਹੋ ਤਾਂ ਉਸ ਹਿਸਾਬ ਨਾਲ ਲਾਓ ਫਿਰ ਠੀਕ ਹੈ ਤੁਸੀਂ ਆਪਦਾ ਇੱਥੇ ਆ ਕੇ ਬਿਜ਼ਨਸ ਸੈੱਟ ਕਰਨਾ ਠੀਕ ਹੈ ਉਹੋ ਜਿਹੇ ਮਾਇੰਡ ਸੈੱਟ ਨਾਲ ਲਾਓ ਫਿਰ ਜੇ ਤੁਸੀਂ ਇੱਥੇ ਆ ਕੇ ਨੋਰਮਲ ਕੋਈ ਜੋਬ ਕਰਨੀ ਹੈ ਜਾਂ ਐਵਰੀ ਡੇ ਜੋਬ ਕਰਨੀ ਹੈ ਜਿੱਦਾਂ ਕਿਸੇ ਗਰੋਸਰੀ ਸਟੋਰ 'ਚ ਲੱਗ ਗਏ ਅਤੇ ਤੁਸੀਂ ਤੁਹਾਨੂੰ ਪਤਾ ਤੁਸੀਂ ਸਾਰੀ ਉਮਰ ਉਹੀ ਕਰਨਾ ਫਿਰ ਉਹ ਇੱਕ ਡਿਫਰੈਂਟ ਪਰਸਪੈਕਟਿਵ ਹੈ ਹਰ ਬੰਦੇ ਦਾ ਇੱਕ ਡਿਫਰੈਂਟ ਪਰਸਪੈਕਟਿਵ ਹੈ ਬਟ ਆਲਵੇਸ ਕਮ ਵਿਦ ਅ ਪਲਾਨ ਇਸ ਟਾਈਮ 'ਤੇ ਲੋਡ ਹੈ ਇਟ ਵਿਲ ਡਿਫਰੈਂਸ਼ੀਏਟ ਯੂ ਫਰੋਮ ਪੀਪਲ ਹੂ ਡੋਂਟ ਹੈਵ ਅ ਪਲਾਨ ਰਾਈਟ ਸੋ ਤੁਹਾਨੂੰ ਇੱਕ ਅਪਰ ਹੈਂਡ ਮਿਲੂਗਾ ਲੋਕਾਂ ਇਟਸ ਅ ਕੰਪੀਟੀਸ਼ਨ ਐਟ ਦੀ ਐਂਡ ਆਫ ਦ ਡੇ ਐਕਚੁਅਲੀ ਮੈਂ ਥੈਂਕ ਯੂ ਸੋ ਮਚ ਐਂਡ ਆਈ ਥਿੰਕ ਇਹ ਚੀਜ਼ਾਂ ਕਈ ਵਾਰੀ ਪਤਾ ਹੁੰਦੀਆਂ ਫਿਰ ਉਹ ਹੀ ਚੀਜ਼ ਆ ਜਾਂਦੀ ਕਿ ਯਾਰ ਅਸੀਂ ਉਹਨਾਂ ਚੀਜ਼ਾਂ ਨੂੰ ਸੋਚਣਾ ਨਹੀਂ ਚਾਹੁੰਦੇ ਸਾਨੂੰ ਤਾਂ ਲੱਗਦਾ ਯਾਰ ਨਹੀਂ ਮੈਨੂੰ ਨਾ ਐਕਚੁਅਲੀ ਮੇਰੇ ਫੈਮਿਲੀ ਮੈਨੂੰ ਇਹ ਕਹਿ ਰਹੀ ਹੈ ਯਾਰ ਅਨਮੋਲ ਤੂੰ ਮੈਂਟਲ ਅਤੇ ਹੈਲਥ ਵੀਡੀਓ ਬਣਾ ਲਈ ਤੂੰ ਨਿਊਟ੍ਰੀਸ਼ਨ 'ਤੇ ਬਣਾ ਲਈ ਹੈ ਨਾ ਤੂੰ ਹੁਣ ਸਟੂਡੈਂਟਸ ਲਈ ਬਣਾ ਰਿਹਾ ਤੂੰ ਇੱਦਾਂ ਦੇ ਟੋਪਿਕ ਚੱਕੀ ਜਾਂਦਾ ਕੋਈ ਫਾਈਨਾਂਸ ਟੋਪਿਕ ਚੱਕ ਰਿਹਾ ਇਮੀਗ੍ਰੇਸ਼ਨ ਚੱਕ ਰਿਹਾ ਕੋਈ ਫਨੀ ਜਿਹਾ ਲੈ ਕੇ ਆ ਮੈਂ ਕਿਹਾ ਯਾਰ ਨਹੀਂ ਪਹਿਲਾਂ ਮੇਰਾ ਮੈਨੂੰ ਇਹ ਆ ਕਿ ਨਹੀਂ ਜਿਹੜੇ ਸੀਰੀਅਸ ਟੋਪਿਕਸ ਹੈ ਨਾ ਭਾਵੇਂ ਯਾਰ ਮੈਨੂੰ ਨਹੀਂ ਪਤਾ ਕਿੰਨੇ ਲੋਕਾਂ ਨੇ ਦੇਖਣਾ ਕਿੰਨੇ ਬੰਦੇ ਨੇ ਨਹੀਂ ਦੇਖਣਾ ਬਟ ਜਿੰਨੇ ਦੇਖ ਰਹੇ ਆ ਨਾ
ਉਹਨਾਂ ਦੇ ਲਈ ਬੈਨੀਫਿਟ ਹੋਣਾ ਚਾਹੀਦਾ। ਬਿਲਕੁਲ। ਐਂਟਰਟੇਨਮੈਂਟ ਦੇ ਹੋਰ ਬਹੁਤ ਸੋਰਸਿਸ ਆ, 1000 ਸੋਰਸਿਸ, ਬਟ ਇਨਫੋਰਮੇਸ਼ਨ ਦੇ ਸੋਰਸਿਸ ਬਹੁਤ ਘੱਟ ਨੇ। ਸਾਨੂੰ ਤੁਹਾਨੂੰ ਕੀ ਲੱਗਦਾ, ਮੈਨੂੰ ਨਿਊਟ੍ਰੀਸ਼ਨ ਦੀ ਨਹੀਂ ਪਤਾ ਜਾਂ ਮੈਨੂੰ ਇਹ ਚੀਜ਼ਾਂ ਨਹੀਂ ਪਤਾ ਕਿ ਯਾਰ ਪ੍ਰਪੇਅਰ ਹੋ ਕੇ ਆਉਣਾ ਚਾਹੀਦਾ, ਪੇਰੈਂਟਸ ਨੂੰ ਨਹੀਂ ਪਤਾ ਕਿ ਉਹਨਾਂ ਬੱਚਿਆਂ ਨੂੰ ਕਿੰਨੀ ਲੋੜ ਆ ਉਨੀ ਉਹਨਾਂ ਦੀ ਪੇਰੈਂਟਸ ਦੀ, ਸਾਰਿਆਂ ਨੂੰ ਪਤਾ। ਐਟ ਦੀ ਐਂਡ ਅਸੀਂ ਧਿਆਨ ਨਹੀਂ ਦੇ ਪਾਉਂਦੇ, ਐਟ ਦੀ ਐਂਡ ਅਸੀਂ ਉਹਨਾਂ ਚੀਜ਼ਾਂ ਦੇ ਉੱਤੇ ਸਹੀ ਕਹਿ ਲਓ ਬੇਸ ਨਹੀਂ ਦੇ ਪਾਉਂਦੇ ਆਪਣੇ ਬੱਚਿਆਂ ਨੂੰ। ਐਂਡ ਉਹ ਬਹੁਤ ਜ਼ਿਆਦਾ, ਬਿਕੋਜ਼ ਮੈਂ ਇਹਨਾਂ ਚੀਜ਼ਾਂ ਦੇ ਉੱਤੇ ਥੋੜ੍ਹਾ ਜਿਹਾ ਜ਼ਿਆਦਾ ਟਰਨ ਤਾਂ ਹੋਇਆ ਕਿਉਂਕਿ ਮੇਰੀ ਮੈਨੂੰ ਰੀਸੈਂਟਲੀ ਮੈਨੂੰ ਥੋੜ੍ਹੀ ਜਿਹੀ ਇੱਦਾਂ ਦੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਕਿ ਨਾ ਇੱਦਾਂ ਕਿ ਯਾਰ ਬਹੁਤ ਜ਼ਿਆਦਾ ਕੰਸਰਨਿੰਗ ਦੀ ਚੀਜ਼ ਹੋਈ ਜਾਂਦੀ ਹੈ, ਹੈ ਨਾ, ਇਹ ਸਾਰੇ ਟੋਪਿਕ। ਐਂਡ ਜਦੋਂ ਅਸੀਂ ਹੁਣ ਕੈਨੇਡਾ ਬੈਠੇ ਹਾਂ, ਜਦੋਂ ਹੁਣ ਅਸੀਂ ਇੱਥੇ ਬੈਠੇ ਹਾਂ, ਇੰਡੀਆ ਵਾਲੇ ਬੰਦੇ ਉਹਨਾਂ ਨੇ ਉਹ ਗੱਲ ਕਰਨੀ ਜੋ ਉਹਨਾਂ ਨੇ ਸੁਣਨੀ ਆ, ਅਸੀਂ ਉਹ ਗੱਲ ਕਰਨੀ ਅਸੀਂ ਜੋ ਅਸੀਂ ਦੇਖਦੇ ਪਏ ਹਾਂ। ਸਹੀ ਗੱਲ ਆ, ਰਾਈਟ, ਬਿਲਕੁਲ। ਜਾਂ ਇੰਡੀਆ ਕੋਈ ਬੈਠਾ ਕੋਈ ਸ਼ੋਅ ਚਲਾ ਰਿਹਾ ਬੰਦਾ ਆ, ਇੰਡੀਆ ਕੋਈ ਬੈਠਾ ਸੋਸ਼ਲ ਮੀਡੀਆ ਦੇ ਉੱਤੇ ਇਨਫਲੂਐਂਸਰ ਆ, ਉਹ ਸਿਰਫ ਉਹ ਦਿਖਾਊਗਾ ਜੋ ਉਹਨੇ ਸੁਣਿਆ ਕਿਸੇ ਤੋਂ, ਰਾਈਟ। ਉਹਨੂੰ ਸਹੀ ਗਰਾਊਂਡ ਲੈਵਲ ਦੀ ਚੀਜ਼ ਨਹੀਂ ਪਤਾ ਉਹ ਹੁਣ ਇੱਥੋਂ ਦੀ। ਮੇ ਬੀ ਜਿਹੜੇ ਲੋਕ ਵਾਪਸ ਜਾ ਰਹੇ ਉਹ ਕਿਸੇ ਸ਼ੋਅ ਦੇ ਉੱਤੇ ਜਾਓਗੇ, ਗੱਲਬਾਤ ਕਰ ਲੂਗੇ, ਉਹਨਾਂ ਨੇ ਸਿਰਫ ਆਪਣੀ 4-5 ਮਹੀਨੇ ਜਾਂ ਸਾਲ ਦੀ ਸਟੋਰੀ ਦੱਸਣੀ ਹੈ। ਹੁਣ ਤੁਹਾਨੂੰ 6 ਸਾਲ ਹੋ ਗਏ, ਮੈਨੂੰ 5-6 ਸਾਲ ਹੋ ਗਏ, ਜਾਂ ਜਿੰਨੇ ਮੇਰੇ ਇੱਥੇ ਗੈਸਟ ਨੇ, ਲਾਸਟ ਗੈਸਟ ਵਾਜ਼ ਲਾਈਕ ਉਹਨਾਂ ਨੂੰ 16-17 ਸਾਲ ਹੋ ਗਏ ਇੱਥੇ ਆਇਆਂ ਨੂੰ। ਸੋ ਉਹ ਬੰਦੇ ਤੁਹਾਨੂੰ ਨਿਚੋੜ ਕੱਢ ਕੇ ਦੇ ਸਕਦੇ ਆ ਕਿ ਚੱਲ ਕੀ ਰਿਹਾ, ਰਾਈਟ। ਐਂਡ ਇਟ ਵਾਜ਼ ਅਮੇਜ਼ਿੰਗ ਟਾਕਿੰਗ ਟੂ ਯੂ, ਐਂਡ ਮੈਨੂੰ ਇੱਦਾਂ ਲੱਗਦਾ ਸਾਰਿਆਂ ਲਈ ਇਹ ਬੈਨੀਫਿਟ ਆ। ਨਹੀਂ, ਬਹੁਤ ਸਹੀ ਗੱਲ ਕਹੀ, ਇਹ ਜਿਹੜੇ ਟੋਪਿਕਸ ਨੇ ਨਾ ਇਹ ਸਭ ਤੋਂ ਜ਼ਰੂਰੀ ਨੇ ਇਸ ਟਾਈਮ 'ਤੇ, ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਸੀ। ਯੂ ਡੂਇੰਗ ਅ ਵੈਰੀ ਵੈਰੀ ਗੁੱਡ ਜੋਬ ਇਨ ਮਾਈ, ਥੈਂਕ ਯੂ ਫੋਰ ਹੈਵਿੰਗ ਮੀ ਹਿਅਰ। ਓਕੇ, ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦਾ ਸ਼ੋ ਇਨਫੋਰਮੇਸ਼ਨ ਦੇ ਨਾਲ ਨਾਲ ਥੋੜ੍ਹੀਆਂ ਜਿਹੀਆਂ ਸਟੋਰੀਆਂ ਵੀ ਪਤਾ ਲੱਗੀਆਂ, ਥੋੜ੍ਹਾ ਜਿਹਾ ਯੂਰਪ ਲਾਈਫ ਵੀ ਆਪਾਂ ਥੋੜ੍ਹੀ ਜਿਹੀ ਘੁੰਮ ਕੇ ਆਏ ਹਾਂ, ਹੈ ਨਾ, ਥੋੜ੍ਹੀ ਜਿਹੀਆਂ ਚੀਜ਼ਾਂ ਇੱਦਾਂ ਵਾ ਕਿ ਥੋੜ੍ਹਾ ਜਿਹਾ ਸੱਚ ਪਤਾ ਲੱਗਿਆ ਕਿ ਯਾਰ ਐਜ਼ ਅ ਸਟੂਡੈਂਟ ਜਾਂ ਐਜ਼ ਅ ਪੇਰੈਂਟਸ ਸਾਡੀ ਕੀ ਰਿਸਪੋਂਸੀਬਿਲਟੀਜ਼, ਉਹਨਾਂ ਦਾ ਇੱਕ ਰੀਕੈਪ ਆ, ਕਿਉਂਕਿ ਪਤਾ ਸਾਰਿਆਂ ਨੂੰ, ਜਿੱਦਾਂ ਮੈਂ ਉਹਨਾਂ ਉਹੀ ਗੱਲ ਕਰ ਰਿਹਾ ਸੀ, ਪਤਾ ਸਾਰਿਆਂ ਨੂੰ ਆ, ਬਟ ਅਸੀਂ ਧਿਆਨ ਨਹੀਂ ਦੇ ਪਾ ਰਹੇ। ਧਿਆਨ ਦੇਣ ਦੀ ਲੋੜ ਆ ਐਕਚੁਅਲੀ, ਲੋਕਾਂ ਦੇ ਨਾਲ ਗੱਲ ਕਰਨ ਤੋਂ ਪਹਿਲਾਂ ਆਪਣੇ ਆਪ ਨਾਲ, ਆਪਣੇ ਘਰਦਿਆਂ ਦੇ ਨਾਲ, ਆਪਣੀ ਫੈਮਿਲੀ ਨਾਲ ਗੱਲ ਕਰੋ, ਬਿਕੋਜ਼ ਉਹ ਤੁਹਾਡੇ ਲਈ ਜੋ ਕਰ ਸਕਦੇ ਨੇ ਉਹ ਬਾਕੀ ਨਹੀਂ ਕਰ ਸਕਦੇ। ਸੋ ਥੈਂਕ ਯੂ ਫੋਰ ਵਾਚਿੰਗ ਵਾਂਸ ਅਗੇਨ, ਥੈਂਕ ਯੂ।